ਜਿਹੜੇ ਵੈਸੇ ਮਹਿਮਾਨ ਹੁੰਦੇ ਆ ਹਰੇਕ 24 ਘੰਟਿਆਂ ਦੇ ਬਾਅਦ। ਨਾਮ ਹੈ ਪਰਮਵੀਰ ਸਿੰਘ ਬਾਠ ਜੀ। ਬਾਠ ਸਾਹਿਬ ਸਵਾਗਤ, ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਮਿਹਰਬਾਨੀ ਸੁਖਨਾਬ ਜੀ। ਰੇਡੀਓ ਚੰਦ ਪ੍ਰਦੇਸ਼ੀ ਦੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਖਬਰਾਂ ਨੂੰ ਸਪਾਂਸਰ ਕੀਤਾ ਜਾ ਰਿਹਾ ਸਰਦਾਰ ਕਮਲਜੀਤ ਸਿੰਘ ਜੀ ਚੱਠਾ USA ਵਾਲਿਆਂ ਵੱਲੋਂ ਜੀ। ਤੇ ਲੁਧਿਆਣਾ ਦੀ ਚੋਣ ਹਿੰਸਕ ਹੋ ਗਈ ਜੀ ਕਹਿੰਦੇ। ਸੁਖਨਾਬ ਜੀ, ਲੋਕਤੰਤਰ ਤੇ ਹਿੰਸਾ ਬਿਲਕੁਲ ਧੁਰ ਵਿਰੋਧੀ ਨੇ, ਇੱਕ ਦੂਸਰੇ ਦੇ ਖਿਲਾਫ ਨੇ। ਜਿੱਥੇ ਹਿੰਸਾ ਉੱਥੇ ਲੋਕਤੰਤਰ ਦੀ ਹੋਂਦ ਨੂੰ ਖਤਰਾ ਪੈਦਾ ਹੋ ਜਾਂਦਾ, ਤੇ ਜਿੱਥੇ ਲੋਕਤੰਤਰ ਮਜ਼ਬੂਤ ਹੈ ਉੱਥੇ ਹਿੰਸਕ ਗਤੀਵਿਧੀਆਂ ਦੇ ਲਈ ਥਾਂ ਕੋਈ ਨਹੀਂ ਹੁੰਦੀ। ਵਿਰਲੀ ਧਾਮੀ ਘਟਨਾ ਤਾਂ ਚਲੋ ਪੂਰੇ ਸਮਾਜ ਦੇ ਵਿੱਚ, ਪੂਰੀ ਦੁਨੀਆਂ ਦੇ ਵਿੱਚ ਬਣੀ ਹੋਆ। ਹੁਣ ਲੁਧਿਆਣੇ ਦੇ ਵਿੱਚ ਨਿਗਮ ਦੀ ਚੋਣ ਹੈ, ਪਹਿਲੇ ਦਿਨ ਤੋਂ ਹੀ ਚਰਚਾ ਦੇ ਵਿੱਚ। ਪਹਿਲੇ ਦਿਨ ਤੋਂ ਮੈਂ ਇਸ ਕਰਕੇ ਆਖਿਆ ਕਿ ਜਦੋਂ ਪੰਜਾਬ ਦੇ ਤਿੰਨ ਸ਼ਹਿਰ ਜਲੰਧਰ, ਅੰਮ੍ਰਿਤਸਰ ਤੇ ਪਟਿਆਲੇ ਦੇ ਵਿੱਚ ਪੰਜਾਬ ਦੀ ਸਰਕਾਰ ਤੇ ਚੋਣ ਕਮਿਸ਼ਨਰ ਜਿਹੜੇ ਪੰਜਾਬ ਦੇ ਨੇ, ਉਹਨਾਂ ਨੇ ਕਹਿ ਦਿੱਤਾ ਕਿ ਅਸੀਂ ਇੱਥੇ ਵੋਟਾਂ ਪਾਉਣ ਜਾ ਰਹੇ ਹਾਂ, ਲੁਧਿਆਣੇ ਦੇ ਵਿੱਚ ਵਾਰਡਬੰਦੀ ਮੁਕੰਮਲ ਨਹੀਂ, ਇਸ ਕਰਕੇ ਉੱਥੇ ਵੋਟਾਂ ਦੇਰ ਹੀ ਨਾ ਪਾਉਣਗੇ। ਬਹਿਸ ਭਰਾ ਹਾਈਕੋਰਟ ਚਲੇ ਗਏ। ਦੋਸ਼ ਲਾਤਾ ਕਿ ਕਾਂਗਰਸ ਪਾਰਟੀ ਡਰਦੀ ਹੈ ਕਿ ਲੁਧਿਆਣੇ ਅਸੀਂ ਬਹਿਸ ਭਰਾਵਾਂ ਤੇ ਆਮ ਆਦਮੀ ਪਾਰਟੀ ਤੋਂ ਹਰ ਜਾਣਾ, ਇਸ ਕਰਕੇ ਜਾਣ ਬੁੱਝ ਕੇ ਦੇਰੀ ਨਾਲ ਵੋਟਾਂ ਪਾਉਣ ਜਾ ਰਿਹਾ। ਚਲੋ ਹਾਈਕੋਰਟ ਦੇ ਵਿੱਚੋਂ ਉਹਨਾਂ ਹੰਕਾਰਾ ਨਹੀਂ ਬਹਿਸ ਭਰਾਵਾਂ ਨੂੰ ਮਿਲਿਆ ਜਿੰਨੇ ਵੱਡੇ ਹੰਕਾਰੇ ਦੀ ਆਸ ਦੇ ਵਿੱਚ ਗਏ ਸੀ। ਉਹਦੇ ਤੋਂ ਬਾਅਦ ਤਿੰਨ ਸ਼ਹਿਰਾਂ ਦੇ ਉੱਤੇ ਕਾਂਗਰਸ ਦਾ ਕਬਜ਼ਾ ਹੋ ਗਿਆ, ਤੇ ਜਦੋਂ ਇਧਰਲੇ ਪਾਸੇ ਐਲਾਨ ਕੀਤਾ ਗਿਆ ਵਾਰਡਬੰਦੀ ਦਾ ਲੁਧਿਆਣੇ ਦੇ ਵਿੱਚ, ਬਹਿਸ ਭਰਾ ਕੇ ਹਾਈਕੋਰਟ ਚਲੇ ਗਏ। ਉਹਨਾਂ ਕਿਹਾ ਜੀ ਦੇਖੋ, ਸਾਡੇ ਦੋਵਾਂ ਭਰਾਵਾਂ ਦੇ ਜਿਹੜੇ ਵਿਧਾਨ ਸਭਾ ਹਲਕੇ ਨੇ ਉੱਥੇ ਵੋਟਰ ਵੱਧ ਨੇ, ਖੇਤਰ ਵੱਡਾ, ਪਰ ਵਾਰਡ ਥੋੜੇ ਬਣਾਏ ਗਏ ਆ, ਜਦਕਿ ਕਾਂਗਰਸੀਆਂ ਨੇ ਆਪਣੇ ਵਾਰਡ ਛੋਟੇ, ਆਪਣੇ ਖੇਤਰ ਛੋਟੇ ਹੋਣ ਦੇ ਬਾਵਜੂਦ ਵੀ ਉੱਥੇ ਵਾਰਡ ਵਧੇਰੇ ਬਣਾ ਲਿਆ। ਪਰ ਹਾਈਕੋਰਟ ਦੇ ਵਿੱਚ ਇਸ ਮੁੱਦੇ ਦੇ ਉੱਤੇ ਵੀ ਬਹਿਸ ਭਰਾ ਮੁੱਦੇ ਮੁੰਡੇ ਪਏ। ਤੀਸਰਾ, ਉਹ ਪੰਜਾਬ ਦੇ ਚੋਣ ਕਮਿਸ਼ਨਰ ਤੇ ਪੰਜਾਬ ਦੇ ਰਾਜਪਾਲ ਸਾਹਿਬ ਦੇ ਕੋਲ ਗਏ ਸੀ ਕਿ ਠੀਕ ਹੈ ਤੁਸੀਂ ਦੇਰੀ ਦੇ ਨਾਲ ਕਰਾਉਣੀਆਂ ਸੀ ਵਾਰਡਬੰਦੀ ਆਪਣੇ ਹਿਸਾਬ ਦੇ ਨਾਲ, ਉਹਨਾਂ ਕਰ ਲਈ, ਅਸੀਂ ਮੰਨ ਗਏ, ਪਰ ਘੱਟੋ ਘੱਟ ਸਾਡੀ ਇੰਨੀ ਕੁ ਜ਼ਰੂਰ ਮੰਨ ਲਿਓ ਕਿ ਇੱਕ ਤਾਂ ਜਿਹੜੇ ਇਹ ਸਾਰੇ ਮਸਲੇ ਦੇ ਇੰਚਾਰਜ ਹੋਣਗੇ, ਇਸ ਸਾਰੇ ਮਸਲੇ ਨੂੰ ਵੇਖਣ ਵਾਲੇ ਜਿਹੜੇ ਹੋਣਗੇ, ਅਬਜ਼ਰਵਰ ਕਰਨ ਵਾਲੇ ਅਬਜ਼ਰਵਰ ਹੋਣਗੇ, ਉਹ ਪੰਜਾਬ ਤੋਂ ਬਾਹਰ ਨੇ ਲਾ ਦਿਓ, ਤੇ ਇੱਕ ਪੰਜਾਬ ਪੁਲਿਸ ਦੀ ਥਾਂ ਪੈਰਾਮਿਲਟਰੀ ਫੋਰਸ ਲਾ ਦਿਓ, ਤਾਂ ਜੋ ਇਮਾਨਦਾਰੀ ਦੇ ਨਾਲ ਵੋਟਾਂ ਪੈ ਸਕਣ, ਲੋਕ ਜਿਹਨੂੰ ਚਾਹੁਣ ਉਹਨੂੰ ਵੋਟਾਂ ਪਾ ਸਕਣ। ਪੰਜਾਬ ਦੀ ਪੁਲਿਸ ਦੇ ਉੱਤੇ ਤਾਂ ਲੱਗਦਾ ਨਹੀਂ ਕਿ ਉਹ ਠੀਕ ਤਰੀਕੇ ਦੇ ਨਾਲ ਕੰਮ ਕਰ ਸਕੇਗੀ, ਪਰ ਇਹਦੇ ਬਾਵਜੂਦ ਵੀ ਨਾ ਤਾਂ ਅਬਜ਼ਰਵਰ ਪੰਜਾਬ ਤੋਂ ਬਾਹਰਲੇ ਲੱਗੇ ਤੇ ਨਾ ਬਾਹਰਲੀ ਫੋਰਸ ਲੱਗੀ। ਫਿਰ ਹੁਣ ਪਹਿਲੀ ਹਿੰਸਕ ਘਟਨਾ ਲੁਧਿਆਣੇ ਦੀ ਨਿਗਮ ਚੋਣ ਦੇ ਵਿੱਚ, ਪ੍ਰਚਾਰ ਖਤਮ ਹੋਣ ਤੋਂ 4 ਦਿਨ ਪਹਿਲਾਂ ਹੋ ਗਈ। ਘਟਨਾ ਵਾਪਰੀ ਵਾਰਡ ਨੰਬਰ 49 ਦੇ ਮਾਡਲ ਟਾਊਨ ਐਕਸਟੈਂਸ਼ਨ ਇਲਾਕੇ 'ਚ। ਆਮ ਆਦਮੀ ਪਾਰਟੀ ਦੇ ਸਾਂਝ ਨਾਲ ਲੋਕ ਇਨਸਾਫ਼ ਪਾਰਟੀ ਚੋਣ ਲੜ ਰਹੀ ਹੈ ਤੇ ਉਮੀਦਵਾਰ ਦਾ ਨਾਂ ਬੀਬੀ ਅਨੀਤਾ ਗਰਗ। ਉਹਨਾਂ ਦੀ ਹਮਾਇਤ ਦੇ ਵਿੱਚ ਕੋਠੀ ਨੰਬਰ 245 ਅਸ਼ੋਕ ਸਿੰਗਲਾ ਉਹਦੇ ਮਾਲਕ ਨੇ, ਤੇ ਉੱਥੇ ਸਿਮਰਜੀਤ ਬੈਂਸ ਨੇ ਦਾਅਵਾ ਕੀਤਾ ਕਿ ਅਸੀਂ ਠੀਕ ਤਰੀਕੇ ਦੇ ਨਾਲ ਪ੍ਰਚਾਰ ਕਰ ਰਹੇ ਸੀ, ਲੀਗਲੀ ਜੋ ਸਾਨੂੰ ਕਾਨੂੰਨ ਆਗਿਆ ਦਿੰਦਾ। ਪਰ ਕਹਿੰਦੇ ਉੱਥੇ ਹੀ ਕਾਂਗਰਸੀ ਉਮੀਦਵਾਰ ਆ ਬੀਬੀ ਰਜਿੰਦਰ ਕੌਰ, ਉਹਦਾ ਬੇਟਾ ਆ ਗਿਆ ਗੁਰਪ੍ਰੀਤ ਗੋਪੀ, ਨਾਲ ਆ ਗਿਆ ਕਮਲਜੀਤ ਕਰਵਲ। ਇਹਨਾਂ ਦੋਵਾਂ ਨੇ ਸਾਨੂੰ ਕਿਹਾ ਕਿ ਤੁਸੀਂ ਇੱਥੇ ਮੀਟਿੰਗ ਨਹੀਂ ਕਰਨੀ, ਭਾਜੋ। ਅਸੀਂ ਕਹਿੰਦੇ ਉਹਨਾਂ ਨੂੰ ਕਿਹਾ ਕਿ ਅਸੀਂ ਮੀਟਿੰਗ ਤਾਂ ਕਰਨੀ ਹੈ ਕਿਉਂਕਿ ਸਾਡਾ ਰਾਈਟ ਬਣਦਾ ਹੈ, ਤੇ ਉਹਨਾਂ ਨੇ ਕਹਿੰਦੇ 300 ਬੰਦਾ ਸੱਦ ਲਿਆ, ਹਥਿਆਰ ਬੰਦ ਆਣ ਕੇ ਕੋਠੀ ਵੀ ਭੰਨੀ, ਸਾਡੇ ਬੰਦਿਆਂ ਦਾ ਕਟਾਪਾ ਵੀ ਚਾੜਿਆ। ਉੱਧਰ ਦੂਸਰੇ ਪਾਸੇ ਕਮਲਜੀਤ ਕਰਵਲ, ਜਿਹੜੇ ਕਿ ਬਹੁਤ ਸਾਰੇ ਬਿਲਕੁਲ ਜੀ, ਉਹਨਾਂ ਨੇ ਪੱਤ ਕੱਢੇ ਪੂਰੇ, ਉਹ ਕਹਿੰਦੇ ਕਿ ਮੈਂ ਬਹੁਤ ਲੰਬਾ ਸਮਾਂ ਸਿਮਰਜੀਤ ਬੈਂਸ ਦੇ ਨਾਲ ਰਿਹਾ, ਮੈਨੂੰ ਪਤਾ ਇਹ ਬੰਦਾ ਜਦੋਂ ਹਰਦਾ ਹੋਵੇ ਉਦੋਂ ਇਦਾਂ ਕਰਦਾ। ਉਹਨਾਂ ਨੇ ਸਿੱਧੇ ਤੌਰ ਤੇ ਕਹਿਤਾ ਕਿ ਮੀਟਿੰਗ ਕਰ ਰਹੇ ਸੀ ਅਸੀਂ, ਸਿਮਰਜੀਤ ਬੈਂਸ ਦੇ ਬੰਦਿਆਂ ਨੇ ਸਾਨੂੰ ਆ ਕੇ ਰੋਕਿਆ, ਸਾਡੇ ਬੰਦੇ ਦਾ ਘਰ ਧੰਨਿਆ, ਸਾਨੂੰ ਕਟਾਪਾ ਚਾੜਿਆ, ਇਸ ਕਰਕੇ ਪਰਚਾ ਉਹਦੇ ਤੇ ਹੋ ਗਿਆ। ਹੁਣ ਕਮਲਜੀਤ ਕਰਵਲ ਨੇ ਇੱਥੋਂ ਤੱਕ ਵੀ ਕਹਿਤਾ, ਕਹਿੰਦੇ ਅਸਲ ਦੇ ਵਿੱਚ ਆਮ ਆਦਮੀ ਪਾਰਟੀ ਤੇ ਲੋਕ ਇਨਸਾਫ਼ ਪਾਰਟੀ ਨੂੰ ਪਤਾ ਲੱਗ ਗਿਆ ਕਿ ਲੁਧਿਆਣੇ ਦੀ ਚੋਣ ਉਹਨਾਂ ਨੇ ਬੁਰੇ ਤਰੀਕੇ ਹਾਰਨੀ ਹੈ, ਜਿਵੇਂ ਇਹਨਾਂ ਨੇ ਅੰਮ੍ਰਿਤਸਰ, ਜਲੰਧਰ ਤੇ ਪਟਿਆਲਾ ਹਾਰਿਆ। ਇਸ ਕਰਕੇ ਉਹ ਸਿਆਸੀ ਬੇਇੱਜ਼ਤੀ ਦੇ ਡਰੋਂ ਇਦਾਂ ਦਾ ਮਾਹੌਲ ਪੈਦਾ ਕਰਨਾ ਚਾਹੁੰਦੇ ਆ, ਜਿਹਦੇ ਵਿੱਚ ਉਹ ਆਖਰੀ ਦਿਨ ਜਾ ਕੇ ਕਹਿ ਦੇਣ ਕਿ ਭਾਈ ਅਸੀਂ ਚੋਣਾਂ ਦੀ ਪ੍ਰਕਿਰਿਆ ਤੋਂ ਬਾਹਰ, ਅਸੀਂ ਨੀ ਚੋਣ ਲੜਨੀ, ਤੇ ਫਿਰ ਉਹਨਾਂ ਦੀ ਜਿਹੜੀ ਸਿਆਸੀ ਤੌਰ ਦੇ ਉੱਤੇ ਹੱਥ ਘੱਟ ਹੋਈ। ਪਰ ਦੂਸਰੇ ਪਾਸੇ ਹੁਣ ਸੁਖਪਾਲ ਸਿੰਘ ਖਹਿਰਾ ਤੇ ਸਿਮਰਜੀਤ ਸਿੰਘ ਬੈਂਸ ਦੇ ਨਾਲ ਤੁਰ ਪਏ ਬਲਵਿੰਦਰ ਬੈਂਸ, ਇਹਨਾਂ ਨੇ ਲੁਧਿਆਣੇ ਦੇ ਪੁਲਿਸ ਕਮਿਸ਼ਨਰ ਦੇ ਨਾਲ ਮੁਲਾਕਾਤ ਕੀਤੀ, 24 ਘੰਟੇ ਦਾ ਸਮਾਂ ਦੇ ਦਿੱਤਾ। ਕਹਿੰਦੇ ਜੇ ਤਾਂ 24 ਘੰਟਿਆਂ ਦੇ ਵਿੱਚ ਜ਼ਿੰਮੇਵਾਰ ਕਾਂਗਰਸੀ ਜਿਹੜੇ ਨੇ ਉਹਨਾਂ ਦੇ ਉੱਤੇ ਪਰਚਾ ਦਰਜ ਹੋ ਜਾਏਗਾ ਤਾਂ ਠੀਕ ਹੈ, ਨਹੀਂ ਤਾਂ ਅਸੀਂ ਕਮਿਸ਼ਨਰ ਦੇ ਦਫ਼ਤਰ ਦੇ ਬਾਅਦ ਧਰਨੇ ਤੇ ਬੈਠਾਂਗੇ। ਇੱਥੋਂ ਤੱਕ ਸਿਮਰਜੀਤ ਬੈਂਸ ਨੇ ਕਹਿਤਾ ਕਿ ਅਸੀਂ ਹਾਈਕੋਰਟ ਤੱਕ ਜਾਵਾਂਗੇ ਇਨਸਾਫ਼ ਮੰਗਣ ਦੇ ਲਈ, ਪਿਛਾਂ ਨਹੀਂ ਹਟਦੇ, ਪਰ ਧੱਕੇਸ਼ਾਹੀ ਨਹੀਂ ਲੁਧਿਆਣੇ 'ਚ ਹੋਣ ਦੇਣੀ, ਇਹ ਗੱਲ ਪੱਕੀ ਹੈ। ਸੁਖਪਾਲ ਸਿੰਘ ਖਹਿਰਾ ਨੇ
ਇੱਥੋਂ ਤੱਕ ਜਦ ਤੱਕ ਕਾਂਗਰਸ ਪਾਰਟੀ ਦੀ ਸਰਕਾਰ ਜੰਗਲ ਰਾਜ ਚਲਾ ਰਹੀ ਹੈ, ਵਿਰੋਧੀਆਂ ਦੀ ਲੁਧਿਆਣੇ ਦੇ ਵਿੱਚ ਆਵਾਜ਼ ਬੁਲੰਦ ਕਰਨ ਦਾ ਯਤਨ ਕੀਤਾ ਜਾ ਰਿਹਾ। ਸੁਖਨੈਬ ਜੀ, ਗਲਤੀ ਸਿਮਰਜੀਤ ਬੈਂਸ ਦੀ ਹੈ ਜਾਂ ਕਮਲਜੀਤ ਕਰਵਲ ਦੀ ਹੈ, ਗੱਲ ਉਹ ਨਹੀਂ। ਗੱਲ ਇਹ ਹੈ ਕਿ ਜੇ ਤਾਂ ਲੁਧਿਆਣੇ ਦੇ ਲੋਕਾਂ ਤੋਂ ਇੱਕ ਸਾਲ ਦੀ ਕਾਂਗਰਸ ਪਾਰਟੀ ਦੀ ਸਰਕਾਰ ਦੀ ਕਾਰਗੁਜ਼ਾਰੀ ਦਾ ਲੇਖਾ ਜੋਖਾ ਲੈਣਾ, ਜੇ ਬੈਂਸ ਤਰ੍ਹਾਂ ਇਹ ਪਤਾ ਕਰਨਾ ਚਾਹੁੰਦੇ ਆ ਕਿ ਅਜੇ ਤੱਕ ਵੀ ਲੁਧਿਆਣੇ ਦੇ ਵਿੱਚ ਉਹਨਾਂ ਦਾ ਕਿੰਨਾ ਠੁੱਕ ਠੁੱਕ ਹੈਗਾ, ਤਾਂ ਸਾਰੀਆਂ ਧਿਰਾਂ ਨੂੰ ਹਿੰਸਕ ਗਤੀਵਿਧੀਆਂ ਤੋਂ ਪਰੇ ਲੈਣਾ ਪਏਗਾ। ਤੇ ਜੇ ਆਪਾਂ ਹਿੰਸਕ ਗਤੀਵਿਧੀਆਂ ਕਰਾਂਗੇ, ਬਹੁਤੇ ਲੋਕ ਸਮਾਜ ਦੇ ਅੱਜ ਵੀ ਹਿੰਸਦੇ ਆ ਜਿਹੜੇ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦੇ ਵਿੱਚ ਉਲਝਣਾ ਨਹੀਂ ਚਾਹੁੰਦੇ। ਹੋ ਸਕਦਾ ਚਾਰ ਬੰਦੇ ਵੋਟ ਪਾਉਣ ਹੀ ਆਉਣ, ਕਿ ਭਾਈ ਜਿਹੜੇ ਪਹਿਲਾਂ ਲੜੀ ਜਾਂਦੇ ਆ ਵੋਟਾਂ ਵਾਲੇ ਦਿਨ ਕਿਹੜਾ ਲੜ ਨਹੀਂ ਸਕਦੇ। ਹੋ ਸਕਦਾ ਕਿ ਇਹਨਾਂ ਲੜਾਈਆਂ ਕਢਾਈਆਂ ਦੇ ਕਰਕੇ ਜਿਹੜੀ ਪੰਜਾਬ ਦੀ ਸਭ ਤੋਂ ਵੱਡੀ ਸਮੱਸਿਆ ਸੁਖਨੈਬ ਜੀ, ਕਿ ਮੁੱਖ ਮੁੱਦਿਆਂ ਤੋਂ ਧਿਆਨ ਦਾ ਲਾਂਭੇ ਹੋ ਜਾਣਾ। ਮੈਨੂੰ ਡਰ ਹੈ ਕਿ ਇੱਕ ਦੋ ਝਗੜੇ ਇੱਦਾਂ ਦੇ ਹੋਰ ਹੋ ਗਏ ਤਾਂ ਸਮਝ ਲਓ ਕਿ ਲੁਧਿਆਣੇ ਦੇ ਲੋਕਾਂ ਦਾ ਧਿਆਨ ਭਟਕਾ ਦਿੱਤਾ ਗਿਆ। ਫਿਰ ਸੀਵਰੇਜ ਮੁੱਦਾ ਨਹੀਂ ਰਹਿਣਾ, ਫਿਰ ਆਵਾਜਾਈ ਮੁੱਦਾ ਨਹੀਂ ਰਹਿਣੀ, ਫਿਰ ਪ੍ਰਦੂਸ਼ਣ ਮੁੱਦਾ ਨਹੀਂ ਰਹਿਣਾ, ਫਿਰ ਉਦਯੋਗ ਮੁੱਦਾ ਨਹੀਂ ਰਹਿਣੇ, ਫਿਰ ਪਾਰਕ ਮੁੱਦਾ ਨਹੀਂ ਰਹਿਣੇ, ਫਿਰ ਸਟਰੀਟ ਲਾਈਟਾਂ ਮੁੱਦਾ ਨਹੀਂ ਰਹਿਣੀਆਂ, ਫਿਰ ਪੀਣ ਵਾਲਾ ਪਾਣੀ ਮੁੱਦਾ ਨਹੀਂ ਰਹਿਣਾ, ਫਿਰ ਉੱਥੇ ਭੀੜੀਆਂ ਗਲੀਆਂ ਦੇ ਵਿੱਚ, ਨੀਵੀਆਂ ਗਲੀਆਂ ਦੇ ਵਿੱਚ ਬਰਸਾਤਾਂ ਨੂੰ ਖੜਾ ਹੋਣ ਵਾਲਾ ਪਾਣੀ ਮੁੱਦਾ ਨਹੀਂ ਰਹਿਣਾ, ਫਿਰ ਡੇਂਗੂ ਤੇ ਮਲੇਰੀਆ ਮੁੱਦਾ ਨਹੀਂ ਰਹਿਣਾ। ਫਿਰ ਮੁੱਦਾ ਇਹ ਹੋਣਾ ਕਿ ਕਿਹੜੇ ਚਾਰ ਚੰਡਾਂ ਘੱਟ ਪਈਆਂ ਤੇ ਕਿਹੜੇ ਵੱਧ ਪਈਆਂ, ਪਰਚਾ ਕਿਹਦੇ ਤੇ ਹੋਇਆ ਤੇ ਕਿਹਦੇ ਤੇ ਨਹੀਂ ਹੋਇਆ, ਕਿਹਨੇ ਕਿਹਨੂੰ ਕਿੰਨੇ ਬੋਲ ਤੇ ਕਿਹਨੇ ਕਿਹਨੂੰ ਕਿੰਨੇ ਕਬੂਲ ਬੋਲਿਆ। ਸੋ ਕੁੱਲ ਮਿਲਾ ਕੇ ਜਿੰਨੀ ਛੇਤੀ ਹੋ ਸਕਦਾ, ਭਾਵੇਂ ਉਹ ਕਪਤਾਨ ਸਾਹਿਬ ਦੀ ਸਰਕਾਰ ਹੈ ਤੇ ਭਾਵੇਂ ਕੋਈ ਹੋਰ, ਉਹਨਾਂ ਸਾਰਿਆਂ ਨੂੰ ਇਸ ਮੁੱਦੇ ਤੇ ਸਖ਼ਤ ਐਕਸ਼ਨ ਲੈਣਾ ਚਾਹੀਦਾ, ਤਾਂ ਜੋ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਲੁਧਿਆਣੇ ਦੇ ਵਿੱਚ 24 ਵੋਟਾਂ ਪੈ ਕੇ 27 ਨੂੰ ਨਤੀਜਾ ਆ ਸਕੇ ਜੀ। ਤੇ ਬਹਿਬਲ ਕਲਾਂ ਕਾਂਡ ਦੀ ਜਾਂਚ ਦਾ ਵਿਵਾਦ ਫਿਰ ਵੱਧ ਗਿਆ ਜੀ, ਇਹ ਕੀ ਮਾਮਲਾ ਹੋ ਗਿਆ? ਵਟਸਐਪ ਹਜੇ ਹੱਲ ਹੋ ਨਹੀਂ ਰਿਹਾ, ਵਿਵਾਦ ਵਧੀ ਜਾਂਦਾ। ਸੁਖਨੈਬ ਜੀ, ਕਈ ਮੁੱਦੇ ਇੰਨੇ ਵੱਡੇ ਨੇ ਪਰ ਉਹਨਾਂ ਨੂੰ ਇੰਨੇ ਛੋਟੇ ਢੰਗ ਦੇ ਨਾਲ ਹੱਲ ਕਰਨ ਦਾ ਜਾਂ ਠੰਡੇ ਰਸਤੇ ਦੇ ਵਿੱਚ ਪਾਉਣ ਦਾ ਯਤਨ ਕੀਤਾ ਜਾ ਰਿਹਾ ਕਿ ਲੋਕ ਹੈਰਾਨ ਹੋਣ ਦੇ ਨਾਲ ਨਾਲ ਪਰੇਸ਼ਾਨ ਹੋਈ ਜਾਂਦੇ ਨੇ। ਬਰਗਾੜੀ ਕਾਂਡ ਦੇ ਨਾਲ ਜੁੜਿਆ ਬਹਿਬਲ ਕਲਾਂ ਕਾਂਡ, ਇੱਕ ਜਗ੍ਹਾ ਦੇ ਉੱਤੇ ਬੇਅਦਬੀ ਹੁੰਦੀ ਹੈ, ਬੇਅਦਬੀ ਹੋਣ ਤੋਂ ਬਾਅਦ ਸੰਗਤ ਸ਼ਾਂਤਮਈ ਢੰਗ ਦੇ ਨਾਲ ਰੋਸ ਮੁਜ਼ਾਹਰਾ ਦੂਜੀ ਥਾਂ ਦੇ ਉੱਤੇ ਕਰਦੀ ਹੈ। ਆਪਾਂ ਸਾਰਿਆਂ ਨੂੰ ਪਤਾ ਕਿ ਘਟਨਾ ਇੰਨੀ ਕੁ ਸੀ ਕਿ ਸੰਗਤ ਰੋਸ ਮੁਜ਼ਾਹਰਾ ਕਰ ਰਹੀ ਸੀ ਕਿ ਬੇਅਦਬੀ ਜਿਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੀਤੀ ਹੈ ਉਹ ਦੋਸ਼ੀ ਸਾਹਮਣੇ ਆਉਣ ਤੇ ਉਹਨਾਂ ਨੂੰ ਸਜ਼ਾ ਦਿੱਤੀ ਜਾ ਸਕੇ, ਜਿੰਨੀ ਛੇਤੀ ਹੈ ਸਕਦਾ ਬੰਦੇ ਫੜੋ। ਪਰ ਉੱਥੇ ਪੁਲਿਸ ਆਉਂਦੀ ਹੈ, ਮਾਹੌਲ ਕੁਝ ਇਸ ਤਰ੍ਹਾਂ ਦਾ ਬਣਦਾ ਜਾਂ ਬਣਾ ਦਿੱਤਾ ਜਾਂਦਾ ਕਿ ਪੁਲਿਸ ਗੋਲੀ ਚਲਾਉਂਦੀ ਹੈ। ਕ੍ਰਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਦੋ ਸਿੱਖਾਂ ਦੀ ਮੌਤ ਹੁੰਦੀ ਹੈ, ਕਈ ਜ਼ਖਮੀ ਹੁੰਦੇ ਨੇ। ਫਿਰ ਰੋਸਾ ਸਾਰੇ ਪੰਜਾਬ 'ਚ ਨਹੀਂ ਸਾਰੀ ਦੁਨੀਆਂ 'ਚ ਫੈਲਦਾ, ਆਖਿਰਕਾਰ ਪਰਚਾ ਦਰਜ ਹੁੰਦਾ। ਪਰਚੇ ਦੇ ਵਿੱਚ ਇਹ ਗੱਲ ਤਾਂ ਮੰਨੀ ਜਾਂਦੀ ਹੈ ਕਿ ਗੋਲੀ ਪੁਲਿਸ ਨੇ ਚਲਾਈ, ਪਰ ਪੁਲਿਸ ਅੱਜ ਦੀ ਤਰੀਕ ਤੱਕ ਵੀ ਉਸ ਪਰਚੇ 'ਚ ਅਣਪਛਾਤੀ ਹੈ। ਇਹ ਮਸਲਾ ਇੱਕ ਰਹਿ ਗਿਆ। ਇਹ ਸਾਰੀ ਗੱਲ ਦੀ ਜਾਂਚ ਪੜਤਾਲ ਅੱਜ ਤੱਕ ਫਰੀਦਕੋਟ ਦੀ ਪੁਲਿਸ ਕਰ ਰਹੀ ਸੀ 3 ਦਿਨ ਪਹਿਲਾਂ ਤੱਕ। ਇਹਦੇ ਤੋਂ ਇਲਾਵਾ ਫਿਰ ਅਗਲਾ ਮਸਲਾ ਇਹ ਖੜਾ ਹੋ ਗਿਆ, ਆਪਾਂ ਪਿਛਲੇ ਦਿਨਾਂ ਦੇ ਵਿੱਚ ਰੇਡੀਓ ਚੱਲ ਪ੍ਰਦੇਸੀ ਦੇ ਸੋਤਿਆਂ ਦੇ ਨਾਲ ਬੜੇ ਵਿਸਥਾਰ ਦੇ ਵਿੱਚ ਇਹ ਗੱਲਬਾਤ ਸਾਂਝੀ ਕੀਤੀ ਸੀ ਕਿ ਜਿਹੜੀਆਂ ਗੋਲੀਆਂ ਪੋਸਟਮਾਰਟਮ ਦੇ ਦੌਰਾਨ ਕ੍ਰਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਦੀ ਬਾਡੀ ਦੇ ਵਿੱਚੋਂ ਨਿਕਲੀਆਂ, ਉਹਨਾਂ ਗੋਲੀਆਂ ਦੀ 2 ਲੈਬੋਰਟਰੀਜ਼ ਦੇ ਵਿੱਚ ਜਾਂਚ ਕੀਤੀ ਗਈ, 1 ਲੈਬੋਰਟਰੀ ਕੇਂਦਰ ਸਰਕਾਰ ਦੀ, ਦੂਸਰੀ ਲੈਬੋਰਟਰੀ ਪੰਜਾਬ ਸਰਕਾਰ ਦੀ। ਕੇਂਦਰ ਸਰਕਾਰ ਦੀ ਲੈਬੋਰਟਰੀ ਦੀ ਰਿਪੋਰਟ ਇਹ ਕਹਿੰਦੀ ਸੀ ਕਿ ਗੋਲੀਆਂ ਦੇ ਨਾਲ ਬੁਰੇ ਤਰੀਕੇ ਛੇੜਖਾਨੀ ਕੀਤੀ ਗਈ ਹੈ, ਟੈਂਪਰ ਉਹਨਾਂ ਨੂੰ ਕੀਤਾ ਗਿਆ ਤੇ ਗੋਲੀਆਂ ਦੀ ਛੇੜਖਾਨੀ ਦੇ ਕਰਕੇ ਇਹ ਪਤਾ ਨਹੀਂ ਲੱਗ ਰਿਹਾ ਕਿ ਉਹ ਕਿਹੜੇ ਵੈਪਨ ਦੇ ਵਿੱਚੋਂ ਚੱਲੀਆਂ, ਜਦਕਿ ਉਹਨਾਂ ਹੀ ਗੋਲੀਆਂ ਦੀ ਪੰਜਾਬ ਸਰਕਾਰ ਦੀ ਜਾਂਚ ਜਿਹੜੀ ਹੈ ਲੈਬੋਰਟਰੀ ਪੰਜਾਬ ਸਰਕਾਰ ਦੀ, ਉਹਨਾਂ ਨੇ ਬਿਲਕੁਲ ਵੀ ਛੇੜਛਾੜ ਸੰਬੰਧੀ ਇੱਕ ਵੀ ਸ਼ਬਦ ਉਹਦੇ ਵਿੱਚ ਲਿਖਿਆ ਹੀ ਨਹੀਂ। ਇਹ ਤਾਂ ਮਤਲਬ ਹੈ ਕਿ ਦੋਵਾਂ ਲੈਬੋਰਟਰੀਜ਼ ਵਿੱਚੋਂ 1 ਲੈਬੋਰਟਰੀ ਦੀ ਰਿਪੋਰਟ ਤਾਂ ਗਲਤ ਹੈ। ਉਹ ਰਿਪੋਰਟ ਗਲਤ ਕਿਉਂ ਬਣਾਈ ਗਈ, ਕਿਹਦੇ ਕਹਿਣ ਤੇ ਬਣਾਈ ਗਈ, ਕਿਹਨੂੰ ਬਚਾਉਣ ਤੇ ਕਿਹਨੂੰ ਫਸਾਉਣ ਦਾ ਯਤਨ ਕੀਤਾ ਗਿਆ, ਉਹ ਸਾਰੀ ਚੀਜ਼ ਆਪਣੇ ਆਪ ਦੇ ਵਿੱਚ ਇੱਕ ਸਵਾਲ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਖੜੀ ਹੈ, ਜਿਹਦਾ ਜਵਾਬ ਨਹੀਂ ਨਿਕਲਦਾ। ਪਿਛਲੇ ਦਿਨਾਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤੇ ਬਾਕੀ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੇ ਨਾਲ ਸੰਬੰਧਿਤ ਘਟਨਾਵਾਂ ਦੀ ਜਾਂਚ ਦੇ ਲਈ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਨੇ ਜਿਹੜਾ ਕਮਿਸ਼ਨ ਬਣਾਇਆ ਸੀ ਜਸਟਿਸ ਰਣਜੀਤ ਸਿੰਘ ਹੋਰਾਂ ਦੀ ਅਗਵਾਈ 'ਚ, ਉਸ ਜਸਟਿਸ ਰਣਜੀਤ ਸਿੰਘ ਹੋਰਾਂ ਨੇ ਡੀਜੀਪੀ ਪੰਜਾਬ ਪੁਲਿਸ ਨੂੰ ਸਪਸ਼ਟ ਰੂਪ ਦੇ ਵਿੱਚ ਕਿਹਾ ਸੀ ਕਿ 2.5 ਸਾਲ ਹੋ ਗਏ ਫਰੀਦਕੋਟ ਦੀ ਪੁਲਿਸ ਨੂੰ ਤੁਸੀਂ ਜਾਂਚ ਦਾ ਕੰਮ ਦਿੱਤਾ ਹੋਇਆ ਤੇ ਅਸੀਂ ਜਿੰਨਾ ਕੁ ਪੜਤਾਲ ਕੀਤੀ ਹੈ ਉਹਦੇ ਮੁਤਾਬਕ ਫਰੀਦਕੋਟ ਦੀ ਪੁਲਿਸ ਬਿਲਕੁਲ ਵੀ ਠੀਕ ਢੰਗ ਦੇ ਨਾਲ ਜਾਂਚ ਨਹੀਂ ਕਰ ਰਹੀ, ਕੇਸ ਬਹੁਤ ਵੱਡਾ ਤੇ ਬੜੇ ਪੇਤਲੇ ਪੱਧਰ ਦੇ ਨਾਲ ਉਹਨੂੰ ਹੱਲ ਕਰਨ ਦਾ ਯਤਨ ਹੈ ਤੇ ਅਸੀਂ ਤੁਹਾਨੂੰ ਕਹਿੰਦੇ ਹਾਂ ਕਿ ਤੁਸੀਂ ਠੋਕ ਵਜਾ ਕੇ ਕਾਰਵਾਈ ਕਰੋ। ਡੀਜੀਪੀ ਸਾਹਿਬ ਨੇ 2 ਦਿਨ ਦੇ ਅੰਦਰ ਅੰਦਰ ਫਰੀਦਕੋਟ ਪੁਲਿਸ ਤੋਂ ਜਾਂਚ ਦਾ ਜ਼ਿੰਮਾ ਲੈ ਕੇ ਫਿਰੋਜ਼ਪੁਰ ਪੁਲਿਸ ਨੂੰ ਦੇ ਦਿੱਤਾ ਐਸਐਸਪੀ ਸਾਹਿਬ ਨੂੰ।
ਚੰਗਾ ਕੀਤਾ ਦੇਤਾ ਜਿਹੜਾ ਬੰਦਾ ਕੰਮ ਨਹੀਂ ਕਰਦਾ ਉਸ ਬੰਦੇ ਦੇ ਕੋਲ ਕੋਈ ਵੱਡੇ ਮਾਮਲੇ ਦੀ ਜਾਂਚ ਲੈਣੀ ਹੋਣੀ ਚਾਹੀਦੀ। ਪਰ ਅਜੇ ਤੱਕ ਵੀ ਆਪਾਂ ਇਸ ਗੱਲ ਦੀ ਸ਼ਾਦੀ ਨਹੀਂ ਭਰ ਸਕਦੇ ਕਿ ਮਾਮਲਾ ਫਰੀਦਕੋਟ ਦੀ ਪੁਲਿਸ ਤੋਂ ਫਿਰੋਜ਼ਪੁਰ ਦੀ ਪੁਲਿਸ ਤੱਕ ਪੁੱਜਾ ਤਾਂ ਇਸ ਮਾਮਲੇ ਦੇ ਵਿੱਚ ਇਨਸਾਫ਼ ਮਿਲ ਜਾਣਾ। ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਜੇ ਸਮਾਬੱਧ ਜਾਂਚ ਪੜਤਾਲ ਕਰਕੇ ਕਥਿਤ ਦੋਸ਼ੀਆਂ ਦੇ ਨਾਮ ਨਸ਼ਰ ਕਰ ਦਿੱਤੇ ਤਾਂ ਬੱਲੇ ਬੱਲੇ ਹੈ ਫਿਰੋਜ਼ਪੁਰ ਪੁਲਿਸ ਦੀ, ਤੇ ਜੇ ਹਾਲਾਤ ਫਰੀਦਕੋਟ ਪੁਲਿਸ ਵਾਲੇ ਦੇ ਤਾਂ ਸਾਲ 6 ਮਹੀਨੇ ਬਾਅਦ ਇਧਰਲੇ ਪਾਸੇ ਜਾਂਚ ਲੈ ਕੇ ਕਿਸੇ ਤੀਜੇ ਨੂੰ ਦੇ ਦੇਣਗੇ। ਹੁਣ ਜਦੋਂ ਜਾਂਚ ਬਦਲੀ ਹੈ 2.25 ਸਾਲ ਬਾਅਦ ਫਰੀਦਕੋਟ ਪੁਲਿਸ ਦੇ ਕੋਲ ਫਾਈਲ ਫਿਰੋਜ਼ਪੁਰ ਪੁਲਿਸ ਦੇ ਕੋਲ ਗਈ ਹੈ ਤਾਂ ਸੁਖਨੈਬ ਜੀ ਦੋ ਕਹਾਣੀਆਂ ਨੇ ਇਹ ਗੱਲ ਸਪਸ਼ਟ ਕਰ ਦਿੱਤੀ ਕਿ ਲੋਕਾਂ ਨੂੰ ਇਨਸਾਫ਼ ਦੇਣ ਦੀ ਗੱਲ ਤਾਂ ਜਾਂਚ ਅਧਿਕਾਰੀਆਂ ਦੇ ਮਨ 'ਚ ਹੀ ਨਹੀਂ ਸੀ। ਦੇਖੋ ਲੋਕ ਸ਼ਾਂਤਮਈ ਢੰਗ ਦੇ ਨਾਲ ਬੈਠੇ ਮੁਜ਼ਾਹਰਾ ਕਰ ਰਹੇ ਆ, ਪੁਲਿਸ ਗੋਲੀ ਚਲਾਉਂਦੀ ਹੈ, ਦੋ ਬੰਦਿਆਂ ਦੀ ਮੌਤ ਹੁੰਦੀ ਹੈ, ਕੁਝ ਜ਼ਖਮੀ ਹੁੰਦੇ ਆ। ਜੇ ਜਾਂਚ ਪੜਤਾਲ ਕਰਨ ਲੱਗੇ ਸਭ ਤੋਂ ਪਹਿਲਾਂ ਕਿਹਨੂੰ ਪੁੱਛਣਾ? ਜਿਹੜਾ ਬੰਦਾ ਜ਼ਖਮੀ ਹੋਇਆ, ਜਿਹੜਾ ਬੰਦਾ ਮਰਨ ਵਾਲੇ ਦੇ ਗੁਆਂਢ 'ਚ ਬੈਠਾ ਸੀ, ਜ਼ਖਮੀ ਬੰਦਾ ਦੱਸ ਸਕੇਗਾ ਨਾ ਮਾਹੌਲ ਕੀ ਸੀ, ਗੋਲੀਆਂ ਕਿਹਨੇ ਚਲਾਈਆਂ, ਕਿੱਧਰਲੇ ਪਾਸੇ ਚੱਲੀਆਂ, ਭਗਦੜ ਕਿਉਂ ਮਚੀ, ਪਹਿਲਕਦਮੀ ਕਿਹਨੇ ਕੀਤੀ? ਇੱਕ ਜ਼ਖਮੀ ਬੰਦਾ ਜਿਹਦੇ ਬਾਡੀ ਦੇ ਵਿੱਚ ਉਸ ਘਟਨਾ ਦੇ ਵਿੱਚ ਗੋਲੀ ਲੱਗੀ ਆਰਾਮ ਨਾਲ ਦੱਸੇਗਾ। ਪਰ 2.25 ਸਾਲਾਂ ਦੇ ਵਿੱਚ ਫਰੀਦਕੋਟ ਦੀ ਪੁਲਿਸ ਨੇ ਇੰਨੇ ਸ਼ਾਨਦਾਰ ਢੰਗ ਦੇ ਨਾਲ ਇਸ ਬਹਿਬਲ ਕਲਾਂ ਕਾਂਡ ਦੀ ਜਾਂਚ ਕੀਤੀ ਕਿ ਇੱਕ ਵੀ ਜ਼ਖਮੀ ਬੰਦੇ ਦਾ ਉਹਨਾਂ ਨੇ ਬਿਆਨ ਤੱਕ ਦਰਜ ਨਹੀਂ ਕੀਤਾ। ਇਹਦਾ ਮਤਲਬ ਹੈ ਕਿ ਉਹਨਾਂ ਨੇ ਪੌੜੀ ਜਾਂ ਕੋਠੇ ਨੂੰ ਲਾ ਲਈ, ਛੱਤ ਨੂੰ ਲਾ ਲਈ, ਪਰ ਪੈਰ ਪਹਿਲੇ ਡੰਡੇ ਦੇ ਉੱਤੇ ਵੀ ਨਹੀਂ ਅਜੇ ਰੱਖਿਆ। ਇਹ ਤਾਂ ਸਧਾਰਨ ਲੋਕ ਜ਼ਖਮੀ ਹੋਏ ਸੀ ਨਾ, ਜਿਹਨਾਂ ਨੇ ਦੱਸਣਾ ਸੀ ਕਿ ਕਿਹੜੀ ਪੁਲਿਸ ਨੇ ਗੋਲੀਬਾਰੀ ਕੀਤੀ ਜਾਂ ਕਿਹੜੇ ਕਰਮਚਾਰੀ ਜਾਂ ਅਧਿਕਾਰੀ ਨੇ ਗੋਲੀਬਾਰੀ ਕਰਨ ਦਾ ਹੁਕਮ ਦਿੱਤਾ। ਇੱਥੋਂ ਤੱਕ ਕਿ ਉਸ ਸਾਰੀ ਘਟਨਾ ਦੇ ਵਿੱਚ ਫਰੀਦਕੋਟ ਪੁਲਿਸ ਦਾ ਇੱਕ ਪੁਲਿਸ ਕਰਮਚਾਰੀ ਜਿਹੜਾ ਉਹ ਵੀ ਜ਼ਖਮੀ ਹੋ ਗਿਆ ਸੀ। 2.25 ਸਾਲਾਂ ਤੋਂ ਉਹ ਜਿਹੜਾ ਪੁਲਿਸ ਦਾ ਸਿਪਾਹੀ ਹੈ ਉਹ ਅਜੇ ਤੱਕ ਵੀ ਉਸੇ ਫਰੀਦਕੋਟ ਪੁਲਿਸ ਦੇ ਕੋਲੇ ਨੌਕਰੀ ਕਰਦਾ। ਜੇ ਫਰੀਦਕੋਟ ਦੀ ਪੁਲਿਸ ਆਪਣੇ ਥਾਣੇ ਦੇ ਵਿੱਚ ਤਾਇਨਾਤ ਉਸ ਘਟਨਾ ਦੇ ਨਾਲ ਸੰਬੰਧਿਤ ਇੱਕ ਪੁਲਿਸ ਕਰਮਚਾਰੀ ਦੇ ਅਜੇ ਤੱਕ ਬਿਆਨ ਨਹੀਂ ਦਰਜ ਕਰ ਸਕੀ ਤਾਂ ਅਸੀਂ ਕਿਵੇਂ ਉਮੀਦ ਕਰ ਸਕਦੇ ਹਾਂ ਕਿ ਉਹਨਾਂ ਨੇ ਇਸ ਸਾਰੇ ਮਸਲੇ ਦੇ ਵਿੱਚ ਚੰਗੇ ਤਰੀਕੇ ਦੇ ਨਾਲ ਸਬੂਤ ਲੱਭ ਕੇ, ਕਥਿਤ ਦੋਸ਼ੀਆਂ ਨੂੰ ਲੱਭ ਕੇ ਮਾਮਲਾ ਹੱਲ ਕਰਨ ਦਾ ਯਤਨ ਜਿਹੜਾ ਉਹ ਕੀਤਾ ਹੋਏਗਾ। ਹੁਣ ਦੇਖਦੇ ਹਾਂ ਫਿਰੋਜ਼ਪੁਰ ਦੀ ਪੁਲਿਸ ਇਸ ਸਾਰੇ ਮਸਲੇ ਦੇ ਵਿੱਚ ਕੀ ਕਰਦੀ ਹੈ, ਤੇ ਦੂਸਰੇ ਪਾਸੇ ਜਸਟਿਸ ਰਣਜੀਤ ਸਿੰਘ ਹੋਰਾਂ ਦੀ ਆਪਣੇ ਬਲਬੂਤੇ ਤੇ ਕੀਤੀ ਗਈ ਜਾਂਚ ਜਿਹੜੀ ਹੈ ਉਹਦੀ ਰਿਪੋਰਟ ਤਕਰੀਬਨ ਮੁਕੰਮਲ ਹੈ। ਉਮੀਦ ਹੈ ਕਿ 15 ਮਾਰਚ ਤੋਂ ਪਹਿਲਾਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਟੇਬਲ ਤੇ ਹੋਏਗੀ ਉਹ ਫਾਈਲ ਜਿਹੜੀ ਹੈ ਪੂਰੀ ਰਿਪੋਰਟ। ਪਰ ਦੂਸਰੇ ਪਾਸੇ ਸਵਾਲ ਸੁਖਨੈਬ ਜੀ ਇਹ ਵੀ ਕਰਨਾ, ਰਿਪੋਰਟ ਤਾਂ ਆ ਜਾਏਗੀ, ਰਿਪੋਰਟ ਤਾਂ ਜਸਟਿਸ ਜੋਰਾ ਸਿੰਘ ਹੋਰਾਂ ਦੀ ਵੀ ਆਈ ਸੀ, ਮੁੱਖ ਮੰਤਰੀ ਭਾਵੇਂ ਪ੍ਰਕਾਸ਼ ਸਿੰਘ ਬਾਦਲ ਸੀ, ਪਰ ਉਹਨਾਂ ਦੀ ਰਿਪੋਰਟ ਕਿਸੇ ਨੇ ਪੜ੍ਹੀ? ਪਿਛਲੀ ਸਰਕਾਰ ਦੇ ਵੇਲੇ ਕਿਸੇ ਨੇ ਪੜ੍ਹੀ? ਉਹਨਾਂ ਦੀ ਰਿਪੋਰਟ ਕਿਸੇ ਲਾਗੂ ਕੀਤੀ? ਕਿਸੇ ਨਾ ਕੀਤੀ। ਤੇ ਹੁਣ ਜਸਟਿਸ ਰਣਜੀਤ ਸਿੰਘ ਹੋਰਾਂ ਦੀ ਰਿਪੋਰਟ ਜਦੋਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਟੇਬਲ ਤੇ ਜਾਏਗੀ ਤਾਂ ਇਹ ਉਸ ਰਿਪੋਰਟ ਦੇ ਪ੍ਰਤੀ ਕੀ ਵਿਵਹਾਰ ਕਰਨਗੇ ਆਉਣ ਵਾਲਾ ਸਮਾਂ ਦੱਸੇਗਾ। ਪਰ ਇਹ ਚੇਤਾ ਰੱਖਣਾ ਚਾਹੀਦਾ ਸਾਡੇ ਸਿਆਸਤਦਾਨਾਂ ਨੂੰ ਕਿ ਜਦੋਂ ਤੁਸੀਂ ਕੋਈ ਕਮੇਟੀ ਜਾਂ ਕਮਿਸ਼ਨ ਬਣਾਉਂਦੇ ਹੋ ਉਹਦੇ ਉੱਤੇ ਬਹੁਤ ਸਾਰੇ ਪੈਸੇ ਸਰਕਾਰ ਦੇ ਖਜ਼ਾਨੇ ਦੇ ਵਿੱਚੋਂ ਖਰਚਦੇ ਹੋ ਜਿਹੜੇ ਕਿ ਲੋਕਾਂ ਦੇ ਟੈਕਸ ਦੇ ਪੈਸੇ ਹੁੰਦੇ ਆ, ਤੇ ਜੇ ਕਮਿਸ਼ਨ ਬਣਾਉਂਦੇ ਹੋ ਤਾਂ ਰਿਪੋਰਟ ਪੜ੍ਹ ਕੇ ਜਾਂਚ ਪੜਤਾਲ ਕਰਕੇ ਲਾਗੂ ਕਰ ਦਿਓ, ਤੇ ਜੇ ਰਿਪੋਰਟਾਂ ਲਾਗੂ ਨਹੀਂ ਕਰਨੀਆਂ ਤਾਂ ਕਮਿਸ਼ਨ ਬਣਾ ਬਣਾ ਕੇ ਲੋਕਾਂ ਦੇ ਅੱਖੀ ਘੱਟਾ ਪਾਉਣ ਦੀ ਪ੍ਰਕਿਰਿਆ ਘੱਟੋ ਘੱਟ ਬੰਦ ਕਰ ਦੇਣੀ ਚਾਹੀਦੀ ਹੈ। ਜੀ ਵਾਟ ਸਾਹਿਬ ਆਪਾਂ ਗੱਲ ਕਰਾਂਗੇ ਜੀ ਨਾਲ ਨਾਲ ਜਿਹੜਾ ਪਸ਼ੂਆਂ ਦੇ ਉੱਤੇ ਵੀ ਗੁੰਡਾ ਟੈਕਸ ਲੱਗ ਗਿਆ ਤੇ ਹੋਰ ਚੀਜ਼ਾਂ ਦੀ, ਪਰ ਇਸ ਤੋਂ ਪਹਿਲਾਂ ਇੱਕ ਬ੍ਰੇਕ ਲੈ ਲਈਏ ਜੀ ਛੋਟਾ ਜਿਹਾ। ਜੀ ਲਓ ਜੀ ਇੱਕ ਵਾਰ ਫੇਰ ਸਾਰੇ ਸੱਜਣਾਂ ਦਾ ਸਵਾਗਤ ਤੇ ਵਟ ਸਾਹਿਬ ਗੱਲ ਕਰੀਏ ਜੀ ਪਸ਼ੂਆਂ ਦੇ ਉੱਤੇ ਵੀ ਗੁੰਡਾ ਟੈਕਸ ਲੱਗ ਗਿਆ, ਅੱਜ ਤਾਂ ਰਵਾਇਤ ਜੀ ਹੋ ਮਿਲਦਾ ਵਿਆਹ ਮੂਹਾਂ ਤੇ ਵੀ ਲੱਗ ਜਾਣਾ ਥੋੜੇ ਦਿਨਾਂ ਨੂੰ। ਸੁਖਨੈਬ ਜੀ ਗੱਲ ਤੁਹਾਡੀ ਠੀਕ ਹੈ, ਸੰਕੇਤ ਇਧਰਲੇ ਪਾਸੇ ਨੂੰ ਜਾਂਦੇ ਆ। ਹੁਣ 4 ਤੋਂ ਲੈ ਕੇ 5 ਘਟਨਾਵਾਂ ਏਦਾਂ ਦੀਆਂ ਸੀ ਜਿਹਨਾਂ ਘਟਨਾਵਾਂ ਦੇ ਕਰਕੇ ਕੈਪਟਨ ਸਾਹਿਬ ਦੀ ਸਰਕਾਰ ਦੇ ਉੱਤੇ ਸਵਾਲ ਖੜੇ ਹੋਏ ਆ। ਆਪਾਂ ਇਹ ਨਹੀਂ ਕਹਿੰਦੇ ਕਿ ਅਕਸ ਪੂਰੀ ਤਰ੍ਹਾਂ ਧੁੰਦਲਾ ਹੋ ਗਿਆ, ਪਰ ਜੇ ਰਫਤਾਰ ਗਤੀ ਸਪੀਡ ਇਹੀ ਰਹੀ ਤਾਂ ਅਕਸ ਨੂੰ ਧੁੰਦਲਾ ਹੋਣ ਤੋਂ ਰੋਕ ਵੀ ਕੋਈ ਨਹੀਂ ਸਕੇਗਾ। ਠੀਕ ਹੈ ਜਦੋਂ ਬੰਦਾ ਤੁਰਦਾ ਉਹਨੂੰ 4 ਠੇਡੇ ਲੱਗਦੇ ਆ, ਘਰੋਂ ਨਿਕਲੇਗਾ ਤਾਂ ਹੀ ਠੇਡੇ ਲੱਗਣਗੇ, ਪਰ ਠੇਡਿਆਂ ਤੋਂ ਅਸੀਂ ਆਪ ਬਚਣਾ ਹੁੰਦਾ। ਇੱਕ ਜਗ੍ਹਾ ਦੇ ਉੱਤੇ ਕੋਈ ਗਲਤੀ ਕਰ ਲਈ ਹੈ ਤਾਂ ਦੂਸਰੀ ਵਾਰੀ ਉਹੀ ਗਲਤੀ ਨਹੀਂ ਹੋਣੀ ਚਾਹੀਦੀ। ਜੇ ਤਾਂ ਕੈਪਟਨ ਅਮਰਿੰਦਰ ਸਿੰਘ ਹੋਰੀ ਆਪ ਜਾਂ ਉਹਨਾਂ ਦੀ ਕੈਬਨਿਟ ਦੇ ਕੁਝ ਇੱਕ ਸਾਥੀ ਇਸ ਸਾਰੇ ਮਸਲੇ ਦੇ ਉੱਤੇ ਕਾਬੂ ਪਾਉਣ ਦੇ ਲਈ ਯਤਨਸ਼ੀਲ ਹੋਣਗੇ ਤਾਂ ਕੰਮ ਹੋ ਜਾਣਾ ਬਚਾਅ ਵਾਲਾ, ਪਰ ਜੇ ਇਧਰਲੇ ਪਾਸੇ ਨੂੰ ਕੰਮ ਨਹੀਂ ਕਰੇਗਾ ਤਾਂ ਫਿਰ ਔਖਾ ਵੀ ਹੋਜੂ। ਸਭ ਤੋਂ ਪਹਿਲਾਂ ਮੈਂ ਇਹ ਦੱਸਿਆ ਕਿ ਜਿੰਨੇ ਕੁ ਰੌਲੇ ਰੱਪੇ ਪਏ ਨੇ ਇੱਕ ਰੇਤ ਮਾਫੀਆ ਤੋਂ ਇਲਾਵਾ ਜਾਂ ਰੇਤਾਂ ਦੀਆਂ ਖੱਡਾਂ ਦੇ ਰੌਲੇ ਤੋਂ ਇਲਾਵਾ
ਉਹ ਰੌਲੇ ਰੱਪੇ ਉਦੋਂ ਪਏ ਆ ਜਦੋਂ ਸੁਰੇਸ਼ ਕੁਮਾਰ ਹਰੀ ਮੁੱਖ ਪ੍ਰਮੁੱਖ ਸਕੱਤਰ ਦੇ ਅਹੁਦੇ ਤੋਂ ਪਰੇ ਚਲੇ ਗਏ। ਬਠਿੰਡੇ ਦੀ ਰਿਫਾਇਨਰੀ ਦੇ ਵਿੱਚ ਪੈਟਰੋਕੈਮੀਕਲ ਯੂਨਿਟ ਦਾ ਕੰਮ ਚੱਲ ਰਿਹਾ, 100 ਟਰੱਕ ਜਾਂ ਟਰਾਲੇ ਰੇਤਾ ਦੇ ਤੇ ਬਜਰੀ ਦੇ ਆਉਂਦੇ ਸੀ, ਉਹਨਾਂ ਦੇ ਉੱਤੇ ਗੁੰਡਾ ਟੈਕਸ ਲੱਗਣ ਦਾ ਚਰਚਾ ਚੱਲਿਆ। 4-5 ਦਿਨ ਲਗਾਤਾਰ ਪੰਜਾਬ ਸਰਕਾਰ ਦੀ ਉਸ ਮੁੱਦੇ ਤੇ ਬਦਨਾਮੀ ਹੋਈ। ਇਹਦੇ ਤੋਂ ਬਾਅਦ ਚਲੋ ਗੁੰਡਾ ਟੈਕਸ ਬੰਦ ਹੋਇਆ, ਪਰ ਜਿਹੜਾ ਸਕਰੈਪ ਜਾਂ ਹੋਰ ਕਈ ਤਰ੍ਹਾਂ ਦਾ ਸਮਾਨ ਰਿਫਾਇਨਰੀ ਦੇ ਅੰਦਰੋਂ ਨਿਕਲ ਕੇ ਜਾਂਦਾ ਸੀ ਉਹਦੇ ਤੇ ਡੰਡਾ ਟੈਕਸ ਵਸੂਲਣਾ ਸ਼ੁਰੂ ਹੋ ਗਿਆ, ਉਹਦੇ ਕਰਕੇ ਬਦਨਾਮੀ ਹੋਈ। ਫਿਰ ਡੇਰਾ ਬੱਸੀ ਦੇ ਮੁਬਾਰਕਪੁਰ ਖੇਤਰ ਦੇ ਕ੍ਰੈਸ਼ਰ ਉਦਯੋਗਾਂ ਦੇ ਲਈ ਜਿਹੜਾ ਰਾ ਮਟੀਰੀਅਲ ਆਉਂਦਾ ਹਰਿਆਣੇ ਤੋਂ ਵਿਸ਼ੇਸ਼ ਤੌਰ ਤੇ, ਉਸ ਰਾ ਮਟੀਰੀਅਲ ਦੇ ਟਰੱਕਾਂ ਦੇ ਉੱਤੇ ਗੁੰਡਾ ਟੈਕਸ ਦਾ ਚਰਚਾ ਸ਼ੁਰੂ ਹੋਇਆ, ਅੱਜ ਦੀ ਤਰੀਕ ਤੱਕ ਚੱਲਦਾ। ਉਹਦੇ ਤੋਂ ਬਾਅਦ ਇਸੇ ਡੇਰਾ ਬੱਸੀ ਦੇ ਮੁਬਾਰਕਪੁਰ ਖੇਤਰ ਦੇ ਵਿੱਚ ਨਜਾਇਜ਼ ਮਾਈਨਿੰਗ ਦੀਆਂ ਜਿਹੜੀਆਂ ਧੱਜੀਆਂ ਉੱਡਣ ਦੀ ਗੱਲ ਚੱਲੀ ਸੀ, ਉਹਨੇ ਵੀ ਕੈਪਟਨ ਸਾਹਿਬ ਦੀ ਸਰਕਾਰ ਦੇ ਕੰਮਕਾਰ ਦੇ ਉੱਤੇ, ਨਜ਼ਰੀਏ ਦੇ ਉੱਤੇ, ਦ੍ਰਿਸ਼ਟੀਕੋਣ ਦੇ ਉੱਤੇ ਸਵਾਲੀਆ ਚਿੰਨ ਲਾ ਤੇ। ਇਹਦੇ ਤੋਂ ਬਾਅਦ ਹੁਣ ਕਈ ਹੋਰ ਮਸਲੇ ਸਾਹਮਣੇ ਆ ਗਏ। ਉਹਨਾਂ ਮਸਲਿਆਂ ਦੇ ਵਿੱਚ ਇੱਕ ਮਸਲਾ ਕਿ ਜਿਹੜੇ ਪਸ਼ੂਆਂ ਦੇ ਵਪਾਰੀ ਨੇ, ਪਸ਼ੂਆਂ ਦਾ ਵਪਾਰ ਕਰਨ ਵਾਲੇ ਲੋਕ ਨੇ, ਉਹਨਾਂ ਦੇ ਉੱਤੇ ਵੀ ਗੁੰਡਾ ਟੈਕਸ ਲੱਗਦਾ। ਦੋ ਤਰੀਕਿਆਂ ਦੇ ਨਾਲ ਪਸ਼ੂਆਂ ਦਾ ਵਪਾਰ ਚੱਲ ਰਿਹਾ। ਪਹਿਲਾ ਵਪਾਰ ਜਿਹੜੇ ਦੁਧਾਰੂ ਪਸ਼ੂ ਨੇ, ਜਿਹਨਾਂ ਨੂੰ ਆਪਾਂ ਕੰਮ ਦੇ ਪਸ਼ੂ ਆਖਦੇ ਹਾਂ, ਉਹਨਾਂ ਦੇ ਵਿੱਚ ਖੇਤੀਬਾੜੀ ਦੇ ਲਈ ਵਰਤੇ ਜਾਂਦੇ ਬਲਦ ਵੀ ਨੇ, ਝੋਟੇ ਵੀ ਨੇ। ਇਹਨਾਂ ਪਸ਼ੂਆਂ ਦੇ ਪੰਜਾਬ ਦੇ ਅੰਦਰ ਵੱਖ ਵੱਖ ਸ਼ਹਿਰਾਂ ਦੇ ਵਿੱਚ ਹਰ ਮਹੀਨੇ ਮੇਲੇ ਲੱਗਦੇ ਆ, ਤੇ ਉਹਨਾਂ ਮੇਲਿਆਂ ਦੇ ਵਿੱਚ ਲਿਆਉਂਦੇ ਜਾਂਦੇ ਜਿਹੜੇ ਪਸ਼ੂ ਨੇ, ਉਹਨਾਂ ਤੋਂ ਵੀ ਗੁੰਡਾ ਟੈਕਸ ਵਸੂਲਿਆ ਜਾ ਰਿਹਾ। ਦੂਸਰੇ ਪਾਸੇ ਜਿਹੜੇ ਪਸ਼ੂ ਸਾਡੇ ਕੰਮ ਦੇ ਨਹੀਂ ਰਹਿੰਦੇ, ਜਿਵੇਂ ਕੁਝ ਇੱਕ ਪਸ਼ੂ ਪਹਿਲਾਂ ਦੁਧਾਰੂ ਹੁੰਦੇ ਆ ਤੇ ਬਾਅਦ ਵਿੱਚ ਦੁੱਧ ਦੇਣਾ ਬੰਦ ਕਰ ਦਿੰਦੇ ਆ, ਜਾਂ ਕਈ ਹੋਰ ਪਸ਼ੂ ਜਿਹੜੇ ਨੇ ਉਹਨਾਂ ਪਸ਼ੂਆਂ ਦੀ ਪੰਜਾਬ ਤੋਂ ਬਾਹਰਲੇ ਸੂਬਿਆਂ ਦੇ ਵਿੱਚ ਵੱਡੀ ਪੱਧਰ ਦੇ ਉੱਤੇ ਵਿਕਰੀ ਕੀਤੀ ਜਾਂਦੀ ਹੈ, ਤੇ ਜਿਹਨਾਂ ਗੱਡੀਆਂ ਦੇ ਵਿੱਚ ਇਹ ਪਸ਼ੂ ਪੰਜਾਬ ਤੋਂ ਬਾਹਰ ਲਿਜਾਏ ਜਾਂਦੇ ਨੇ, ਇੱਕ ਤਾਂ ਜਿਹੜੇ ਗਊ ਰੱਖਿਅਕ ਸੀ ਉਹ ਕਟਾਪਾ ਇਹਨਾਂ ਦਾ ਬਹੁਤ ਚੜ੍ਹਦੇ ਸੀ, ਤੇ ਦੂਸਰਾ ਇਹਨਾਂ ਤੋਂ ਹੁਣ ਗੁੰਡਾ ਟੈਕਸ ਵਸੂਲਿਆ ਜਾ ਰਿਹਾ। ਹੁਣ ਹਾਲਾਤ ਕੀ ਨੇ ਕਿ ਪੰਜਾਬ ਤੋਂ ਜਿਹੜੇ ਬਾਹਰ ਜਾ ਰਹੇ ਨੇ ਪਸ਼ੂ, ਪੰਜਾਬ ਹਰਿਆਣੇ ਦਾ ਬਾਰਡਰ, ਪੰਜਾਬ ਰਾਜਸਥਾਨ ਦਾ ਬਾਰਡਰ, 6 ਤੋਂ ਵੱਧ ਥਾਵਾਂ ਦੇ ਉੱਤੇ ਗੁੰਡਾ ਟੈਕਸ ਵਸੂਲਣ ਦੀਆਂ ਇੱਕ ਤਰ੍ਹਾਂ ਦੀਆਂ ਨਾਕੇ ਵਰਗੀਆਂ ਪ੍ਰਕਿਰਿਆਵਾਂ ਚੱਲਦੀਆਂ। ਇੱਕ ਇੱਕ ਗੱਡੀ ਦੇ ਵਿੱਚ ਜੇ 4-5 ਪਸ਼ੂ ਹੈਗੇ ਤਾਂ 10-10 ਹਜ਼ਾਰ ਰੁਪਇਆ ਵਸੂਲਿਆ ਜਾ ਰਿਹਾ। ਡੇਰਾ ਬੱਸੀ ਦੇ ਵਿੱਚ ਮੀਟ ਪਲਾਂਟ ਹੈ, ਉਸ ਮੀਟ ਪਲਾਂਟ ਦੇ ਵੱਲ ਬਹੁਤ ਸਾਰੇ ਪਸ਼ੂ ਜਾਂਦੇ ਨੇ, ਤੇ ਉੱਥੇ ਤਾਂ ਗੁੰਡਾ ਟੈਕਸ ਦੀ ਵਸੂਲੀ ਪਤਾ ਲੱਗਿਆ ਕਿ ਸਭ ਤੋਂ ਹੀ ਵੱਧ ਹੈ। ਹੁਣ ਗੱਲ ਕਰਦੇ ਹਾਂ ਉਹਨਾਂ ਪਸ਼ੂ ਮੇਲਿਆਂ ਦੀ, ਜਿਹਨਾਂ ਪਸ਼ੂ ਮੇਲਿਆਂ ਦੇ ਵਿੱਚ ਪੰਜਾਬ 'ਚ ਹਜ਼ਾਰਾਂ ਹੀ ਪਸ਼ੂ ਵਿਕਣ ਦੇ ਲਈ ਆਉਂਦੇ ਆ। ਦੇਖੋ ਕਦੇ ਉਹ ਸਮਾਂ ਸੀ ਪੰਜਾਬ ਦੀਆਂ ਪਸ਼ੂ ਮੰਡੀਆਂ ਬਣ ਗਈਆਂ, ਪਸ਼ੂ ਮੇਲੇ ਲੱਗਣ ਲੱਗ ਪਏ, ਖਰੀਦਦਾਰ ਨੂੰ ਵੀ ਪਤਾ ਤੇ ਵੇਚਣ ਵਾਲੇ ਨੂੰ ਵੀ ਪਤਾ ਕਿ ਭਾਈ ਸਾਡਾ ਕੰਮ ਇੱਥੋਂ ਸਰਨਾ। ਪਹਿਲਾਂ ਪੰਜਾਬ ਦੀ ਸਰਕਾਰ ਆਪ ਮੇਲੇ ਲਾਉਂਦੀ ਸੀ ਤੇ 4% ਜਾਣੀ ਕਿ ਜੇ 100 ਰੁਪਈਏ ਦੀ ਮੱਝ ਕਿਸੇ ਦੀ ਵਿਕੀ ਆ ਜਾਂ ਕਿਸੇ ਖਰੀਦੀ ਆ ਤੇ ਵਿੱਚੋਂ 4 ਰੁਪਈਏ ਫੀਸ ਦੇ ਰੂਪ ਦੇ ਵਿੱਚ ਪੰਜਾਬ ਦੀ ਸਰਕਾਰ ਨੂੰ ਦੇਣੇ ਪੈਂਦੇ ਸੀ। 2-3 ਸਾਲ ਹੋ ਗਏ ਪੰਜਾਬ ਦੀ ਸਰਕਾਰ ਨੇ ਉਹ ਪਸ਼ੂ ਮੇਲੇ ਜਿਹੜੇ ਆ ਠੇਕੇ ਤੇ ਦੇਣੇ ਸ਼ੁਰੂ ਕਰਤੇ ਪ੍ਰਾਈਵੇਟ ਕੰਪਨੀਆਂ ਨੂੰ। ਆ ਪਿਛਲੀ ਜੁਲਾਈ ਤੋਂ ਲੈ ਕੇ 18-30 ਜੂਨ ਤੱਕ ਯੂਨਾਈਟਿਡ ਕੈਟਲ ਫੇਅਰ ਆਰਗੇਨਾਈਜ਼ਰ ਜਿਹੜੇ ਨੇ ਉਸ ਕੰਪਨੀ ਨੂੰ 105 ਕਰੋੜ ਤੇ 50 ਲੱਖ ਰੁਪਈਏ ਚ ਠੇਕਾ ਦਿੱਤਾ ਹੋਇਆ ਕਿ ਤੁਸੀਂ ਪਸ਼ੂ ਮੇਲਿਆਂ ਦਾ ਪ੍ਰਬੰਧ ਕਰਨਾ, ਇੰਨੇ ਪੈਸੇ ਸਾਨੂੰ ਪੰਜਾਬ ਦੀ ਸਰਕਾਰ ਨੂੰ ਉੱਕੇ ਪੁੱਕੇ ਦੇ ਦਿਓ, ਤੇ ਉਸ ਫੀਸ ਦੇ ਰੂਪ ਦੇ ਵਿੱਚ ਪੈਸੇ ਜਿਹੜੇ ਆ ਉਹ ਤੁਸਾਂ ਪਸ਼ੂ ਮੇਲਿਆਂ ਦੇ ਵਿੱਚੋਂ ਇਕੱਠੇ ਕਰਨੇ ਨੇ। ਇਹਦੇ ਤੋਂ ਪਹਿਲਾਂ ਰਾਜਪੁਰਾ ਕੈਟਲ ਸੀ, ਉਹਨਾਂ ਦੇ ਕੋਲ ਠੇਕਾ ਸੀ ਉਹਦੇ ਤੋਂ ਪਿਛਲੇ ਵਰ੍ਹੇ ਦਾ। ਹੁਣ ਹੋਇਆ ਕਿ ਹਰ ਮਹੀਨੇ 42 ਪਸ਼ੂ ਮੇਲੇ ਲੱਗਦੇ ਆ। ਸੁਖਨਾਬ ਜੀ, 2016 ਦੇ ਵਿੱਚ ਹਾਈ ਕੋਰਟ ਦੇ ਵਿੱਚ ਇੱਕ ਕੇਸ ਗਿਆ ਸੀ, ਕੇਸ ਦੇ ਵਿੱਚ ਪੀੜਿਤ ਲੋਕਾਂ ਨੇ ਕਿਹਾ ਸੀ ਕਿ ਅਸੀਂ ਪਸ਼ੂ ਖਰੀਦਣੇ ਵੀ ਹੁੰਦੇ ਆ ਤੇ ਵੇਚਣੇ ਵੀ ਹੁੰਦੇ ਆ, ਪਰ ਜਦੋਂ ਅਸੀਂ ਮੰਡੀ ਦੇ ਵਿੱਚ ਪਸ਼ੂ ਵੇਚਣ ਦੇ ਲਈ ਲੈ ਕੇ ਆਉਂਦੇ ਹਾਂ ਤਾਂ ਸਾਡੇ ਤੋਂ ਗੁੰਡਾ ਟੈਕਸ ਲਿਆ ਜਾਂਦਾ, ਤੇ ਜਦੋਂ ਅਸੀਂ ਪਸ਼ੂ ਮੰਡੀ ਦੇ ਵਿੱਚੋਂ ਬਾਹਰ ਲੈ ਕੇ ਜਾਂਦੇ ਹਾਂ ਖਰੀਦ ਕੇ ਸਾਡੇ ਤੋਂ ਵੀ ਗੁੰਡਾ ਟੈਕਸ ਲਿਆ ਜਾਂਦਾ। ਹਾਈ ਕੋਰਟ ਨੇ ਡਿਸੀਜ਼ਨ ਦਿੱਤਾ ਸੀ ਕਿ ਤੁਸੀਂ ਬਿਲਕੁਲ ਵੀ ਪਸ਼ੂ ਮੇਲੇ ਦੀ ਗਰਾਊਂਡ ਤੋਂ ਬਾਹਰ 1 ਰੁਪਈਆ ਵੀ ਕਿਸੇ ਪਸ਼ੂ ਪਾਲਕ ਤੋਂ, ਖਰੀਦਦਾਰ ਤੋਂ, ਵੇਚਵਾਲ ਤੋਂ ਨਹੀਂ ਲੈ ਸਕਦੇ। ਹੁਣ ਠੀਕ ਹੈ, ਹਾਈਕੋਰਟ ਨੇ ਕਹਿ ਦਿੱਤਾ ਨਹੀਂ ਲੈ ਸਕਦੇ, ਪਰ ਰੁਕਿਆ ਕੌਣ? ਕੋਈ ਵੀ ਨਹੀਂ। ਵਪਾਰੀਆਂ ਨੇ 16 ਅਗਸਤ 2017 ਨੂੰ ਵਿਜੀਲੈਂਸ ਨੂੰ ਚਿੱਠੀ ਲਿਖੀ ਕਿ ਠੇਕੇਦਾਰ ਗੈਰਕ ਨੂੰ ਵੀ ਨਾਕੇ ਲਾ ਕੇ 1000 ਤੋਂ ਲੈ ਕੇ 1500 ਰੁਪਈਏ ਪ੍ਰਤੀ ਪਸ਼ੂ ਸਾਡੇ ਤੋਂ ਗੁੰਡਾ ਟੈਕਸ ਖਰੀਦੀ ਜਾਂਦੇ ਆ, ਲਈ ਜਾਂਦੇ ਆ। ਖਿੜਕੀ ਵਾਲਾ ਪਿੰਡ ਦਾ ਮੁਕਤਸਰ ਦਾ ਕਿਸਾਨ ਹੈ ਸ਼ਮਸ਼ੇਰ ਸਿੰਘ, ਉਹਨੇ 23 ਜੁਲਾਈ 2017 ਨੂੰ ਸ਼ਿਕਾਇਤ ਦਿੱਤੀ ਕਿ ਮੈਂ ਹਰਿਆਣੇ ਦੇ ਵਿੱਚ ਪਸ਼ੂ ਵੇਚਣ ਚੱਲਿਆ ਸੀ, ਮੇਰੇ ਤੋਂ 1500 ਰੁਪਈਏ ਪ੍ਰਤੀ ਪਸ਼ੂ ਦੇ ਹਿਸਾਬ ਦੇ ਨਾਲ ਇਹਨਾਂ ਨੇ ਗੁੰਡਾ ਟੈਕਸ ਵਸੂਲਿਆ।
ਹੁਣ ਪਸ਼ੂ ਵਪਾਰ ਯੂਨੀਅਨ ਦਾ ਮੀਤ ਪ੍ਰਧਾਨ ਹੈ ਸੌਦਾਗਰ ਮੌੜ, ਉਹ ਕਹਿੰਦਾ ਮੈਂ ਲੰਘੀ 28 ਜਨਵਰੀ ਨੂੰ ਸਰਦੂਲਗੰਜ ਥਾਣੇ ਦੇ ਵਿੱਚ ਇੱਕ ਬੰਦਾ ਫੜਾ ਵੀ ਦਿੱਤਾ ਗੁੰਡਾ ਬ੍ਰਿਗੇਡ ਦਾ, ਤਿੰਨ ਭੱਜ ਗਏ, ਪਰ ਇਹਦੇ ਬਾਵਜੂਦ ਵੀ ਉਹ ਕਹਿੰਦੇ ਇੰਨੀ ਠੋਕ ਵਜਾ ਕੇ ਕਾਰਵਾਈ ਬਿਲਕੁਲ ਨਹੀਂ ਕੀਤੀ ਜਾਂਦੀ ਜਿਹਦੇ ਨਾਲ ਕਿ ਆਪਾਂ ਨੂੰ ਇਹ ਲੱਗੇ ਕਿ ਗੁੰਡਾ ਟੈਕਸ ਜਿਹੜਾ ਹੈ ਉਹਨੂੰ ਸੱਚੀ ਮੁੱਚੀ ਖਤਮ ਕਰਨ ਦਾ ਜਿਹੜਾ ਉਹ ਯਤਨ ਕੀਤਾ ਜਾ ਰਿਹਾ। ਹੁਣ ਦੋਸ਼ ਕਿਹਦੇ ਤੇ ਲੱਗਦਾ? ਦੋਸ਼ ਇਹ ਲੱਗਦਾ ਹੈ ਕਿ ਜਿਹੜੇ ਠੇਕੇਦਾਰ ਨੇ ਪਸ਼ੂ ਮੇਲਿਆਂ ਦਾ ਠੇਕਾ ਲਿਆ ਉਹਨੇ ਆਪਣੇ ਕਰਿੰਦੇ ਬਿਠਾਏ ਹੋਏ ਨੇ, ਅੰਦਰ ਤਾਂ ਫੀਸ ਲੈਂਦੇ ਨੇ 4% ਤੇ ਬਾਹਰਲੇ ਪਾਸੇ ਧੱਕੇ ਨਾਲ ਗੁੰਡਾ ਟੈਕਸ ਵਸੂਲਦੇ ਆ। ਸੁਖਨਾਬ ਜੀ, ਇਸ ਗੱਲ ਤੋਂ ਆਪਾਂ ਮੰਨਣ ਤੋਂ ਇਨਕਾਰੀ ਹੈ ਕਿ ਉਸ ਗੁੰਡਾ ਟੈਕਸ ਦਾ ਕਿਸੇ ਨੂੰ ਪਤਾ ਨਹੀਂ। ਪਤਾ ਸਭਨਾਂ ਨੂੰ ਹੈ ਕਿਉਂਕਿ ਜਿਹੜੇ ਪਸ਼ੂ ਵੇਚਦੇ ਆ ਉਹ ਵੀ ਗੁੰਡਾ ਟੈਕਸ ਦਿੰਦੇ ਆ, ਜਿਹੜੇ ਖਰੀਦੇ ਉਹ ਵੀ ਦਿੰਦੇ ਆ। ਸਰਕਾਰਾਂ ਨੂੰ ਕਿਹੜਾ ਪਤਾ ਨਹੀਂ, ਵਿਧਾਇਕਾਂ ਨੂੰ ਕਿਹੜਾ ਪਤਾ ਨਹੀਂ, ਅਫਸਰਾਂ ਨੂੰ ਕਿਹੜਾ ਪਤਾ ਨਹੀਂ, ਪਰ ਜਿਸ ਤਰੀਕੇ ਦੇ ਨਾਲ ਰੋਜ਼ਾਨਾ ਪੰਜਾਬ ਤੋਂ ਬਾਹਰ ਜਾਣ ਵਾਲੇ ਪਸ਼ੂ ਤੇ ਪੰਜਾਬ ਦੇ ਅੰਦਰ ਵਿਕਰੀ ਹੁੰਦੇ ਪਸ਼ੂਆਂ ਨੂੰ ਆਧਾਰ ਬਣਾ ਕੇ ਗੁੰਡਾ ਟੈਕਸ ਵਸੂਲਿਆ ਜਾ ਰਿਹਾ, ਉਹਨੂੰ ਵੇਖਦਿਆਂ ਤਾਂ ਲੱਗਦਾ ਕਿ ਮਹੀਨੇ ਦਾ ਕਰੋੜਾਂ ਰੁਪਏ ਦਾ ਕਾਰੋਬਾਰ ਜਿਹੜਾ ਇਸ ਪੱਖ ਤੋਂ ਵੀ ਹੁੰਦਾ। ਤੇ ਹੁਣ ਵੇਖਦੇ ਆ ਕਿ ਜਦੋਂ ਇਹ ਪੰਜਵਾਂ ਕੇਸ ਸਾਹਮਣੇ ਆ ਗਿਆ, ਬਠਿੰਡਾ ਰਿਫਾਇਨਰੀ ਦੇ 2 ਕੇਸ, ਮੁਬਾਰਕਪੁਰ ਦੇ 2 ਕੇਸ ਤੇ ਪੰਜਵਾਂ ਕਿ ਪਸ਼ੂਆਂ ਦੀ ਪੈੜ ਨੱਪਦੇ ਜਿਹੜੇ ਠੇਕੇਦਾਰ ਨੇ ਉਹਨਾਂ ਦਾ ਕੇਸ, ਤੇ ਵੇਖਦੇ ਆ ਕਿ ਸਰਕਾਰ ਇਹਨਾਂ 5 ਦੇ 5 ਕੇਸਾਂ ਦੇ ਉੱਤੇ ਆਉਣ ਵਾਲੇ ਦਿਨਾਂ ਦੇ ਵਿੱਚ ਐਕਸ਼ਨ ਕਿੰਨਾ ਕੁ ਫੜ ਲੈਂਦੀ ਹੈ ਜੀ। ਤੇ ਵਾਟ ਸਾਹਿਬ, ਅਗਲੀ ਗੱਲ ਕਰੀਏ ਜੀ, ਠੱਗ ਟਰੈਵਲ ਏਜੰਟ, ਉਹਨਾਂ ਦੇ 2 ਸਾਥੀ ਹੋਰ ਕਾਬੂ ਆ ਗਿਆ ਜੀ, ਨੈਟਵਰਕ ਤਾਂ ਪੂਰਾ ਖਤਮ ਨਹੀਂ ਹੋਇਆ ਹਾਲੇ। ਸੁਖਨਾਬ ਜੀ, ਮੈਨੂੰ ਲੱਗਦਾ ਕਿ ਹਾਲ ਦੀ ਘੜੀ ਮੂੰਹ ਪੂੰਝਿਆ ਜਾ ਰਿਹਾ। ਦੇਖੋ, ਪੁਲਿਸ ਨੇ ਜੋ ਕੁਝ ਦੱਸਿਆ ਉਹਦੇ ਵਿੱਚੋਂ 75% ਚੀਜ਼ਾਂ ਤਾਂ ਪਹਿਲੇ 2 ਦਿਨਾਂ ਦੇ ਵਿੱਚ ਪਤਾ ਲੱਗ ਚੁੱਕੀਆਂ ਸੀ। ਚਲੋ, ਅੱਜ 2 ਫੜੇ ਨੇ, ਭੜਕ ਨੂੰ 3 ਫੜ ਲੈਣ, ਪਰਸੋਂ ਤੱਕ ਸਾਰਾ ਨੈਟਵਰਕ ਬ੍ਰੇਕ ਕਰ ਦੇਣ, ਫਿਰ ਤਾਂ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਬਾਕੀ ਸੂਬਿਆਂ 'ਚ ਜਿੱਥੋਂ ਕਿਤੋਂ ਨੌਜਵਾਨ ਇਹਨਾਂ ਦੀ ਧੱਕੇਸ਼ਾਹੀ ਦਾ ਸ਼ਿਕਾਰ ਹੋਏ ਸੀ, ਉਹਨਾਂ ਨੂੰ ਮਾੜਾ ਮੋਟਾ ਧਰਵਾਸ ਮਿਲ ਜੂ, ਨਹੀਂ ਤਾਂ ਕੰਮ ਔਖਾ ਹੋ ਜੂ। ਆਪਾਂ ਲਗਾਤਾਰ ਕਈ ਦਿਨ ਰੇਡੀਓ ਚੰਦ ਪ੍ਰਦੇਸੀ ਦੇ ਸਰੋਤਿਆਂ ਦੇ ਨਾਲ ਇਹ ਗੱਲ ਸਾਂਝੀ ਕੀਤੀ ਸੀ ਕਿ ਜ਼ਿਲ੍ਹਾ ਹੁਸ਼ਿਆਰਪੁਰ, ਨੇੜਲਾ ਪਿੰਡ, ਨੇੜਲਾ ਕਸਬਾ ਟਾਂਡਾ, ਉਹਦੇ ਨੇੜਲਾ ਪਿੰਡ ਕਲਿਆਣਪੁਰ, ਕਲਿਆਣਪੁਰ ਦਾ ਗੱਭਰੂ ਸੀ ਸੁਰਿੰਦਰਪਾਲ ਪਾਲੀ, ਘਰੋਂ ਇਹ ਕਹਿ ਕੇ ਤੁਰਿਆ ਸੀ 22 ਲੱਖ ਦੇ ਵਿੱਚ ਸੌਦਾ ਹੋਇਆ ਕਿ ਭਾਈ ਮੈਂ ਕੈਨੇਡਾ ਨੂੰ ਚੱਲਿਆ, ਪੈਸੇ ਸਾਲ ਬਾਅਦ ਵਿੱਚ ਦੇਣੇ ਹੈ, 2 ਮਹੀਨੇ ਮੁੰਡੇ ਦਾ ਖੁਰਾ ਖੋਜ ਨਾ ਲੱਭਾ, ਬਾਅਦ ਵਿੱਚ ਲੱਭੀ ਸੀ ਤਾਂ ਕੇਵਲ ਤੇ ਕੇਵਲ ਸਰਕਾਰੀ ਰਿਕਾਰਡ ਦੇ ਵਿੱਚੋਂ ਇੱਕ ਫੋਟੋ, ਕਿਉਂਕਿ ਠੱਗ ਟਰੈਵਲ ਏਜੰਟਾਂ ਨੇ ਉਹਨੂੰ ਕਤਲ ਕਰਕੇ ਲਾਸ਼ ਝਾੜੀਆਂ ਦੇ ਵਿੱਚ ਸੁੱਟਤੀ ਸੀ ਤੇ ਪੁਲਿਸ ਨੇ ਅਣਪਛਾਤੀ ਕਹਿ ਕੇ ਸਾੜਤੀ, ਪਹਿਲਾਂ ਇੱਕ ਫੋਟੋ ਖਿੱਚ ਕੇ ਰੱਖ ਲਈ। ਨਹੀਂ ਤਾਂ ਕਈ ਵਾਰੀ ਏਦਾਂ ਹੁੰਦਾ ਕਿ ਮਾਪੇ ਸਾਰੀ ਉਮਰ ਉਹਨਾਂ ਪੁੱਤਰਾਂ ਨੂੰ ਉਡੀਕਦੇ ਰਹਿੰਦੀ ਹੈ ਜਿਹੜੇ ਪੁੱਤਰ ਘਰੋਂ ਜਾਣ ਦੇ ਚੰਦ ਦਿਨਾਂ ਦੇ ਬਾਅਦ ਹੀ ਮੌਤ ਰਾਣੀ ਦੀ ਗੋਦ ਦੇ ਵਿੱਚ ਜਾ ਬੈਠੇ ਸੀ। ਹੁਣ ਜਦੋਂ ਮੁੰਡਾ ਮਰ ਗਿਆ ਤਾਂ ਇੱਕ ਹਰਮਿੰਦਰ ਸਿੰਘ ਸ਼ੈਲੀ ਨਾਂ ਦਾ ਗੁਰਦਾਸਪੁਰੀਆ ਮੁੱਢਲੇ ਪੱਧਰ ਦਾ ਜਿਹੜਾ ਏਜੰਟ ਸੀ ਜਿਹਦੇ ਨਾਲ ਸਿੱਧੀ ਟੱਬਰ ਦੀ ਗੱਲ ਹੋਈ ਸੀ, ਉਹਦੇ ਤੇ ਪਰਚਾ ਕਰਾਇਆ, ਉਹ ਅਦਾਲਤ 'ਚ ਆ ਕੇ ਪੇਸ਼ ਹੋ ਗਿਆ। ਉਹਦੇ ਪੇਸ਼ ਹੋਣ ਤੋਂ ਬਾਅਦ ਵੀ ਕਈ ਦਿਨ ਲਗਾਤਾਰ ਜਦੋਂ ਹੁਸ਼ਿਆਰਪੁਰ ਦੀ ਪੁਲਿਸ ਇਸ ਸਾਰੇ ਮਸਲੇ ਦੇ ਉੱਤੇ ਕੋਈ ਸਪਸ਼ਟ ਜਾਣਕਾਰੀ ਦੇਣ ਤੋਂ ਕਾਲਾ ਵੱਟ ਰਹੀ ਸੀ ਤਾਂ ਲੋਕਾਂ ਦੇ ਮਨਾਂ ਦੇ ਵਿੱਚ ਬਹੁਤ ਸਾਰੇ ਸਵਾਲ ਖੜੇ ਹੁੰਦੇ ਸੀ। ਹੁਣ ਕੀ ਹੋਇਆ? ਹੁਣ ਹੁਸ਼ਿਆਰਪੁਰ ਦੇ SSP ਜੇ ਏਲਨ ਚੇਲੀਅਨ, ਇਹਦੇ ਨਾਲ ਨਾਲ SP ਡੀ ਹਰਪ੍ਰੀਤ ਸਿੰਘ ਮੰਡੇਰ ਤੇ DSP ਰਜਿੰਦਰ ਕੁਮਾਰ, ਉਹ ਪ੍ਰੈਸ ਕਾਨਫਰੰਸ ਕਰਦੇ ਨੇ। ਪ੍ਰੈਸ ਕਾਨਫਰੰਸ ਕਰਕੇ ਕਹਿੰਦੇ ਆ ਕਿ ਅਸੀਂ 2 ਬੰਦੇ ਜਿਹੜੇ ਨੇ ਹੋਰ ਕਾਬੂ ਕਰ ਲੈ। ਉਹ ਜਿਹੜੇ 2 ਬੰਦੇ ਕਾਬੂ ਕੀਤੇ ਆ ਉਹਨਾਂ ਤੋਂ ਕਹਿੰਦੇ ਹੁਣ ਸਾਨੂੰ ਬਹੁਤ ਕੁਝ ਪਤਾ ਲੱਗ ਗਿਆ ਕਿ ਸਾਰਾ ਮਸਲਾ ਕਿਵੇਂ ਵਾਪਰਦਾ ਸੀ, ਕਿਉਂਕਿ 2 ਬੰਦੇ ਦਿੱਲੀ ਦੇ ਪਹਾੜਗੰਜ ਤੋਂ ਕਾਬੂ ਆਏ ਆ। ਉਹਨਾਂ ਨੇ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਅਸਲ ਦੇ ਵਿੱਚ ਇਹ 3 ਵਿੰਗ ਬਣੇ ਹੋਏ ਨੇ ਇਸ ਬਹੁਤ ਵੱਡੇ ਗਰੋਹ ਦੇ, ਤੇ ਉਹ 3 ਵਿੰਗ ਜਿਹੜੇ ਆ, ਪਹਿਲਾ ਵਿੰਗ ਹੈ ਸਫਾਊ ਵਿੰਗ, ਜਿਹੜਾ ਕਿ ਪੰਜਾਬ ਹੀ ਨਹੀਂ ਹੋਰ ਭਾਰਤ ਦੇ ਉਹਨਾਂ ਸਾਰੇ ਖੇਤਰਾਂ ਦੇ ਵਿੱਚ ਇਸ ਵੇਲੇ ਫੈਲਿਆ ਹੋਇਆ, ਜਿਹਨਾਂ ਖੇਤਰਾਂ ਦੇ ਵਿੱਚ ਪਤਾ ਹੈ ਕਿ ਬਹੁਤੇ ਗੱਭਰੂ ਜਿਹੜੇ ਨੇ ਵਿਦੇਸ਼ ਖਾਸ ਤੌਰ ਤੇ ਕੈਨੇਡਾ ਜਾਣ ਦੇ ਲਈ ਬਹੁਤ ਜ਼ਿਆਦਾ ਲਲਾਇਤ ਰਹਿੰਦੇ ਆ, ਲਾਲਸਾ ਦੇ ਮਨ ਦੇ ਵਿੱਚ ਰਹਿੰਦੀ ਹੈ, ਇਸੇ ਕਰਕੇ ਉਹ ਫਸਾਊ ਵਿੰਗ ਜਿਹੜਾ ਹੈ ਉਹ ਲੋਕਾਂ ਦੇ ਨਾਲ ਸੰਪਰਕ ਕਰਦਾ ਹੈ ਕਿ ਪੈਸੇ ਬਾਅਦ ਵਿੱਚ ਦੇ ਰਹੇ ਆ, ਮੁੰਡਾ ਤੁਹਾਡਾ ਕੈਨੇਡਾ ਭੇਜ ਦਿੰਦੇ ਆ, ਤੁਸੀਂ ਭੇਜ ਦਿਓ, ਤੇ ਜਦੋਂ ਕੋਈ ਵਿਅਕਤੀ ਵਿਸ਼ੇਸ਼ ਇਹਨਾਂ ਦੀ ਚੁੰਗਾਂ ਦੇ ਵਿੱਚ ਫਸ ਜਾਂਦਾ ਤਾਂ ਇਹਨਾਂ ਦੀ ਡਿਊਟੀ ਹੁੰਦੀ ਹੈ ਕਿ ਉਹਨੂੰ ਸੰਬੰਧਿਤ ਏਅਰਪੋਰਟ ਤੋਂ ਜਹਾਜ਼ ਦੇ ਉੱਤੇ ਚੜਾ ਦੇਣਾ। ਦੂਸਰਾ ਕੰਮ ਸ਼ੁਰੂ ਹੁੰਦਾ ਗੁਹਾਟੀ, ਕਠਮੰਡੂ ਨੇਪਾਲ ਜਾਂ ਫਿਰ ਬੰਗਲੌਰ ਦੇ ਵਿੱਚ। ਇੱਥੇ ਕੰਮ ਕੀ ਸ਼ੁਰੂ ਹੁੰਦਾ ਕਿ ਜਦੋਂ ਫਸਾਊ ਵਿੰਗ ਦਾ ਚੜਾਇਆ ਹੋਇਆ ਬੰਦਾ ਦੂਸਰੇ ਪਾਸੇ ਪਹੁੰਚਦਾ, ਉਹਨੂੰ ਕਿਡਨੈਪ ਕਰਕੇ ਆਪਣੇ ਗੁਪਤ ਟਿਕਾਣੇ ਤੇ ਲਿਜਾ ਕੇ ਉਨੀ ਦੇਰ ਟੋਰਚਰ ਕਰਦੇ ਆ ਜਿੰਨੀ ਦੇਰ ਉਹ ਇਹ ਗੱਲ ਕਹਿਣ ਨੂੰ ਮਨ ਨਹੀਂ ਜਾਂਦਾ ਕਿ ਮੈਂ ਆਪਣੇ ਘਰਦਿਆਂ ਨੂੰ ਟੈਲੀਫੋਨ ਕਰ ਦਿੰਦਾ ਕਿ ਮੈਂ ਕੈਨੇਡਾ ਪਹੁੰਚ ਗਿਆ, ਮੇਰੇ ਪੈਸੇ ਇਹਨਾਂ ਨੂੰ ਬਣਦੇ ਦੇ ਦਿਓ। ਤੀਸਰਾ ਵਿੰਗ ਹੈ ਸਿਰਫ ਵਸੂਲੀ ਵਿੰਗ, ਉਸ ਵਸੂਲੀ ਵਿੰਗ ਦਾ ਇੱਕੋ ਹੀ ਕੰਮ ਹੈ
ਕਿ ਜਦੋਂ ਉਧਰ ਗੱਭਰੂ ਨੇ ਟੈਲੀਫੋਨ ਕਰਤਾ ਕਿ ਮੈਂ ਕੈਨੇਡਾ ਪਹੁੰਚ ਗਿਆ, ਪੈਸੇ ਦੇ ਦਿਓ, ਇਹਨਾਂ ਨੇ ਪਰਿਵਾਰ ਦੇ ਨਾਲ ਸੰਪਰਕ ਕਰਕੇ ਫਿਰ ਪੈਸੇ ਆਪਣੇ ਹੱਥਾਂ ਦੇ ਵਿੱਚ ਲੈਣੇ ਆ। ਫਸਾਊ ਵਿੰਗ ਤੇ ਕਿਡਨੈਪਿੰਗ ਵਿੰਗ ਨੂੰ ਆਪੋ ਆਪਣਾ ਉਹਦਾ ਬਣਦਾ ਹਿੱਸਾ ਜਿਹੜਾ ਪਹਿਲਾਂ ਤੈਅ ਹੋਇਆ ਹੁੰਦਾ ਉਹ ਦੇ ਕੇ ਇਹਨਾਂ ਨੇ ਬਹੁਤੇ ਪੈਸੇ ਆਪਣੇ ਕੋਲ ਰੱਖ ਲੈਣੇ ਆ। ਤੇ ਜਿਹੜਾ ਬੰਦਾ ਪੈਸੇ ਮੰਗਵਾ ਦਿੰਦਾ ਘਰੋਂ ਉਹਨੂੰ ਚਾਰ ਪੰਜ ਦਿਨ ਹੋਰ ਤਸੀਹੇ ਦੇ ਕੇ ਛੱਡ ਦੇਣਾ, ਤੇ ਜਿਹੜਾ ਕਹਿੰਦਾ ਕਿ ਭਾਈ ਮੈਂ ਘਰੋਂ ਪੈਸੇ ਨਹੀਂ ਮੰਗਵਾਉਣਾ ਉਹ ਫਿਰ ਸੁਰਿੰਦਰ ਪਾਲ ਪਾਲੀ ਵਾਂਗੂ ਮੌਤ ਦਾ ਸ਼ਿਕਾਰ ਹੁੰਦਾ। ਇਹ ਵੀ ਪਤਾ ਲੱਗ ਗਿਆ ਕਿ ਥਾਈਲੈਂਡ ਦੇ ਵਿੱਚ ਵੀ ਇਹਨਾਂ ਦਾ ਬਹੁਤ ਵੱਡਾ ਅੱਡਾ। ਇਹ ਵੀ ਪਤਾ ਲੱਗ ਗਿਆ ਕਿ ਉੱਪਰਲੇ ਪੱਧਰ ਦੇ ਬਹੁਤੇ ਬੰਦਿਆਂ ਤੱਕ ਇਹਨਾਂ ਛੋਟੇ ਏਜੰਟਾਂ ਦਾ ਕਦੇ ਸਿੱਧਾ ਵਾਸਤਾ ਪੈਂਦਾ ਹੀ ਨਹੀਂ ਸੀ। ਪਰ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਕੀ ਦਿੱਲੀ ਦੇ ਪਹਾੜਗੰਜ ਇਲਾਕੇ ਦੇ ਵਿੱਚੋਂ ਦੋ ਬੰਦਿਆਂ ਨੂੰ ਕਾਬੂ ਕਰਨ ਤੋਂ ਬਾਅਦ ਪੰਜਾਬ ਦੀ ਪੁਲਿਸ ਦੀ ਜਾਂਚ ਪੜਤਾਲ ਮੱਠੀ ਪੈ ਜੂ, ਕਿਉਂਕਿ ਇਹਨਾਂ ਸਾਰੇ ਲੋਕਾਂ ਨੂੰ ਫੜਨਾ ਬਹੁਤ ਜ਼ਰੂਰੀ ਹੈ। ਇਹ ਦੱਖਣੀ ਭਾਰਤ ਦੇ ਸੂਬਿਆਂ ਤੱਕ ਵੀ ਪਹੁੰਚ ਕਰਨ ਲੱਗ ਪਏ, ਇਹ ਪੱਛਮੀ ਬੰਗਾਲ 'ਚ ਵੀ ਕੰਮ ਚਲਾਈ ਜਾਂਦੇ ਆ, ਇਹ ਬੰਗਲਾਦੇਸ਼ ਤੇ ਸ਼੍ਰੀਲੰਕਾ ਤੋਂ ਵੀ ਬਹੁਤ ਸਾਰੇ ਨੌਜਵਾਨਾਂ ਨੂੰ ਇਸੇ ਤਰੀਕੇ ਵਰਗਲਾ ਕੇ ਆਪਣੇ ਕੱਚੇ ਦੇ ਵਿੱਚ ਲੈਂਦੇ ਆ। ਤੇ ਉਹਦੇ ਤੋਂ ਬਾਅਦ ਹੁੰਦਾ ਉਹ ਕੁਝ ਹੈ ਜੋ ਸੁਰਿੰਦਰਪਾਲ ਪਾਲੀ ਦੇ ਨਾਲ ਹੋਇਆ। ਅਜੇ ਤੱਕ ਵੀ ਸੁਖਨੈਬ ਜੀ ਪੰਜਾਬ ਦੀਆਂ ਬਹੁਤ ਸਾਰੀਆਂ ਮਾਵਾਂ ਨੇ ਆਪਣੇ ਪੁੱਤਾਂ ਦੇ ਬਾਰੇ ਦੱਸਿਆ ਨਹੀਂ, ਕਿਉਂ ਵੀ ਏਦਾਂ ਦੇ ਲੋਕਾਂ ਦੇ ਹੱਥੇ ਚੜੇ ਹੋਏ ਨੇ। ਉਹ ਅਜੇ ਤੱਕ ਵੀ ਕਰੂੰਗਾ ਨਾ ਕੈਨੇਡਾ ਪਹੁੰਚੇ ਤੇ ਨਾ ਵਾਪਸ ਪਰਤੇ ਆ, ਜਾਨ ਉਹਨਾਂ ਦੀ ਧੱਕ ਧੱਕ ਜਿਹੜੀ ਉਹ ਕਹੀ ਜਾਂਦੀ ਹੈ। ਦੇਖਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀ ਪੁਲਿਸ ਇਸ ਸਾਰੇ ਮਾਮਲੇ ਨੂੰ ਬ੍ਰੇਕ ਕਰਕੇ ਬਹੁਤ ਸਾਰੇ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣ ਦੇ ਵਿੱਚ ਕਾਮਯਾਬ ਹੁੰਦੀ ਹੈ ਜਾਂ ਨਹੀਂ। ਜੀ ਬ੍ਰੇਕ ਲੈ ਲਈਏ ਬਾਠ ਸਾਹਿਬ ਛੋਟੀ ਜੀ, ਤੇ ਫਿਰ ਆਪਾਂ ਗੱਲ ਕਰਦੇ ਆ ਅਗਲੀ। ਸੋ ਸਰੋਤਾ ਤੋਂ ਮਾਫੀ ਚਾਹਾਂਗੇ ਜੇ ਥੋੜੇ ਜਿਹੇ ਅੜਿੱਕੇ ਆ, ਜਿਹੜੇ ਆਵਾਜ਼ ਕੁਆਲਿਟੀ ਨੂੰ ਕਰਕੇ ਆ, ਇਹ ਬਿਜਲੀ ਸਰਪਲਸ ਸੀ। ਲਓ ਜੀ ਅਗਲੇ ਸੈਸ਼ਨ ਦੇ ਵੱਲ ਵੱਧਦੇ ਹਾਂ, ਖਬਰਾਂ ਦੇ ਅਗਲੇ ਹਿੱਸੇ ਦੇ ਵਿੱਚ ਗੱਲ ਕਰ ਰਹੇ ਹਾਂ ਬੈਂਕ ਘੁਟਾਲਿਆਂ ਚ ਨਵੇਂ ਖੁਲਾਸੇ। ਸੁਖਨੈਬ ਜੀ, ਦੋ ਘੁਟਾਲੇ, ਇੱਕ ਪੰਜਾਬ ਨੈਸ਼ਨਲ ਬੈਂਕ ਵਾਲਾ, ਦੂਸਰਾ ਉਹ ਹੋਇਆ ਸੀ ਰੋਟੋਮੈਕ ਪੈਨ ਕੰਪਨੀ ਦੇ ਮਾਲਕ ਨੇ ਜਿਹੜਾ ਕੀਤਾ ਵਿਕਰਮ ਕੋਠਾਰੀ ਨੇ। ਤੈਨੂੰ ਸਾਹਿਬ ਵੈਸੇ ਬਹੁਤ ਵਿਸਥਾਰ ਦੇ ਵਿੱਚ ਦੱਸਦੇ ਗਏ ਆ ਕਿ ਭਾਰਤ ਦੇ ਬੈਂਕਿੰਗ ਸਿਸਟਮ ਦੇ ਵਿੱਚ ਕਿੰਨੀਆਂ ਕੁ ਚੋਰ ਮੋਰੀਆਂ ਤੇ ਉਹ ਚੋਰ ਮੋਰੀਆਂ ਕਿੱਡੇ ਵੱਡੇ ਨੁਕਸਾਨ ਦਾ ਕਾਰਨ ਬਣ ਰਹੀਆਂ। ਹੁਣ ਜਿਹੜੇ ਕੁਝ ਇੱਕ ਨਵੇਂ ਖੁਲਾਸੇ ਹੋਏ ਨੇ, ਨੀਰਵ ਮੋਦੀ ਜਿਹੜਾ ਪੰਜਾਬ ਨੈਸ਼ਨਲ ਬੈਂਕ ਤੋਂ ਸ਼ੁਰੂਆਤੀ ਦੌਰ ਦੇ ਵਿੱਚ ਪਤਾ ਲੱਗਿਆ ਸੀ ਕਿ 11,394 ਕਰੋੜ ਰੁਪਈਏ ਦੇ ਲੈਟਰ ਆਫ ਅੰਡਰਟੇਕਿੰਗ ਲੈ ਕੇ ਭੱਜਿਆ ਵਿਦੇਸ਼ੀ ਬੈਂਕਾਂ ਤੋਂ ਜਾਂ ਭਾਰਤੀ ਬੈਂਕਾਂ ਦੀਆਂ ਵਿਦੇਸ਼ੀ ਸ਼ਾਖਾਵਾਂ ਤੋਂ ਬ੍ਰਾਂਚਸ ਤੋਂ ਉਹਨੇ ਕਰਜ਼ਾ ਲਿਆ ਤੇ ਹੁਣ ਵਾਪਸ ਨਹੀਂ ਮੋੜਦਾ। ਇੱਡੀ ਵੱਡੀ ਪੱਧਰ ਤੇ ਰੌਲਾ ਪੈ ਗਿਆ ਕਿ ਕਾਂਗਰਸ ਪਾਰਟੀ ਵਾਲੇ ਤੇ ਭਾਰਤੀ ਜਨਤਾ ਪਾਰਟੀ ਵਾਲੇ ਇੱਕ ਦੂਜੇ ਦੇ ਪਿੱਛੇ ਡੰਗ ਲੈ ਕੇ ਪਏ ਹੋਏ ਆ। ਉਹਨਾਂ ਨੂੰ ਇਹ ਲੱਗਦਾ ਹੈ ਕਿ ਭਾਈ ਜਿਹਦੇ ਸਿਰ ਇਸ ਘੁਟਾਲੇ ਦਾ ਬੋਝ ਪੈ ਗਿਆ ਉਹ 2019 ਦੀ ਲੋਕ ਸਭਾ ਚੋਣ ਤੱਕ ਉੱਠਣ ਜੋਗਾ ਨਹੀਂ ਰਹਿਣਾ। ਇੰਨੀ ਗੱਲ ਤਾਂ ਪੱਕੀ ਹੈ, ਇੱਕ ਅੱਧੀ ਸਿਆਸੀ ਤੌਰ ਤੇ ਲਾੜ ਉਹ ਚੜ੍ਹੀ ਜਾਣੀ ਹੈ। ਹੁਣ ਨਵਾਂ ਖੁਲਾਸਾ ਇਹ ਹੋਇਆ ਕਿ ਅਸਲ ਦੇ ਵਿੱਚ ਮਸਲਾ ਇੱਥੇ ਤੱਕ ਸੀਮਿਤ ਨਹੀਂ ਕਿ ਨੀਰਵ ਮੋਦੀ ਜਿਹੜਾ ਹੈ ਉਹਨੂੰ ਪੰਜਾਬ ਨੈਸ਼ਨਲ ਬੈਂਕ ਦੀ ਮੁੰਬਈ ਸ਼ਾਖਾ ਦੇ ਕੁਝ ਇੱਕ ਅਧਿਕਾਰੀ ਗਲਤ ਤਰੀਕੇ ਦੇ ਨਾਲ ਲੈਟਰ ਆਫ ਅੰਡਰਟੇਕਿੰਗ ਬਣਾ ਕੇ ਦਿੰਦੇ ਸੀ। ਸਗੋਂ ਹੁਣ ਤਾਂ ਇੱਥੋਂ ਤੱਕ ਵੀ CBI ਦੀ ਇਨਕੁਆਇਰੀ ਦੇ ਵਿੱਚ, CBI ਦੀ ਪੁੱਛ ਪੜਤਾਲ ਦੇ ਵਿੱਚ ਜਿਹੜੇ ਬੰਦੇ ਰਿਮਾਂਡ ਤੇ ਲਏ ਹੋਏ ਨੇ ਬੈਂਕਾਂ ਦੇ, ਉਹਨਾਂ ਤੋਂ ਪਤਾ ਲੱਗਿਆ ਕਿ ਪੰਜਾਬ ਨੈਸ਼ਨਲ ਬੈਂਕ ਦੇ ਜਿਹੜੇ ਬਹੁਤ ਸੀਕ੍ਰੇਟ ਪਾਸਵਰਡ ਨੇ ਉਹੀ ਕੁਝ ਇੱਕ ਅਧਿਕਾਰੀਆਂ ਨੇ ਨੀਰਵ ਮੋਦੀ ਨੂੰ ਦੇ ਦਿੱਤੇ ਸੀ। ਨੀਰਵ ਮੋਦੀ ਜਦੋਂ ਲੋੜ ਹੁੰਦੀ ਆਪ ਉਹ ਪਾਸਵਰਡ ਲਾ ਕੇ ਲੌਗਇਨ ਕਰਕੇ ਬੈਂਕ ਦੇ ਅੰਦਰ ਸੇਧ ਲਾ ਕੇ ਆਪਣੇ ਲਈ ਜਿੰਨੇ ਦਾ ਚਾਹੀਦਾ ਹੁੰਦਾ ਸੀ ਲੈਟਰ ਆਫ ਅੰਡਰਟੇਕਿੰਗ ਜਾਰੀ ਕਰ ਲੈਂਦੇ ਸੀ। ਇਹ ਗੱਲਾਂ ਬਾਤਾਂ ਸਾਹਮਣੇ ਆ ਰਹੀਆਂ ਤੇ ਉਹਦੇ ਵਿੱਚੋਂ ਜਿੰਨੇ ਤੈਅ ਕੀਤੇ ਹੁੰਦੇ ਸੀ ਰੁਪਈਏ ਕਿ ਭਾਈ ਇੰਨੇ ਪਰਸੈਂਟ ਬੈਂਕ ਦੇ ਅਧਿਕਾਰੀਆਂ ਨੂੰ ਕਮਿਸ਼ਨ ਦੇਣਾ ਹੈ, ਉਹਨੇ ਪੈਸੇ ਜਿਹੜੇ ਆ ਉਹਨਾਂ ਨੂੰ ਬੜੇ ਆਰਾਮ ਦੇ ਨਾਲ ਪਹੁੰਚਾ ਤੇ ਜਾਂਦੇ ਸੀ। ਇੱਧਰ ਤੇ ਉੱਧਰ ਦੋਵੇਂ ਪਾਸੇ ਜਿਹੜੀ ਹੈ ਉਹ ਬੱਲੇ ਬੱਲੇ ਹੋਈ ਜਾਂਦੀ ਸੀ ਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮਸਲੇ ਦੇ ਉੱਤੇ ਵੀ ਚਰਚਾ ਚੱਲੇਗੀ ਕਿ ਆਖਿਰਕਾਰ ਇਹ ਸਾਰਾ ਵਰਤਾਰਾ ਕੇਵਲ ਤੇ ਕੇਵਲ ਨੀਰਵ ਮੋਦੀ ਜਾਂ ਉਹਨਾਂ ਦੀ ਕੰਪਨੀ ਤੱਕ ਹੀ ਸੀਮਿਤ ਹੈ ਜਾਂ ਭਾਰਤ ਦੇ ਹੋਰ ਵੀ ਵੱਡੇ ਵੱਡੇ ਉਦਯੋਗਪਤੀ ਨੇ, ਕਾਰੋਬਾਰੀ ਨੇ, ਕਿ ਉਹਨਾਂ ਦਾ ਹੱਥ ਵੀ ਇੱਧਰਲੇ ਪਾਸੇ ਕਿਤੇ ਨਾ ਕਿਤੇ ਜਿਹੜਾ ਉਹ ਰੰਗਿਆ ਹੋਇਆ। ਦੂਸਰੇ ਪਾਸੇ 150 ਤੋਂ ਵੱਧ ਜਿਹੜੀਆਂ ਸ਼ੈਲ ਕੰਪਨੀਆਂ ਨੇ, ਫਰਜ਼ੀ ਕੰਪਨੀਆਂ ਨੇ, ਉਹਨਾਂ ਦੇ ਵਿੱਚ ਨੀਰਵ ਮੋਦੀ ਦੀ ਹਿੱਸੇਦਾਰੀ ਨੇ ਨਵੇਂ ਸਵਾਲ ਖੜੇ ਕਰਤੇ। ਯਾਦ ਹੋਏਗਾ ਰੇਡੀਓ ਚੱਲ ਪ੍ਰਦੇਸੀ ਦੇ ਸਰੋਤਿਆਂ ਨੂੰ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਤੇ ਵਿੱਤ ਮੰਤਰੀ ਸਾਹਿਬ ਕਈ ਵਾਰ ਐਲਾਨ ਕਰ ਚੁੱਕੇ ਹੈ ਕਿ ਨੋਟਬੰਦੀ ਤੋਂ ਬਾਅਦ ਅਸੀਂ ਇੰਨੇ ਲੱਖ ਸ਼ੈਲ ਕੰਪਨੀਆਂ ਦਾ ਧੰਦਾ ਚੌਪਟ ਕਰਕੇ ਰੱਖ ਦਿੱਤਾ, ਹੁਣ ਸਭ ਕੁਝ ਠੀਕ ਹੈ।
ਤੇ ਜੇ ਸ਼ੈਲ ਕੰਪਨੀਆਂ ਆਪਾਂ ਬੰਦ ਕਰਤੀਆਂ ਅਸੀਂ ਸਖ਼ਤ ਕਾਰਵਾਈ ਕਰਕੇ ਤਾਂ ਨੀਰਵ ਮੋਦੀ ਕਿਹੜਾ ਸ਼ੈਲ ਕੰਪਨੀਆਂ ਦਾ ਭਾਈ ਪਾਰਟਨਰ ਬਣਿਆ ਰਿਹਾ? ਇੱਧਰਲੇ ਪਾਸੇ ਨੂੰ ਵੀ ਸਾਨੂੰ ਧਿਆਨ ਦੇਣਾ ਪਏਗਾ। ਇਸ ਵੇਲੇ ਕੁਛ ਪ੍ਰਭਾਵ ਹੈ ਜੀ ਸੁਖਨਾਬ ਜੀ, ਛੇਲੀ ਨੀ ਲਾਈ, ਮੈਨੂੰ ਲੱਗਦਾ ਕਿ ਹੁਣ ਤਾਂ ਸਾਰਾ ਕੁਝ ਜਿਹੜਾ ਉਹ ਲਾ ਕੇ ਤੁਰ ਗਿਆ, ਹੁਣ ਤਾਂ ਸਾਡੇ ਪੱਲੇ ਕੱਖ ਵੀ ਨੀ ਬਚਿਆ। ਇੱਕ ਤਾਂ ਇਹਦੀ ਗੱਲ ਹੁੰਦੀ ਹੈ ਨਾ ਕਿ ਜੇ ਕਿਤੇ ਮੰਨ ਲਓ ਕਿਸੇ ਨੌ ਲਿਖ ਗਿਆ ਤਾਂ ਦੁਬਾਰਾ ਆ ਜਾਂਦਾ, ਪਰ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਲਗਾਤਾਰ ਪਟਾਕੇ ਪਾਉਣੇ ਸ਼ੁਰੂ ਕੀਤੇ, ਲੱਗਦਾ ਕਿ ਜਿੱਥੋਂ ਜਿੱਥੋਂ ਛਿੱਲੇ ਗਏ ਹੁਣ ਜ਼ਿਆਦਾ ਦੁਬਾਰਾ ਜਿਹੜਾ ਉੱਥੇ ਜ਼ਖਮ ਆ ਨਹੀਂ ਸਕਣਾ। ਦੂਸਰੀ ਘਟਨਾ ਜਿਹੜੀ ਹੈ ਰੋਟੋਮੈਕ ਕੰਪਨੀ ਦੀ ਹੈ, ਵਿਕਰਮ ਕਠਾਰੀ ਇਸ ਕੰਪਨੀ ਦਾ ਮਾਲਕ। ਪਹਿਲਾ ਰੌਲਾ ਪਿਆ ਸੀ ਸ਼ੁਰੂਆਤੀ ਦੌਰ ਦੇ ਵਿੱਚ ਕਿ 500 ਕਰੋੜ ਰੁਪਈਆ ਉਹਨੇ ਬੈਂਕਾਂ ਦਾ ਦੇਣਾ ਤੇ ਇਹ ਬੈਂਕ ਕਰਜ਼ਾ ਉਹਨੇ ਗਲਤ ਤਰੀਕੇ ਨਾਲ ਲਿਆ। 24 ਘੰਟੇ ਬਾਅਦ ਪਤਾ ਲੱਗਾ ਕਿ 500 ਕਰੋੜ ਨਹੀਂ 800 ਕਰੋੜ ਰੁਪਈਆ। ਪਰ ਹੁਣ ਹੈਰਾਨੀ ਦੀ ਗੱਲ ਹੈ ਕਿ ਵਿਕਰਮ ਕਠਾਰੀ ਉਹਦੀ ਕੰਪਨੀ ਦੇ 3 ਡਾਇਰੈਕਟਰ ਉਹਨਾਂ ਨੇ 7 ਬੈਂਕਾਂ ਤੋਂ 500 ਕਰੋੜ ਨਹੀਂ 800 ਕਰੋੜ ਨਹੀਂ 3695 ਕਰੋੜ ਰੁਪਈਆ ਲੋਨ ਲਿਆ, ਵਾਪਸ ਨਹੀਂ ਕੀਤਾ। ਤੇ ਜਿਹੜਾ ਲੋਨ ਲਿਆ ਵੀ ਹੈ ਉਹ ਕਰਜ਼ਾ ਜਿਹੜਾ ਗਲਤ ਦਸਤਾਵੇਜ਼ਾਂ ਦੇ ਆਧਾਰ ਦੇ ਉੱਤੇ ਲਿਆ। ਸ਼ੁਰੂਆਤੀ ਦੌਰ ਦੇ ਵਿੱਚ ਰੌਲਾ ਰੱਪਾ ਹੀ ਪਿਆ ਸੀ ਕਿ ਇਹ ਜਿਹੜਾ ਵਿਕਰਮ ਕਠਾਰੀ ਹੈ ਬੈਂਕਾਂ ਨਾਲ ਫਰੋਡ ਕਰਕੇ ਵਿਦੇਸ਼ ਭੱਜ ਗਿਆ, ਪਰ ਅੱਜ ਪਤਾ ਲੱਗਿਆ ਕਿ ਕਾਨਪੁਰ ਦੇ ਵਿੱਚ ਇਹਨਾਂ ਦੇ 3 ਟਿਕਾਣਿਆਂ ਦੇ ਉੱਤੇ ਛਾਪੇਮਾਰੀ ਕੀਤੀ ਗਈ ਹੈ। ਤੇ ਵਿਕਰਮ ਕਠਾਰੀ ਦਾ ਜਿਹੜਾ ਕਾਨਪੁਰ ਦਾ ਘਰ ਹੈ ਉੱਥੇ ਛਾਪੇਮਾਰੀ ਦੇ ਦੌਰਾਨ ਉਹਦੇ ਸਾਰੇ ਪਰਿਵਾਰ ਦੇ ਸੈੱਲ ਫੋਨ, ਉਹਦੇ ਸਾਰੇ ਪਰਿਵਾਰ ਦੇ ਜਿਹੜੇ ਪਾਸਪੋਰਟ ਨੇ ਉਹ ਜ਼ਬਤ ਕਰ ਲਏ ਗਏ ਆ। ਟੱਬਰ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਪਤਾ ਇਹ ਵੀ ਲੱਗਿਆ ਕਿ ਵਿਕਰਮ ਕੋਠਾਰੀ ਵੀ ਆਪਣੇ ਉਸ ਘਰ ਦੇ ਵਿੱਚ ਆਪਣੇ ਉਸ ਬੰਗਲੇ ਦੇ ਵਿੱਚ ਹਾਜ਼ਰ ਸੀ। ਤੇ ਇਸ ਵੇਲੇ ਇਨਫੋਰਸਮੈਂਟ ਡਾਇਰੈਕਟੋਰੇਟ ਤੇ CBI ਦੀ ਜਿਹੜੀ ਟੀਮ ਹੈ ਇਹਨਾਂ ਤੋਂ ਪੁੱਛਗਿੱਛ ਜਿਹੜੀ ਉਹ ਕਰ ਰਹੀ ਹੈ। ਹੁਣ ਵੇਖਦੇ ਹਾਂ ਕਿ ਪਹਿਲਾ ਘੁਟਾਲਾ ਮੰਨ ਲੈਂਦੇ ਕਿ 11-12 ਹਜ਼ਾਰ ਕਰੋੜ ਦਾ, ਪਰ ਜੇ ਇੱਧਰਲੇ ਪਾਸੇ 3.5 ਹਜ਼ਾਰ ਕਰੋੜ ਰੁਪਈਏ ਦਾ ਘੁਟਾਲਾ ਇੱਧਰਲੇ ਪਾਸੇ ਵੀ ਹੋਇਆ ਤੇ ਇਹਦਾ ਮਤਲਬ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਭਾਰਤੀ ਬੈਂਕਿੰਗ ਸਿਸਟਮ ਦੇ ਵਿੱਚ ਸਾਨੂੰ ਵੱਡੇ ਸੁਧਾਰ ਤਾਂ ਜਿਹੜੇ ਉਹ ਕਰਨੇ ਪੈਣਗੇ। ਪਰ ਜੇ ਵੱਡੇ ਸੁਧਾਰ ਕੀਤੇ ਤੋਂ ਬਿਨਾਂ ਇਸੇ ਤਰੀਕੇ ਕੰਮ ਧੰਦਾ ਚੱਲਦਾ ਰਿਹਾ ਤਾਂ ਦੇਸ਼ ਦੇ ਆਰਥਿਕ ਹਿੱਤਾਂ ਦੇ ਉੱਤੇ ਇਹ ਬਹੁਤ ਵੱਡੀ ਸੱਤ ਵਰਗੀ ਗੱਲ ਹੋਏਗੀ ਜੀ। ਤੇ ਵਟਸਐਪ ਅਗਲੀ ਖਬਰ ਉਹ ਵੀ ਧਿਆਨ ਮੰਗਦੀ ਹੈ ਜੀ ਤੁਹਾਡਾ, ਆਵਾਜ਼ ਪ੍ਰਦੂਸ਼ਣ। ਕਹਿੰਦੇ ਇਹਦੇ ਤੋਂ ਮੁਕਤ ਹੋਇਆ ਪੰਜਾਬ ਦਾ ਇੱਕ ਪਿੰਡ। ਸੁਖਨਾਬ ਜੀ, ਲਗਾਤਾਰ ਇਹ ਚਰਚਾ ਚੱਲਦੀ ਰਹਿੰਦੀ ਹੈ ਕਿ ਪੰਜਾਬ ਦੇ ਵਿੱਚ ਆਵਾਜ਼ ਪ੍ਰਦੂਸ਼ਣ ਬਹੁਤ ਹੈ। ਚਲੋ ਠੀਕ ਹੈ, ਸਕੂਟਰ ਤੁਰਦਾ, ਮੋਟਰਸਾਈਕਲ ਤੁਰਦਾ, ਬੱਸਾਂ ਕਾਰਾਂ ਤੁਰਦੀਆਂ, ਜਿੰਨੀ ਕੁ ਆਵਾਜ਼ ਉਹਨਾਂ ਵਹੀਕਲਸ ਨੇ ਕਰਨੀ ਹੈ ਉਨੀ ਕੁ ਤੱਕ ਕਰਨੀ ਹੈ, ਉਸ ਗੱਲ ਤੋਂ ਅਸੀਂ ਇਨਕਾਰ ਨਹੀਂ ਕਰਦੇ। ਹਨੇਰੀ ਆਉਂਦੀ ਹੈ, ਉਹ ਵੀ ਆਵਾਜ਼ ਆਉਂਦੀ ਹੈ, ਪਰ ਕਈ ਤਰ੍ਹਾਂ ਦੀਆਂ ਆਵਾਜ਼ਾਂ ਜਿਹੜੀਆਂ ਨੇ ਉਹ ਮਨੁੱਖ ਦੇ ਲਈ ਘਾਤਕ ਬਹੁਤ ਨੇ, ਸਾਡੀ ਰੋਜ਼ਾਨਾ ਜ਼ਿੰਦਗੀ ਦੇ ਉੱਤੇ ਵੀ ਮਾੜਾ ਅਸਰ ਪਾਉਂਦੀਆਂ। ਬਹੁਤ ਸਾਰੇ ਲੋਕਾਂ ਦੇ ਕੰਮ ਧੰਦੇ ਜਿਹੜੇ ਆ ਉਹ ਸ਼ਾਂਤ ਵਾਤਾਵਰਨ ਦੇ ਵਿੱਚ ਹੋਣੇ ਹੁੰਦੇ ਆ, ਪਰ ਆਵਾਜ਼ਾਂ ਇੰਨੀਆਂ ਜ਼ਿਆਦਾ ਕਿ ਉਹ ਬੜੀ ਤੰਗੀ ਵਾਲੀ ਗੱਲ ਹੋ ਜਾਂਦੀ ਹੈ। ਹੁਣ ਹੋਇਆ ਕੀ, ਅਸੀਂ ਬੁਲਟ ਮੋਟਰਸਾਈਕਲ ਲੈਣਾ, ਉਹਦੇ ਪਟਾਕੇ ਵਜਾਉਣਾ ਨਹੀਂ ਹਟਦੇ, ਅਸੀਂ ਵਿਆਹ ਕਰੀਏ, ਅਸੀਂ ਦੀਵਾਲੀ ਮਨਾਈਏ, ਕਿ ਗੁਰੂਆਂ ਦਾ ਦਿਹਾੜਾ ਮਨਾਈਏ, ਅਸੀਂ ਬੰਬ ਚਲਾਉਣਾ ਨਹੀਂ ਹਟਦੇ, ਆਤਿਸ਼ਬਾਜ਼ੀਆਂ ਚਲਾਉਣਾ ਨਹੀਂ ਹਟਦੇ। ਅਸੀਂ ਜੇ ਕਿਤੇ ਗੁਰੂ ਘਰ ਹੋਵੇ, ਮੰਦਰ ਹੋਵੇ, ਮਸਜਿਦ ਹੋਵੇ, ਸਵੇਰੇ ਸ਼ਾਮ ਸਪੀਕਰ ਫੁੱਲ ਆਵਾਜ਼ ਦੇ ਵਿੱਚ ਹੀ ਲਾਉਣਾ ਹੈ। ਗੁਰੂ ਘਰ ਦੇ ਵਿੱਚ ਸਪੀਕਰ ਦੀ ਆਵਾਜ਼ ਹੌਲੀ ਕਰਨ ਸੰਬੰਧੀ ਜਾਂ ਕੇਵਲ ਅੰਦਰ ਅੰਦਰ ਆਵਾਜ਼ ਸੁਣੇ ਇਸ ਸੰਬੰਧੀ ਭਾਵੇਂ ਸਰਕਾਰ ਕਹੀ ਜਾਵੇ, ਭਾਵੇਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮ ਜਾਰੀ ਹੋਏ, ਅਸੀਂ ਨਹੀਂ ਮੰਨਦੇ। ਅਸੀਂ ਤਾਂ ਸਪੀਕਰ ਉੱਪਰ ਲਾਵਾਂਗੇ, ਸਭ ਤੋਂ ਉੱਪਰਲੀ ਮੰਜ਼ਿਲ ਤੇ ਚਾਰੇ ਪਾਸੇ ਲਾਵਾਂਗੇ ਤੇ ਆਵਾਜ਼ ਜਿੰਨੀ ਕੁ ਫੁੱਲ ਛੱਡਾਂਗੇ। ਇਹਦੇ ਤੋਂ ਇਲਾਵਾ ਅਸੀਂ ਹੋਰ ਨਹੀਂ ਮਾਰੀ ਜਾਣੇ, ਅਸੀਂ ਜੇ ਗਾਣੇ ਵੀ ਸੁਣਨੇ ਆ ਤੇ ਜਿੰਨੀ ਦੇਰ ਚਾਰ ਘਰਾਂ ਨੂੰ ਸੁਣੇ ਨਾ, ਅਗਲਿਆਂ ਨੂੰ ਪਤਾ ਲੱਗੇ ਕਿ ਨਵਾਂ ਡੱਕ ਲੈ ਕੇ ਆਇਆ, ਉਨੀ ਦੇਰ ਤਾਂ ਕੰਮ ਚੱਲਦਾ ਨਹੀਂ। ਅਸੀਂ ਟਰੈਕਟਰਾਂ ਦੇ ਉੱਤੇ ਵੀ ਗੀਤ ਲਾਉਣੇ ਤੇ ਸਾਰੇ ਪਿੰਡ ਨੂੰ ਸੁਣਾਉਣੇ ਆ। ਕਹਿਣ ਦਾ ਭਾਵ ਹੈ ਕਿ ਇੱਕ ਤੋਂ ਬਾਅਦ ਇੱਕ ਕਈ ਐਸੀਆਂ ਚੀਜ਼ਾਂ ਨੇ ਜਿਹੜੀਆਂ ਕਿ ਪਰੇਸ਼ਾਨੀ ਦਾ ਵੀ ਕਾਰਨ ਬਣ ਜਾਂਦਾ ਤੇ ਸਾਡੀ ਮਾਨਸਿਕ ਹਾਲਾਤ ਦਾ ਦੁਆਲਾ ਵੀ ਕੱਢ ਕੇ ਰੱਖ ਦਿੰਦੀਆਂ। ਬਰਨਾਲੇ ਦੇ ਨੇੜੇ ਇੱਕ ਬਹੁਤ ਮਹੱਤਵਪੂਰਨ ਪਿੰਡ ਹੈ ਚੰਨਵਾਲ। ਉਸ ਪਿੰਡ ਨੇ ਇੱਕ ਮਿਸਾਲ ਕਾਇਮ ਕੀਤੀ, ਆਪਾਂ ਸਾਰੇ ਭਾਰਤ ਦੀ ਗੱਲ ਹੀ ਛੱਡ ਦਿੰਦੇ ਹਾਂ, ਜੇ ਪੰਜਾਬ ਦੇ 13,000 ਪਿੰਡਾਂ ਦੇ ਲਈ ਹੀ ਕਹਿ ਦਈਏ ਤਾਂ ਉਹ ਭਾਈ ਸੱਚੀ ਮਿਸਾਲ ਬਣ ਗਿਆ। ਹੁਣ ਆਮ ਤੌਰ ਤੇ ਹੁੰਦਾ ਕੀ ਹੈ ਕਿ 2 ਘੰਟੇ ਸਵੇਰੇ ਤੇ 2 ਘੰਟੇ ਸ਼ਾਮ ਨੂੰ ਸਪੀਕਰ ਫੁੱਲ ਆਵਾਜ਼ ਦੇ ਪੰਜਾਬ ਦੇ ਬਹੁਤੇ ਪਿੰਡਾਂ ਦੇ ਵਿੱਚ ਵੱਜਦੇ ਨੇ। ਅੱਜ ਕੱਲ੍ਹ ਦੇਖੋ ਪ੍ਰੀਖਿਆਵਾਂ ਦਾ ਟਾਈਮ ਹੈ, ਪੇਪਰ ਪੈ ਰਹੇ ਨੇ, ਐਗਜ਼ਾਮੀਨੇਸ਼ਨ ਚੱਲ ਰਹੇ ਆ ਜਾਂ 15-10 ਦਿਨਾਂ ਤੱਕ ਚਾਲੂ ਹੋ ਜਾਣੇ ਆ, ਤੇ ਬੱਚਿਆਂ ਦੇ ਲਈ ਸਵੇਰ ਤੇ ਸ਼ਾਮ ਦਾ ਸਮਾਂ ਜਿਹੜਾ ਖਾਸ ਤੌਰ ਤੇ ਤੜਕੇ ਦਾ ਸਮਾਂ ਪੜ੍ਹਾਈ ਦੇ ਲਈ ਬਹੁਤ ਮਹੱਤਵਪੂਰਨ ਹੁੰਦਾ, ਕਿਉਂਕਿ ਬੰਦਾ ਜਦੋਂ ਸੌ ਕੇ ਉੱਠਦਾ ਉਹਦੇ ਸਰੀਰ ਦੇ ਅੰਦਰ ਸ਼ਕਤੀ ਜਿਹੜੀ ਹੈ, ਸਮਰੱਥਾ ਜਿਹੜੀ ਉਹ ਵਧੀ ਹੁੰਦੀ ਹੈ, ਤੇ ਉਸ ਵੇਲੇ ਜਿਹੜੇ 2-3 ਘੰਟੇ ਲੱਗ ਜਾਣ ਉਹ ਦਿਨ ਵੇਲੇ ਲਾਏ ਗਏ 5-6 ਘੰਟਿਆਂ ਤੋਂ ਵੀ ਬਿਹਤਰੀਨ ਹੁੰਦੇ, ਆਪਾਂ ਸਾਰੇ ਜਣੇ ਮੰਨਦੇ ਹਾਂ। ਪਰ ਜੇ ਬੱਚੇ ਉੱਠ ਵੀ ਪੈਣ
ਉਸੇ ਵੇਲੇ ਗੁਰਦੁਆਰੇ ਚੋਂ ਮੰਦਰ ਚੋਂ ਮਸਜਿਦ ਚੋਂ ਸਪੀਕਰ ਬੋਲ ਪੈਂਦਾ ਪੂਰੀ ਫੋਲੋ ਵਾਸਤੇ ਤੇ ਕਈ ਵਾਰੀ ਫਿਰ ਭਾਈ ਧਿਆਨ ਇਕਾਗਰ ਕਰਨਾ ਔਖਾ ਹੋ ਜਾਂਦਾ। ਦੂਸਰੇ ਪਾਸੇ ਜੇ ਕਦੇ ਇਹਨਾਂ ਨੂੰ ਜਾ ਕੇ ਕਹਿਣ ਚਾਹੁੰਦਾ ਕੋਈ ਵਿਅਕਤੀ ਉਹ ਦਰਦੀ ਪੈਂਦੀ ਆ ਕਿ ਭਾਈ ਤੂੰ ਸਾਡੀਆਂ ਧਾਰਮਿਕ ਗਤੀਵਿਧੀਆਂ ਦੇ ਵਿੱਚ ਅੜਿੱਕਾ ਦਾ ਹੋਣਾ, ਨਾ ਪੁਲਿਸ ਕੋਈ ਕਾਰਵਾਈ ਕਰਦੀ ਆ ਨਾ ਐਸ ਸੀ ਪੀ ਸੀ ਵਾਲੇ ਬਹੁਤਾ ਧਿਆਨ ਦਿੰਦੇ ਆ, ਕੰਮ ਚੱਲੀ ਜਾਂਦਾ ਹੈ। ਪਰ ਬਰਨਾਲੇ ਦਾ ਪਿੰਡ ਚੱਲਣ ਵਾਲਾ ਇਸ ਕਰਕੇ ਮਿਸਾਲ ਬਣ ਗਿਆ ਕਿਉਂਕਿ ਇਹਨਾਂ ਨੇ ਇੱਕ ਐਸਾ ਪ੍ਰਬੰਧ ਕੀਤਾ ਜਿਹਦੇ ਨਾਲ ਕਿ ਦੋਵੇਂ ਧਿਰਾਂ ਸੰਤੁਸ਼ਟ ਹੋ ਗਈਆਂ ਕਿ ਜੇ ਭਾਈ ਅਸੀਂ ਗੁਰਬਾਣੀ ਸੁਣਾਉਣੀ ਵੀ ਹੈ ਸਾਰਿਆਂ ਨੂੰ ਇੰਨੀ ਕੁ ਆਵਾਜ਼ ਦੇ ਵਿੱਚ ਸੁਣਾਉਣੀ ਹੈ ਜਿੰਨੀ ਆਵਾਜ਼ ਦੇ ਨਾਲ ਬਾਕੀ ਜਿਹੜੇ ਬੰਦੇ ਨੇ ਉਹ ਬਿਲਕੁਲ ਵੀ ਡਿਸਟਰਬ ਨਾ ਹੋਣ। ਪ੍ਰਬੰਧ ਇਹਨਾਂ ਨੇ ਕੀ ਕੀਤਾ, ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸਵੇਰ ਸ਼ਾਮ ਜਿਹੜਾ ਸ਼ਬਦ ਕੀਰਤਨ ਹੁੰਦਾ ਮਨ ਦੇ ਵਿੱਚ ਆਈ ਲੋਕਾਂ ਦੇ ਪ੍ਰਵਾਸੀਆਂ ਦੇ ਸਹਿਯੋਗ ਦੇ ਨਾਲ ਕਿ ਆਪਾਂ ਸਾਰਿਆਂ ਤੱਕ ਪਹੁੰਚਾਉਣਾ ਹੈ ਕਿ ਸਾਰੇ ਉਸ ਕੀਰਤਨ ਨੂੰ ਸਰਵਣ ਕਰ ਸਕਣ। ਪਰ ਦੂਸਰੇ ਪਾਸੇ ਇਹ ਵੀ ਗੱਲ ਸੀ ਮਨ ਦੇ ਵਿੱਚ ਕਿ ਇਹ ਨਹੀਂ ਕਿ ਆਪਾਂ ਭਾਈ ਇੱਕ ਗੁਰੂ ਘਰ ਦੇ ਉੱਤੇ ਸਪੀਕਰ ਤੰਗ ਦੇਣੇ ਆ, ਨਹੀਂ, ਬੱਚਿਆਂ ਨੂੰ ਆਂਢੀਆਂ ਗੁਆਂਢੀਆਂ ਨੂੰ ਜਿਹਨਾਂ ਦੇ ਗੁਰੂ ਘਰ ਦੇ ਨੇੜੇ ਘਰ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਾ ਆਵੇ, ਧਿਆਨ ਇਹਦਾ ਵੀ ਰੱਖਿਆ। ਹੁਣ ਕੀਤਾ ਕੀ, ਪੰਚਾਇਤ ਨੇ NRIs ਦੇ ਸਹਿਯੋਗ ਦੇ ਨਾਲ ਪਿੰਡ ਦੇ ਵਿੱਚ ਇੱਕ ਐਸਾ ਸਿਸਟਮ ਲਾਇਆ ਜਿਸ ਸਿਸਟਮ ਦੇ ਨਾਲ ਗੁਰਬਾਣੀ ਤਾਂ ਸਾਰੇ ਪਿੰਡ ਦੇ ਵਿੱਚ ਸੁਣਦੀ ਹੈ ਪਰ ਆਵਾਜ਼ ਪ੍ਰਦੂਸ਼ਣ ਨਹੀਂ ਹੁੰਦਾ। ਹੁਣ ਕੀਤਾ ਕੀ, 15,000 ਦੀ ਆਬਾਦੀ ਹੈ, 3 ਕਿਲੋਮੀਟਰ ਦੇ ਵਿੱਚ ਪਿੰਡ ਫੈਲਿਆ, ਰਿੰਗ ਰੋਡ ਤੇ ਮੇਨ ਸੜਕ ਦੇ ਉੱਤੇ ਸਟਰੀਟ ਲਾਈਟਾਂ ਲੱਗੀਆਂ ਹੋਈਆਂ, ਉਹ ਜਿਹੜੀਆਂ ਰਿੰਗ ਰੋਡ ਤੇ ਮੇਨ ਸੜਕ ਤੇ ਸਟਰੀਟ ਲਾਈਟਾਂ ਲੱਗੀਆਂ 35, ਉਹਨਾਂ ਸਟਰੀਟ ਲਾਈਟਾਂ ਦੇ ਨਾਲ ਛੋਟੇ ਛੋਟੇ ਸਪੀਕਰ ਲਾ ਤੇ ਸਾਰੇ ਸਪੀਕਰਾਂ ਨੂੰ ਇੱਕ ਤਾਰ ਦੇ ਨਾਲ ਜੋੜ ਦਿੱਤਾ ਤੇ ਉਹ ਤਾਰ ਜਿਹੜੀ ਹੈ ਗੁਰੂ ਘਰ ਜਿਹੜਾ ਗੁਰਦੁਆਰਾ ਹੈ ਉਹਦੇ ਨਾਲ ਅਟੈਚ ਕਰ ਦਿੱਤੀ। 5 ਲੱਖ ਰੁਪਏ ਦਾ ਖਰਚਾ ਆਇਆ, 4 ਮਹੀਨੇ ਹੋ ਗਏ ਲਗਾਤਾਰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਜਦੋਂ ਸਵੇਰ ਸ਼ਾਮ ਕੀਰਤਨ ਹੁੰਦਾ ਉਸ ਕੀਰਤਨ ਦਾ ਇਹਨਾਂ ਸਾਰੇ ਸਪੀਕਰਾਂ ਦੇ ਵਿੱਚੋਂ ਅਸੀਂ ਆਨੰਦ ਮਾਣ ਸਕਦੇ ਹਾਂ, ਸਰਵਣ ਕਰ ਸਕਦੇ ਹਾਂ। ਪਰ ਆਵਾਜ਼ ਉਹਨਾਂ ਸਪੀਕਰਾਂ ਦੀ ਇੰਨੀ ਕੁ ਘੱਟ ਰੱਖੀ ਗਈ ਹੈ ਕਿ ਜੇ ਗੁਆਂਢੀ ਘਰ ਦੇ ਵਿੱਚ ਕੋਈ ਬੱਚਾ ਪੜ੍ਹਦਾ, ਕੋਈ ਬਿਮਾਰ ਬੈਠਾ, ਕੋਈ ਬਜ਼ੁਰਗ ਹੈ, ਜਾਂ 4 ਜਣੇ ਆਪਸ ਵਿੱਚ ਬੈਠ ਕੇ ਗੱਲ ਹੀ ਕਰਦੇ ਆ, ਉਹਨਾਂ ਨੂੰ ਬਿਲਕੁਲ ਵੀ ਉਹਦਾ ਵਿਘਨ ਜਿਹੜਾ ਉਹ ਨਹੀਂ ਪੈਂਦਾ। ਹੁਣ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਭਾਈ ਇਹ ਤਾਂ ਸਿਸਟਮ ਹੀ ਬੜਾ ਵਧੀਆ, ਧਾਰਮਿਕ ਤੌਰ ਦੇ ਉੱਤੇ ਲੋਕਾਂ ਨੂੰ ਜੋੜਨਾ ਉਹ ਵੀ ਜੋੜ ਲਓ ਤੇ ਕਿਸੇ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਵੀ ਨਾ ਆਵੇ। ਸੋ ਵੇਖਦੇ ਆ ਕਿ ਬਾਕੀ ਪੰਜਾਬ ਦੇ ਪਿੰਡ ਜਿਨ੍ਹਾਂ ਦੇ ਵਿੱਚ ਕਈ ਵਾਰੀ ਕਮੇਟੀਆਂ ਇਸੇ ਗੱਲ ਤੋਂ ਔਖੀਆਂ ਭਾਰੀਆਂ ਹੁੰਦੀਆਂ ਕਿ ਭਾਈ ਅਸੀਂ ਤਾਂ ਸਪੀਕਰ ਲਾਉਣਾ ਹੀ ਲਾਉਣਾ, ਆ ਸਾਨੂੰ ਬੰਦ ਕਰਾਉਣ ਵਾਲੇ ਪਤਾ ਨਹੀਂ ਕੌਣ ਆ ਗਿਆ, ਪਰ ਕੁੱਲ ਮਿਲਾ ਕੇ ਜੇ ਦੁਨੀਆਂ ਦੇ ਨਾਲ ਕਦਮ ਦੇ ਨਾਲ ਕਦਮ ਮਿਲਾ ਕੇ ਅਸੀਂ ਚੱਲਣਾ ਤਾਂ ਸਾਨੂੰ ਇਹ ਗੱਲ ਸਮਝਣੀ ਪਏਗੀ ਕਿ ਭਾਈ ਜਿਹੜਾ ਧਰਮ ਹੈ ਧੱਕੇ ਨਾਲ ਕਿਤੇ ਥੋਪਿਆ ਨਹੀਂ ਜਾਂਦਾ। ਸਾਡੇ ਗੁਰੂ ਸਾਹਿਬਾਨ ਨੇ ਵੀ ਵਾਤਾਵਰਨ ਸੰਬੰਧੀ, ਕੁਦਰਤ ਸੰਬੰਧੀ ਬਹੁਤ ਸਾਰੀਆਂ ਬੇਸ਼ਕੀਮਤੀ ਗੱਲਾਂ ਕਹੀਆਂ ਸੀ, ਸਾਨੂੰ ਉੱਥੇ ਪਾਸੇ ਪੂਰਾ ਤੁਰਨਾ ਚਾਹੀਦਾ। ਖਾਸ ਤੌਰ ਦੇ ਉੱਤੇ ਜੇ ਗੁਰੂ ਘਰਾਂ ਦੀ ਗੱਲ ਕਰੀਏ, ਭਾਈ ਜੇ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਵੀ ਨਹੀਂ ਮੰਨਣਾ, ਦੂਜੇ ਪਾਸੇ ਪ੍ਰਸ਼ਾਸਨਿਕ ਹੁਕਮਾਂ ਦੀ ਵੀ ਵਸੂਲੀ ਕਰਨੀ ਹੈ, ਤਾਂ ਫਿਰ ਇਹ ਨਹੀਂ ਸਮਝ ਆਉਂਦੀ ਕਿ ਆਪਾਂ ਹੁਕਮ ਮੰਨਣਾ ਚਾਹੀਦਾ, ਆਪਣੇ ਆਪ ਹੀ ਸਾਨੂੰ ਉਧਰਲੇ ਪਾਸੇ 4 ਕਦਮ ਪੋਟੀ ਲੈਣੇ ਚਾਹੀਦੇ ਆ। ਜੀ, ਕਿਸਾਨ ਮਜ਼ਦੂਰ ਤੇ ਰਾਜਸੀ ਆਗੂ ਇੱਕ ਮੰਚ ਤੇ ਇਕੱਠੇ ਹੋ ਗਏ ਜੀ, ਨਿਕਲਿਆ ਕੋਈ ਹੱਲ ਕਿਸੇ ਮਸਲੇ ਦਾ? ਸੁਖਨਾਬ ਜੀ, ਹੱਲ ਨਹੀਂ ਨਿਕਲਿਆ, ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਹੋ ਸਕਦਾ 5-4 ਮੀਟਿੰਗਾਂ ਹੋਰ ਹੋਣ ਤੇ ਹੱਲ ਉਹਦੇ ਵਿੱਚ ਵੀ ਨਾ ਨਿਕਲੇ, ਪਰ ਜੇ ਅਸੀਂ ਕਦਮ ਕਦਮ ਕਰਕੇ ਵੀ ਅੱਗੇ ਤੁਰੀਏ ਤਾਂ ਸ਼ਾਇਦ ਕਦੇ 5-7 ਕਿਲੋਮੀਟਰ ਦਾ ਪੈਂਡਾ ਜਿਹੜਾ ਸਮਾਂ ਬਹੁਤ ਲੱਗੇਗਾ ਪਰ ਤੈਅ ਹੋਣ ਦੇ ਆਸਾਰ ਬਣ ਜਾਂਦੇ ਆ। ਹੁਣ ਤੱਕ ਪੰਜਾਬ ਦੀ ਭਾਰਤ ਦੀ ਸੁਖਨਾਬ ਜੀ ਤ੍ਰਾਸਦੀ ਕੀ ਰਹੀ, ਭਾਵੇਂ ਇਲੈਕਸ਼ਨ ਹੋਵੇ, ਭਾਵੇਂ ਕੋਈ ਆਰਥਿਕ ਮੁੱਦਾ, ਭਾਵੇਂ ਖੇਤੀ ਮੁੱਦਾ ਤੇ ਭਾਵੇਂ ਸਮਾਜਿਕ ਮੁੱਦਾ, ਅਸੀਂ ਬੜੇ ਵੱਖਰੇ ਤਰੀਕੇ ਦੇ ਨਾਲ ਚੱਲਦੇ ਹਾਂ। ਇਲੈਕਸ਼ਨ ਹੁੰਦੀ ਹੈ, ਅਕਾਲੀ ਆ ਗਏ, ਉਹ ਕਹਿਣਗੇ ਅਸੀਂ ਬਹੁਤ ਚੰਗੇ, ਅਸੀਂ ਦੁੱਧ ਧੋਤੇ, ਕਾਂਗਰਸ ਤੇ ਆਮ ਆਦਮੀ ਪਾਰਟੀ ਮਾੜੀਆਂ, ਲਾਗੇ ਨਾ ਜਾਏ ਉਹਨਾਂ ਦੇ, ਉਹ ਚਲੇ ਗਏ, ਕਾਂਗਰਸ ਹੀ ਆ ਗਏ, ਉਹ ਕਹਿੰਦੇ ਸਾਡੇ ਨਾਲੋਂ ਵਧੀਆ ਹੈ ਹੀ ਕੋਈ ਨਹੀਂ, ਅਕਾਲੀ ਤੇ ਆਮ ਆਦਮੀ ਪਾਰਟੀ ਵਾਲੇ ਬਹੁਤ ਮਾੜੇ, ਉਹ ਵੀ ਚਲੇ ਗਏ, ਆਮ ਆਦਮੀ ਪਾਰਟੀ ਵਾਲੇ ਆ ਗਏ, ਉਹ ਕਹਿੰਦੇ ਇਹਨਾਂ ਦੋਵਾਂ ਦੇ ਪੱਲੇ ਕੋਈ ਨਹੀਂ, ਸਾਡੇ ਤੋਂ ਚੰਗਾ ਕੋਈ ਨਹੀਂ। ਕਹਿਣ ਦਾ ਭਾਵ ਹੈ ਕਿ ਹਰ ਬੰਦਾ ਆਉਂਦਾ ਆਪਣੀਆਂ ਸਿਫਤਾਂ ਤੇ ਦੂਸਰੇ ਦੀਆਂ ਬਦਖੋਈਆਂ ਕਰਕੇ ਤੁਰ ਜਾਂਦਾ, ਪਰ ਸਾਡੇ ਕੋਲ ਇੱਦਾਂ ਦਾ ਕੋਈ ਪਲੇਟਫਾਰਮ ਲੋਕਤੰਤਰੀ ਦੇਸ਼ ਦੇ ਵਿੱਚ ਵਿਕਸਿਤ ਹੀ ਨਹੀਂ ਹੋ ਸਕਿਆ ਜਿਹਦੇ ਨਾਲ ਕਿ ਇਲੈਕਸ਼ਨ ਤੋਂ ਪਹਿਲਾਂ ਇਹ ਪ੍ਰਕਿਰਿਆ ਜ਼ਰੂਰੀ ਬਣ ਜਾਏ ਕਿ ਤਿੰਨੇ ਹੀ ਧਿਰਾਂ ਦੇ ਬੰਦੇ ਜਿਹੜੇ ਨੇ ਇੱਕ ਥਾਂ ਦੇ ਉੱਤੇ ਬੈਠ ਕੇ ਲੋਕਾਂ ਦੀ ਕਚਹਿਰੀ ਦੇ ਵਿੱਚ ਸਵਾਲਾਂ ਦੇ ਜਵਾਬ ਦੇਣ, ਜਿਹਦੇ ਨਾਲ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਵਿਚਾਰਕ ਧਾਰਕ ਤੌਰ ਦੇ ਉੱਤੇ ਪ੍ਰਪੱਖ ਕਿਹੜਾ ਹੈ, ਇੱਕ ਦੂਜੇ ਦੇ ਉੱਤੇ ਜਿਹੜੇ ਦੋਸ਼ ਲਾਏ ਜਾ ਰਹੇ ਨੇ ਉਹਨਾਂ ਦੋਸ਼ਾਂ ਦੇ ਸੰਬੰਧੀ ਸਬੂਤ ਕਿਹਦੇ ਕੋਲ ਨੇ, ਤੇ ਗੱਲਬਾਤ ਨੀਤੀਗਤ ਤੌਰ ਦੇ ਉੱਤੇ ਕਿਹਦਾ ਲੀਡਰ ਠੀਕ ਬਜਾ ਕੇ ਕਰ ਸਕਦਾ। ਕਿਉਂਕਿ ਜਦੋਂ ਆਪਾਂ ਇੱਕ ਲੀਡਰ ਦੀ ਗੱਲ ਸੁਣਦੇ ਹਾਂ ਪ੍ਰਭਾਵ ਉਹਦੇ ਪਾਸੇ ਨੂੰ ਚਲੇ ਜਾਂਦਾ, ਜੇ ਚਾਰਾਂ ਲੀਡਰਾਂ ਦੀ ਇਕੱਠੇ ਇੱਕ ਥਾਂ ਦੇ ਉੱਤੇ ਬੈਠ ਕੇ ਗੱਲ ਸੁਣਨਗੇ ਤਾਂ ਗੱਲ ਕਿਤੇ ਨਾ ਕਿਤੇ ਜਿਹੜੀ ਉਹ ਬਣ ਵੀ ਸਕਦੀ ਹੈ। ਹੁਣ ਹੁੰਦਾ ਕੀ ਹੈ, ਕਿਸਾਨ ਖੁਦਕੁਸ਼ੀਆਂ ਕਰਨ ਲੱਗ ਪਏ,
ਉਹਨਾਂ ਦੇ ਪਰਿਵਾਰ ਮਗਰੋਂ ਤਰ੍ਹਾਂ ਤਰ੍ਹਾਂ ਕਰਦੇ ਫਿਰਦੇ ਆ, ਖੇਤੀਬਾੜੀ ਦੇ ਵਿੱਚ ਮੰਦਰੀ ਹਾਲਤ ਹੈ, ਪਰ ਹੋ ਕੀ ਰਿਹਾ? ਵਿਰੋਧੀ ਧਿਰ ਦੇ ਲੀਡਰ ਕਹੀ ਜਾਂਦੇ ਆ ਕਿ ਭਾਈ ਸਰਕਾਰ ਮਾੜੀ ਹੈ, ਸਰਕਾਰ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੀ ਜ਼ਿੰਮੇਵਾਰੀ ਲੈ, ਸਰਕਾਰ ਕਹਿੰਦੀ ਅਸੀਂ ਥੋੜਾ ਥੋੜਾ ਕਰਜ਼ਾ ਮਾਫ਼ ਕਰਦੇ ਹਾਂ, ਅੱਗੇ ਵੱਖਰਾ ਕਹਿੰਦੀ ਹੈ, ਕਿਸਾਨ ਜਥੇਬੰਦੀਆਂ ਵੱਖਰੀਆਂ ਧਰਨੇ ਲਾ ਕੇ ਬੈਠੀਆਂ, ਪਰ ਇੱਕ ਥਾਂ ਦੇ ਉੱਤੇ ਇਕੱਠੇ ਹੋ ਕੇ ਮਸਲੇ ਦਾ ਹੱਲ ਲੱਭਿਆ ਹੀ ਨਹੀਂ ਸੀ। ਪਰ ਹੁਣ ਕਿਸਾਨ ਮਜ਼ਦੂਰ ਖੁਦਕੁਸ਼ੀ ਪੀੜਿਤ ਪਰਿਵਾਰ ਕਮੇਟੀ, ਇਸ ਕਮੇਟੀ ਨੇ ਸੰਗਰੂਰ ਦੇ ਵਿੱਚ ਇੱਕ ਪ੍ਰੋਗਰਾਮ ਕੀਤਾ ਤਾਂ ਜੋ ਕਿਸਾਨ ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਤੇ ਵਿਚਾਰ ਵਟਾਂਦਰਾ ਕੀਤਾ ਜਾ ਸਕੇ, ਘਰਾਓ ਨਾ ਕਰੀਏ, ਇਧਰਲੇ ਪਾਸੇ ਨੂੰ ਵੀ ਤੁਰੀਏ। ਹੁਣ ਉਹਨਾਂ ਨੇ ਕਿਹਾ ਕਿ ਸਾਰੇ ਮੈਂਬਰ ਪਾਰਲੀਮੈਂਟ ਜਿਹੜੇ ਪੰਜਾਬ ਦੇ ਨੇ ਸੱਦ ਲੈ, ਜਿਹੜੇ ਪੀੜਿਤ ਪਰਿਵਾਰ ਨੇ ਜਿਹਨਾਂ ਦਾ ਕੋਈ ਨਾ ਕੋਈ ਜੀ ਖੁਦਕੁਸ਼ੀ ਕਰ ਗਿਆ, ਉਹਨਾਂ ਨੂੰ ਵੀ ਸੱਦਾ ਪੱਤਰ ਭੇਜ ਦਿੱਤਾ ਕਿ ਭਾਈ ਆ ਜਾਓ, ਤੇ ਜਦੋਂ ਇਹਨਾਂ ਨੂੰ ਵੀ ਸੱਦਾ ਪੱਤਰ ਭੇਜ ਦਿੱਤਾ, ਉਧਰ ਵੀ ਸਾਰੇ ਸੱਦ ਲੈ, ਕਿੰਨੇ ਬੰਦੇ ਆਏ? ਬੰਦੇ ਆਏ 3.5। ਭਗਵੰਤ ਮਾਨ ਆਏ ਆਮ ਆਦਮੀ ਪਾਰਟੀ ਵੱਲੋਂ, ਦੂਸਰੇ ਪਾਸੇ ਪ੍ਰੇਮ ਸਿੰਘ ਚੰਦੂਮਾਜਰਾ ਆਏ ਅਕਾਲੀ ਦਲ ਵੱਲੋਂ, ਤੀਸਰੇ ਪਾਸੇ ਡਾਕਟਰ ਪਰਮਵੀਰ ਗਾਂਧੀ ਆਏ, ਉਹ ਆਮ ਆਦਮੀ ਪਾਰਟੀ ਤੋਂ ਗੁੱਸੇ ਦਾ ਆਪਣਾ ਵੱਖਰਾ ਧੜਾ ਹੈ। ਚੌਥੇ ਪਾਸੇ ਸੁਨੀਲ ਜਾਖੜ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਪਹੁੰਚ ਨਹੀਂ ਸਕੇ, ਪਰ ਉਹਨਾਂ ਨੇ ਦਲਵੀਰ ਸਿੰਘ ਗੋਲਡੀ MLA ਨੂੰ ਆਪਣੇ ਪ੍ਰਤੀਨਿਧ ਦੇ ਤੌਰ ਤੇ ਭੇਜਿਆ, ਤੇ ਬਾਕੀ ਪੰਜਾਬ ਦੇ ਜਿਹੜੇ 9 ਮੈਂਬਰ ਪਾਰਲੀਮੈਂਟ ਨੇ ਨਾ ਆਪ ਆਏ ਨਾ ਉਹਨਾਂ ਨੇ ਕੋਈ ਪ੍ਰਤੀਨਿਧ ਭੇਜਿਆ। ਦੂਸਰੇ ਪਾਸੇ ਕਿਸਾਨ ਜਥੇਬੰਦੀਆਂ ਵੀ ਆਈਆਂ, ਤੇ ਇੱਥੇ ਹੈਰਾਨੀ ਦੀ ਗੱਲ ਇੱਕ ਨਿਕਲੀ ਹੈ ਕਿ ਅੱਜ ਤੱਕ ਜਿਹੜੇ ਲੋਕ ਕਹਿੰਦੇ ਸੀ ਕਿ ਅਸੀਂ ਕਿਸਾਨਾਂ ਦੀ ਸ਼ਾਦੀ ਪਰਦੇ ਆ ਸਮੱਸਿਆ ਹੱਲ ਕਰਾਂਗੇ, ਉਹ ਮੀਟਿੰਗ ਦੇ ਵਿੱਚ ਨਹੀਂ ਆਏ। ਉੱਥੇ ਕਿਹਾ ਕੀ ਗਿਆ? ਭਗਵੰਤ ਮਾਨ ਹੋਰੀ ਕਹਿੰਦੇ ਕਿ ਜੇ ਸਰਕਾਰਾਂ ਨੇ ਚੱਜ ਦੇ ਕੰਮ ਕੀਤੇ ਹੁੰਦੇ ਤਾਂ ਨੌਬਤ ਇਹ ਨਹੀਂ ਸੀ ਆਉਣੀ, ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਘਰਾਂ ਦੇ ਵਿੱਚ ਸਫ਼ਰ ਨਹੀਂ ਸੀ ਪਿਛਲੇ। ਦੂਸਰੇ ਪਾਸੇ ਪ੍ਰੇਮ ਸਿੰਘ ਚੰਦੂਮਾਜਰਾ ਹੋਰੀ ਕਹਿੰਦੇ ਕਿ ਮੈਂ ਤਾਂ ਭਾਈ ਜਾ ਕੇ ਸੰਸਦ ਵਿੱਚ ਵੀ ਮੰਗ ਕਰੂੰਗਾ ਕਿ ਖੇਤੀਬਾੜੀ ਦੇ ਵਿੱਚ ਜੇ ਸੁਧਾਰ ਲਿਆਉਣਾ ਤਾਂ ਸੰਸਦ ਦਾ ਇੱਕ ਖੇਤੀਬਾੜੀ ਵਿਸ਼ੇਸ਼ ਸੈਸ਼ਨ ਸੱਦਿਆ ਜਾਏ। ਡਾਕਟਰ ਪਰਮਵੀਰ ਗਾਂਧੀ ਹੋਰੀ ਉਹ ਕਹਿੰਦੇ ਕਿ ਸਾਨੂੰ ਇੱਕ ਤਾਂ ਰਸਮਾਂ ਸਾਦੀਆਂ ਕਰਨੀਆਂ ਚਾਹੀਦੀਆਂ ਤੇ ਦੂਸਰਾ ਸਰਕਾਰ ਮੰਡੀ ਕਰਨ ਦਾ ਪ੍ਰਬੰਧ ਕਰੇ। ਸੁਨੀਲ ਜਾਖੜ ਵੱਲੋਂ ਦਲਵੀਰ ਗੋਲਡੀ ਪੁੱਜੇ ਸੀ, ਉਹ ਕਹਿੰਦੇ ਜੀ ਦੇਖੋ ਅਸੀਂ ਤਾਂ ਇਸ ਵੇਲੇ ਸਰਕਾਰ ਦੇ ਵਿੱਚ ਆ, ਮੈਂ ਝੂਠਾ ਵਾਅਦਾ ਨਹੀਂ ਕਰਨਾ ਪਰ ਇੱਕ ਗੱਲ ਦਾ ਵਾਅਦਾ ਤੁਹਾਡੇ ਨਾਲ ਕਰਦਾ ਕਿ ਵਿਧਾਨ ਸਭਾ ਦੇ ਵਿੱਚ ਭਾਵੇਂ ਸਰਕਾਰ ਮੇਰੀ ਹੈ ਮੇਰੀ ਪਾਰਟੀ ਦੀ ਹੈ, ਪਰ ਮੈਂ ਮੁੱਦਾ ਚੁੱਕੂੰਗਾ ਕਿ ਪੀੜਿਤ ਪਰਿਵਾਰਾਂ ਦੇ ਬੱਚਿਆਂ ਦੀ ਪੜ੍ਹਾਈ ਤੇ ਬਜ਼ੁਰਗਾਂ ਦੀ ਦਵਾਦਾਰੂ ਦਾ ਖਰਚਾ ਸਰਕਾਰ ਚੱਕੇ। ਹੁਣ ਦੂਸਰੇ ਪਾਸੇ ਜਿਹੜੇ ਖੁਦਕੁਸ਼ੀ ਪੀੜਿਤ ਪਰਿਵਾਰ ਨੇ, ਸੁਖਨਾਇਬ ਜੀ ਉਹਨਾਂ ਪਰਿਵਾਰਾਂ ਦੇ ਕੋਈ ਪ੍ਰੋਫੈਸ਼ਨਲ ਕੋਈ ਵਕਤਾ ਥੋੜੀ ਹੈ, ਕੋਈ ਸਪੀਕਰ ਥੋੜੀ ਹੈ ਸਪੈਸ਼ਲੀ, ਪਰ ਜਿਹੜੇ ਸਰਲ ਢੰਗ ਦੇ ਨਾਲ ਉਹਨਾਂ ਪੀੜਿਤ ਪਰਿਵਾਰਾਂ ਨੇ ਆਪਣਾ ਦੁੱਖ ਦੱਸਿਆ ਕਿ ਕਮਾਊ ਜੀ ਵੀ ਚਲਿਆ ਗਿਆ, ਬੱਚਿਆਂ ਦੀ ਪੜ੍ਹਾਈ ਵੀ ਛੁੱਟਦੀ ਜਾਂਦੀ ਹੈ, ਕਰਜ਼ਾ ਵੀ ਸਿਰ ਦਾ ਸਿਰ ਖੜਾ ਹੈ, ਬਿਮਾਰੀਆਂ ਠਮਾਰੀਆਂ ਵੀ ਪਿੱਛਾ ਨਹੀਂ ਛੱਡਦੀਆਂ, ਬਹੁਤੇ ਲੋਕਾਂ ਦੀਆਂ ਅੱਖਾਂ ਦੇ ਵਿੱਚ ਅੱਥਰੂ ਆ ਗਏ। ਹਾਲਾਂਕਿ ਗੁਰਮੀਤ ਸਿੰਘ ਸੂਹੀ ਜਿਹੜੇ ਕਿ ਇਸ ਸੰਸਥਾ ਦੇ ਸੂਬਾ ਪ੍ਰਧਾਨ ਨੇ, ਉਹ ਕਹਿੰਦੇ ਕਿ ਅਸੀਂ ਤਾਂ ਸਾਰੇ ਲੀਡਰਾਂ ਨੂੰ ਸੱਦਿਆ ਸੀ, ਬਹੁਤੇ ਲੀਡਰ ਆਏ ਨਹੀਂ, ਪਰ ਫਿਰ ਵੀ ਜਿੰਨੇ ਕੁ ਆਏ ਨੇ ਧੰਨਵਾਦ ਉਹਨਾਂ ਦਾ ਕਰਨਾ ਚਾਹੀਦਾ ਕਿ ਉਹਨਾਂ ਨੇ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਦੇ ਸਾਹਮਣੇ ਆ ਕੇ, ਪੀੜਿਤ ਪਰਿਵਾਰਾਂ ਦੇ ਸਾਹਮਣੇ ਆ ਕੇ ਘੱਟੋ ਘੱਟ ਉਹਨਾਂ ਦੀ ਗੱਲ ਸੁਣ ਕੇ ਕੋਈ ਠੋਸ ਉਪਰਾਲਾ ਕਰਨ ਦਾ ਵਾਅਦਾ ਤਾਂ ਕੀਤਾ। ਅਗਲੀ ਵਾਰੀ ਲੀਡਰ ਵੀ ਜ਼ਿਆਦਾ ਹੋਣਗੇ ਉਮੀਦ ਕਰਦੇ ਹਾਂ, ਤੇ ਜ਼ਮੀਨੀ ਪੱਧਰ ਦੇ ਉੱਤੇ ਕੋਈ ਨਾ ਕੋਈ ਕੰਮ ਵੀ ਸ਼ੁਰੂ ਹੋਏਗਾ, ਇਸ ਗੱਲ ਦੀ ਆਸ ਤੋਂ ਵੀ ਆਪਾਂ ਨੂੰ ਪਰੇ ਨਹੀਂ ਹੋਣਾ ਚਾਹੀਦਾ। ਜੀ, ਤੇ ਜਨਧਨ ਦੇ ਖਾਤੇ ਆ ਜਿਹੜੇ ਵਟਸਐਪ ਉਹ ਚਰਚਾ ਦੇ ਵਿੱਚ ਆ ਕੇ ਜਨਧਨ। ਸੁਖਨਾਇਬ ਜੀ, ਇਹ ਬੜੀ ਅਜੀਬੋ ਗਰੀਬ ਚਰਚਾ ਚੱਲੀ ਜਾਂਦੀ ਹੈ। ਪ੍ਰਧਾਨ ਮੰਤਰੀ ਸਾਹਿਬ ਬੜੇ ਤੇਜ਼ ਚੱਲਦੇ ਨੇ, ਚੱਲਣਾ ਵੀ ਚਾਹੀਦਾ, ਭਾਰਤ ਵਰਗੇ ਦੇਸ਼ ਨੇ ਜੇ ਦੁਨੀਆਂ ਦੇ ਨਾਲ ਮੋਢੇ ਨਾਲ ਮੋਢਾ ਵੜਾ ਕੇ ਤੁਰਨਾ ਤਾਂ ਤੇਜ਼ ਤੁਰਨਾ ਹੀ ਪਏਗਾ। ਹੁਣ ਹਾਲਾਤ ਕੀ ਹੋ ਗਏ? ਪ੍ਰਧਾਨ ਮੰਤਰੀ ਸਾਹਿਬ ਯੋਜਨਾ ਬਣਾਉਂਦੇ ਆ ਅੱਗੇ ਤੁਰ ਪੈਂਦੇ ਆ, ਫਿਰ ਯੋਜਨਾ ਬਣਾਉਂਦੇ ਅੱਗੇ ਤੁਰ ਪੈਂਦੇ ਆ, ਪਿੱਛੇ ਮੁੜ ਕੇ ਵੇਖਦੇ ਨਹੀਂ, ਤੇ ਜੇ ਪਿੱਛੇ ਮੁੜ ਕੇ ਵੇਖ ਲੈਣ ਤਾਂ ਚੰਗਾ ਰਹੇ। ਆਪਾਂ ਪਿਛਲੇ ਦਿਨ ਰੇਡੀਓ ਚੱਲ ਪ੍ਰਦੇਸੀ ਦੇ ਸਰੋਤਿਆਂ ਦੇ ਨਾਲ ਇੱਕ ਰਿਪੋਰਟ ਸਾਂਝੀ ਕੀਤੀ ਕਿ ਪ੍ਰਧਾਨ ਮੰਤਰੀ ਸਾਹਿਬ ਦੀ ਇੱਕ ਯੋਜਨਾ ਜਿਹਦਾ ਨਾਮ ਹੈ ਆਦਰਸ਼ ਗ੍ਰਾਮ ਯੋਜਨਾ, ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ 800 ਤੋਂ ਵੱਧ ਭਾਰਤ ਦੇ ਮੈਂਬਰ ਪਾਰਲੀਮੈਂਟ ਨੇ ਲੋਕ ਸਭਾ ਤੇ ਰਾਜ ਸਭਾ ਦੇ, ਹਰ ਇੱਕ ਮੈਂਬਰ ਪਾਰਲੀਮੈਂਟ ਇੱਕ ਸਾਲ ਦੇ ਵਿੱਚ ਇੱਕ ਪਿੰਡ ਗੋਦ ਲਏਗਾ, ਉਸ ਪਿੰਡ ਨੂੰ ਆਦਰਸ਼ ਬਣਾਏਗਾ, ਹਰ ਇੱਕ ਤਰ੍ਹਾਂ ਦੀ ਸਹੂਲਤ ਉਸ ਪਿੰਡ ਦੇ ਵਿੱਚ ਦਏਗਾ, ਅਗਲੇ ਸਾਲ ਦੂਸਰਾ ਪਿੰਡ, ਫਿਰ ਤੀਸਰਾ। 4 ਸਾਲ ਹੋ ਗਏ ਮੋਦੀ ਸਾਹਿਬ ਦੀ ਸਰਕਾਰ ਆਈ ਨੂੰ, ਪਰ ਅਜੇ ਤੱਕ ਕੋਈ 20-25 ਮੈਂਬਰ ਪਾਰਲੀਮੈਂਟਾਂ ਨੂੰ ਛੱਡ ਕੇ ਬਹੁਤਿਆਂ ਨੇ ਤੀਸਰਾ ਪਿੰਡ ਅਡੋਪਟ ਨਹੀਂ ਕੀਤਾ। ਮੋਦੀ ਸਾਹਿਬ ਦੀ ਆਪਣੀ ਵਜ਼ਾਰਤ ਦੇ ਕਈ ਮੰਤਰੀਆਂ ਨੇ ਵੀ ਇੱਕ ਇੱਕ ਵਾਰੀ ਇੱਕ ਪਹਿਲਾ ਪਿੰਡ ਅਡੋਪਟ ਕੀਤਾ, ਦੂਸਰਾ ਪਿੰਡ ਅਡੋਪਟ ਨਹੀਂ ਕੀਤਾ, 3 ਤੋਂ ਵੀ ਉੱਪਰ ਲੰਘ ਹੈ। ਵਿਰੋਧੀ ਧਿਰ ਵਾਲਿਆਂ ਨੇ ਤਾਂ ਕਰਨਾ ਹੀ ਕੀ ਸੀ? ਇੱਥੋਂ ਤੱਕ ਕਿ ਮੋਦੀ ਸਾਹਿਬ ਦੀ ਭਾਰਤੀ ਜਨਤਾ ਪਾਰਟੀ ਦੀਆਂ ਕਈ ਸਹਿਯੋਗੀ ਪਾਰਟੀਆਂ ਨੇ, ਉਹਨਾਂ ਦੇ ਮੈਂਬਰ ਪਾਰਲੀਮੈਂਟਾਂ ਨੇ ਵੀ ਗੋਦ ਲੈ ਪਿੰਡਾਂ ਦੇ ਵਿੱਚ ਕੋਈ ਵਿਕਾਸ ਕਰਨ ਦਾ ਯਤਨ ਨਹੀਂ ਕੀਤਾ। ਅਸਲ ਦੇ ਵਿੱਚ ਇਹ ਯੋਜਨਾ ਜਿਹੜੀ ਹੈ
ਉਹ ਸੁਖਨੈਬ ਜੀ ਬੜੀ ਬਿਨਾਂ ਹੋਮਵਰਕ ਤੋਂ ਬਣਾਈ ਗਈ ਸੀ। ਜਾਂ ਤਾਂ ਤੁਸੀਂ ਇਸ ਆਦਰਸ਼ ਗ੍ਰਾਮ ਯੋਜਨਾ ਦੇ ਲਈ ਕੋਈ ਫੰਡ ਰੱਖ ਦਿਓ, ਕੋਈ ਵਿਸ਼ੇਸ਼ ਢੰਗ ਤਰੀਕਾ ਵਰਤੋ। ਮੈਂਬਰ ਪਾਰਲੀਮੈਂਟਾਂ ਨੂੰ ਪਤਾ ਹੈ ਕਿ ਸਾਨੂੰ ਇੰਨੇ ਪੈਸੇ ਸਾਲ ਦੇ ਮਿਲਦੇ ਆ, ਉਹਦੇ ਵਿੱਚੋਂ ਜੇ ਅੱਧੇ ਪੈਸੇ ਉਹ ਇੱਕ ਪਿੰਡ ਨੂੰ ਆਦਰਸ਼ ਬਣਾਉਣ ਦੇ ਵਿੱਚ ਖਰਚ ਕਰ ਦੇਣਗੇ ਤਾਂ ਸੈਂਕੜੇ ਪਿੰਡਾਂ ਦੀ ਕੰਸਟੀਚੁਐਂਸੀ ਦੇ ਵਿੱਚ ਹੁੰਦੇ ਆ, ਬਾਕੀ ਪਿੰਡਾਂ ਦੇ ਵਿੱਚ ਗ੍ਰਾਂਟਾਂ ਕਿੱਥੋਂ ਦੇਣੀਆਂ। ਇਸ ਕਰਕੇ ਲੋਕਾਂ ਨੇ ਇੱਧਰ ਧਿਆਨ ਹੀ ਨਹੀਂ ਕੀਤਾ ਬੁਰੇ ਤਰੀਕੇ ਦੇ ਨਾਲ। ਮੇਰੀ ਨਜ਼ਰ ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਦੀ ਆਦਰਸ਼ ਗ੍ਰਾਮ ਯੋਜਨਾ ਫੇਲ ਹੋ ਗਈ। ਦੂਸਰੇ ਪਾਸੇ ਫਿਰ ਪ੍ਰਧਾਨ ਮੰਤਰੀ ਸਾਹਿਬ ਨੇ ਯੋਜਨਾ ਚਲਾਈ ਜਨਧਨ ਖਾਤੇ, ਕਿ ਭਾਈ ਜਨਧਨ ਯੋਜਨਾ ਅਸੀਂ ਚਲਾਤੀ ਹੈ ਕਿ ਭਾਰਤ ਦੇ ਕਿਸੇ ਵੀ ਵਿਅਕਤੀ ਨੂੰ ਅਸੀਂ ਬੈਂਕ ਖਾਤੇ ਤੋਂ ਵਾਂਝਾ ਨਹੀਂ ਰਹਿਣ ਦੇਣਾ। ਉਹਨੇ ਇਹ ਵੀ ਕਿਹਾ ਸੀ ਕਿ ਕੰਮ ਕਾਰ ਕਰਨਗੇ ਤਾਂ ਪੈਸੇ ਖਾਤੇ 'ਚ ਆਉਣਗੇ, ਕਿਤੋਂ ਖਰਚਣੇ ਆ ਤਾਂ ਪੈਸੇ ਖਾਤੇ 'ਚੋਂ ਖਰਚਣੇ ਆ, ਅਸੀਂ ਕਾਰਡ ਦੇ ਦਿੰਦੇ ਹਾਂ, ਕਾਰਡ ਦੇ ਸਹਾਰੇ ਦੇ ਨਾਲ ਸਾਰੀ ਸ਼ੋਪਿੰਗ ਕਰਿਆ ਕਰਨਗੇ, ਕੈਸ਼ ਰੱਖਣ ਦੀ ਲੋੜ ਨਹੀਂ। ਕਰੋੜਾਂ ਖਾਤੇ ਭਾਰਤ ਦੇ ਵਿੱਚ ਖੁੱਲ੍ਹੇ, ਇੱਕ ਵਿਸ਼ੇਸ਼ ਡਰਾਈਵ ਚਲਾਈ ਗਈ। ਆਪਾਂ ਉਦੋਂ ਵੀ ਚਰਚਾ ਕੀਤੀ ਸੀ ਰੇਡੀਓ ਚੰਨ ਪ੍ਰਦੇਸੀ ਦੇ ਸਰੋਤਿਆਂ ਦੇ ਨਾਲ ਕਿ ਠੀਕ ਹੈ ਬੈਂਕ ਖਾਤੇ ਖੁੱਲ੍ਹਣੇ ਖਿਲਾਉਣੇ ਕੋਈ ਮਾੜੀ ਗੱਲ ਨਹੀਂ, ਕੋਈ ਸਬਸਿਡੀ ਦਾ ਪੈਸਾ ਆਉਣਾ ਬੈਂਕ ਖਾਤੇ 'ਚ ਆਏ, ਬੰਦੇ ਨੇ ਕੋਈ ਚੀਜ਼ ਲੈਣੀ ਹੈ ਬੈਂਕ ਦੇ ਰਾਹੀਂ ਲੈ ਤਾਂ ਜੋ ਕੱਲ੍ਹ ਨੂੰ ਬੰਦਾ ਭੱਜ ਨਾ ਸਕੇ, ਧੋਖਾਧੜੀ ਘੱਟ ਹੋਏਗੀ। ਪਰ ਉਦੋਂ ਆਪਾਂ ਇਹ ਵੀ ਗੱਲ ਕਹੀ ਸੀ ਕਿ ਬੈਂਕ ਖਾਤੇ ਤਾਂ ਖੋਲ੍ਹ ਦਿੱਤੇ, ਪਰ ਉਹ ਬੈਂਕ ਖਾਤੇ ਖੋਲ੍ਹ ਦਿੱਤੇ ਉਹਨਾਂ ਨੂੰ ਰਨਿੰਗ ਦੇ ਵਿੱਚ ਰੱਖਣ ਦੇ ਲਈ ਲੋਕਾਂ ਕੋਲ ਪੈਸੇ ਚੱਲੇ ਕਿੱਥੋਂ ਆਉਣਗੇ? ਬਹੁਤੇ ਲੋਕ ਤਾਂ ਬੇਰੁਜ਼ਗਾਰ ਨੇ, ਦਵਾਈ ਖੋਲੋ ਖੁਰਾਕ ਦੇ ਖੋਲੋ, ਬਹੁਤ ਸਾਰੇ ਲੋਕਾਂ ਦੀ ਤਾਂ ਮੌਤ ਹੀ ਹੋ ਜਾਂਦੀ ਹੈ। ਲੋਕ ਜਿਹੜੇ ਨੇ 20 ਰੁਪਈਏ ਖਰਚ ਕੇ ਸ਼ਹਿਰ ਆ ਕੇ ਖਾਤਾ ਓਪਰੇਟ ਕਰਨ ਦੀ ਸਥਿਤੀ 'ਚ ਨਹੀਂ। ਇਸੇ ਕਰਕੇ ਆਪਾਂ ਜੇ ਕੇਵਲ ਤੇ ਕੇਵਲ ਪੰਜਾਬ ਦੀ ਗੱਲ ਕਰੀਏ ਤਾਂ 8 ਲੱਖ ਤੋਂ ਵੱਧ ਐਸੇ ਬੈਂਕ ਖਾਤੇ ਨੇ ਜਿਹੜੇ ਮੋਦੀ ਸਾਹਿਬ ਦੀ ਉਸ ਵਿਸ਼ੇਸ਼ ਮੁਹਿੰਮ ਦੇ ਵਿੱਚ ਖੋਲ੍ਹ ਤਾਂ ਦਿੱਤੇ ਬੈਂਕਾਂ ਵਾਲਿਆਂ ਨੇ, ਪਰ ਉਹਨਾਂ ਬੈਂਕਾਂ ਦੇ ਵਿੱਚ ਕਿਸੇ ਨੇ 1 ਰੁਪਈਆ ਢੇਲੀ ਨਾ ਜਮ੍ਹਾਂ ਕਰਾਈ ਤੇ ਨਾ ਕਢਵਾਈ, ਨਾ ਉਹ ਬੈਂਕ ਖਾਤੇ ਖੁਲਵਾਉਣ ਵਾਲੇ ਜਿਹੜੇ ਲੋਕ ਨੇ ਕਦੇ ਦੁਬਾਰਾ ਉਹਨਾਂ ਨੇ ਬੈਂਕ ਦੀ ਦੇਹਲੀ ਦੇ ਵਿੱਚ ਪੈਰ ਪਾਇਆ। ਹੁਣ ਜਦੋਂ ਇੱਕ ਪੰਜਾਬ ਸੂਬੇ 'ਚ 8 ਲੱਖ ਖਾਤੇ ਇੱਦਾਂ ਦੇ ਨੇ ਜਿਹਨਾਂ ਦੇ ਵਿੱਚ ਕਦੇ ਕਿਸੇ ਤਰ੍ਹਾਂ ਦੀ ਕੋਈ ਨਾ ਪੈਸਾ ਆਇਆ ਨਾ ਗਿਆ, ਕੋਈ ਟ੍ਰਾਂਜੈਕਸ਼ਨ ਹੋਈ ਨਹੀਂ, ਸਾਰੇ ਭਾਰਤ 'ਚ ਕਿੱਥੇ ਨਹੀਂ ਗੱਲ ਜਾਏਗੀ? ਮੱਧ ਪ੍ਰਦੇਸ਼ ਬੜਾ ਵੱਡਾ ਸੂਬਾ, ਇਹਦਾ ਮਤਲਬ ਹੈ ਉੱਥੇ ਤਾਂ 50 ਲੱਖ ਖਾਤੇ ਵੀ ਇੱਦਾਂ ਦੇ ਹੋ ਸਕਦੇ ਆ, 30 ਤਾਂ ਵੱਧ ਪਏ ਪਏ ਨੇ। ਸੋ ਕਿਤੇ ਨਾ ਕਿਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਨੇ ਡਿਜੀਟਲ ਇੰਡੀਆ ਬਣਾਉਣ ਦੇ ਚੱਕਰਾਂ ਦੇ ਵਿੱਚ, ਨੋਟਬੰਦੀ ਦੇ ਚੱਕਰਾਂ ਦੇ ਵਿੱਚ, ਕੈਸ਼ਲੈਸ ਭਾਰਤ ਦੇ ਚੱਕਰਾਂ ਦੇ ਵਿੱਚ ਬੈਂਕ ਖਾਤੇ ਤਾਂ ਖੁਲਵਾਤੇ, ਪਰ ਜਿੰਨੀ ਦੇਰ ਭਾਈ ਲੋਕਾਂ ਦੀ ਖਰੀਦ ਸ਼ਕਤੀ ਨਹੀਂ ਨਾ ਵੱਧਦੀ, ਲੋਕਾਂ ਨੂੰ ਰੁਜ਼ਗਾਰ ਨਹੀਂ ਮਿਲਦਾ, ਲੋਕਾਂ ਨੂੰ ਚੰਗੀ ਕਮਾਈ ਨਹੀਂ ਹੁੰਦੀ, ਲੋਕਾਂ ਦਾ ਜਿਹੜਾ ਉਹ ਸਟੈਂਡਰਡ ਆਫ ਲਿਵਿੰਗ ਹੈ ਉਹ ਥੋੜ੍ਹਾ ਜਿਹਾ ਉੱਚਾ ਨਹੀਂ ਉੱਠਦਾ, ਉਨੀ ਦੇਰ ਇਕੱਲੇ ਬੈਂਕ ਖਾਤਿਆਂ ਦੇ ਨਾਲ ਕੰਮ ਨਹੀਂ ਚੱਲਣਾ। ਮੇਰੇ ਕੋਲ ਭਾਵੇਂ ਤੁਸੀਂ ਕੌਲੀਆਂ ਬਾਟੀਆਂ ਚਮਚੇ ਗਲਾਸ ਥਾਲ 5 ਰੱਖ ਦਿਓ, ਪਰ ਜੇ ਉਹਦੇ ਵਿੱਚ ਖਾਣ ਦੇ ਲਈ ਰੋਟੀ ਤੇ ਨਾਲ ਦਾਲ ਨਹੀਂ ਨਾ ਹੋਏਗੀ, ਮੇਰੇ ਕੋਲ ਉਹਨਾਂ ਭਾਂਡਿਆਂ ਦਾ ਕੋਈ ਲਾਭ ਨਹੀਂ। ਸੋ ਮੋਦੀ ਸਾਹਿਬ ਇਕੱਲੇ ਬੈਂਕ ਖਾਤੇ ਕੀ ਕਰਨਗੇ? ਲੋਕਾਂ ਨੂੰ ਕੰਮ ਕਰ ਚਾਹੀਦਾ, ਲੋਕਾਂ ਨੂੰ ਖਰੀਦ ਸ਼ਕਤੀ ਚਾਹੀਦੀ ਹੈ, ਜਿਹੜੀ ਅਜੇ ਤੱਕ ਪਿਛਲੇ 4.5 ਸਾਲਾਂ 'ਚ ਆਪਣੀ ਸਰਕਾਰ ਬਹੁਤ ਹੀ ਨਹੀਂ ਦੇ ਸਕੀ। ਇੱਕ ਲੈ ਲਈਏ ਜੀ ਵਟਸਐਪ, ਉਸ ਤੋਂ ਬਾਅਦ ਫੇਰ ਹਾਜ਼ਰ ਹੁੰਦੇ ਜੀ। ਵਟਸਐਪ ਇੱਕ ਹੋਰ ਖਬਰ ਹੈ ਜੀ ਆਪਣੇ ਕੋਲੇ, ਸੰਜਾਈ ਘਟਾਲਾ, ਇਹਦੀ ਸੱਚਾਈ ਕੀ ਹੈ ਜੀ? ਸੁਖਨੈਬ ਜੀ, ਕਈ ਵਾਰ ਆਪਾਂ ਇਹ ਵੀ ਚਰਚਾ ਕੀਤੀ ਕਿ ਗੁਰਿੰਦਰ ਸਿੰਘ ਫੜਿਆ ਗਿਆ ਸੀ, ਤੇ ਗੁਰਿੰਦਰ ਸਿੰਘ ਉਹ ਬੰਦਾ ਜਿਹਦੇ ਬਾਰੇ ਮੰਨਿਆ ਜਾਂਦਾ ਕਿ ਬਾਦਲ ਸਾਹਿਬ ਦੀ ਸਰਕਾਰ ਜਦੋਂ 10 ਸਾਲ ਚੱਲੀ ਤਾਂ ਸਿੰਚਾਈ ਵਿਭਾਗ ਦੇ ਵਿੱਚ ਸੀਗਾ, ਤਾਂ ਭਾਵੇਂ ਸਧਾਰਨ ਪ੍ਰਾਈਵੇਟ ਠੇਕੇਦਾਰ ਸਰਕਾਰੀ ਠੇਕੇ ਲੈਣ ਦਾ ਕੰਮ ਕਰਦਾ ਸੀ, ਪਰ ਅਸਲ ਦੇ ਵਿੱਚ ਇਹਦੀ ਚੱਲਦੀ ਉਸ ਵਿਭਾਗ ਦੇ ਸਭ ਤੋਂ ਵੱਡੇ ਅਫਸਰ ਤੋਂ ਵੀ ਜ਼ਿਆਦਾ ਸੀ। ਕਿਹੜਾ ਬੰਦਾ, ਕਿਹੜਾ ਅਫਸਰ, ਕਿਹੜਾ ਕਰਮਚਾਰੀ ਕਿੱਥੇ ਐਡਜਸਟ ਕਰਾਉਣਾ ਤੇ ਕਿੱਥੇ ਨਹੀਂ, ਕਿਹੜਾ ਠੇਕਾ ਹੀ ਨਹੀਂ ਲੈਣਾ ਤੇ ਕਿਹੜਾ ਮਾੜਾ ਮੋਟਾ ਕੋਈ ਠੇਕਾ ਰੂੰਗੇ ਦੇ ਰੂਪ ਦੇ ਵਿੱਚ ਕਿਸੇ ਹੋਰ ਨੂੰ ਦੇਣਾ, ਸਾਰੇ ਫੈਸਲੇ ਆਪ ਹੀ ਕਰੀ ਕਰੀ ਜਾਂਦਾ ਸੀ। 1000 ਕਰੋੜ ਦੇ ਬਹੁਤ ਵੱਡੇ ਘੁਟਾਲੇ ਦਾ ਰੌਲਾ ਪਿਆ ਕਿ ਉਹੀ ਬੰਦਾ ਹੈ ਜਿਹਦਾ ਕਾਰੋਬਾਰ ਸਾਲ ਦੇ 3-4 ਕਰੋੜ ਤੋਂ ਵੱਧ ਕੇ 300 ਕਰੋੜ ਤੱਕ ਉੱਪਰ ਗਿਆ ਸੀ 5-7 ਸਾਲਾਂ 'ਚ। ਚਲੋ ਘੁਟਾਲੇ ਦਾ ਰੌਲਾ ਪਿਆ ਕਿ ਨਾ ਤਾਂ ਨਹਿਰਾਂ ਸਾਫ਼ ਕੀਤੀਆਂ ਪੈਸੇ ਲੈ ਲੈ, ਨਾ ਨਹਿਰਾਂ ਚੰਗੇ ਤਰੀਕੇ ਬਣਾਈਆਂ ਪੈਸੇ ਲੈ ਲੈ, ਹੋਰ ਵੀ ਕਰੀ। ਮੈਨੂੰ ਪਤਾ ਜੀ ਘੰਟਾ ਹੋ ਗਿਆ, ਸਾਡੇ ਇੱਕ ਸਿਸਟਮ ਹੋਰ ਵੀ ਹੈ, ਪਤਾ ਨਹੀਂ ਕਿਵੇਂ ਵਟਸਐਪ ਦੇ ਹੱਥ ਲੱਗਿਆ ਹੋਇਆ ਫੋਨ, ਕੋਈ ਘੰਟੇ ਤੋਂ ਬਾਅਦ ਤਾਂ ਅਸੀਂ ਗੱਲ ਹੀ ਨਹੀਂ ਕਰਨੀ। ਸੋ ਮਾਫ਼ੀ ਚਾਹਵਾਂਗੇ ਥੋੜ੍ਹੀ ਜੀ, ਔਰ ਮਾਫ਼ੀ ਤੋਂ ਬਾਅਦ ਵਾਲੀ ਗੱਲ ਇਹੀ ਹੈ ਕਿ ਘੰਟੇ ਬਾਅਦ ਸਾਨੂੰ ਚੇਤਾ ਆ ਜਾਂਦਾ ਜੀ ਵਟਸਐਪ, ਮਾਫ਼ੀ ਚਾਹੁੰਦੇ ਹਾਂ। ਸੁਖਨੈਬ ਜੀ, ਗੱਲ ਆਪਣੀ ਚੱਲ ਰਹੀ ਸੀ ਕਿ ਇਸ ਠੇਕੇਦਾਰ ਦਾ ਪਤਾ ਲੱਗ ਗਿਆ, ਪਰਚਾ ਦਰਜ ਹੋ ਗਿਆ ਤੇ ਕਾਬੂ ਆ ਗਿਆ। ਹੁਣ ਕਾਬੂ ਆ ਗਿਆ ਤਾਂ ਅਜੇ ਤੱਕ ਕਾਬੂ ਆਉਣ ਤੋਂ ਬਾਅਦ ਪ੍ਰੈਸ ਕਾਨਫਰੰਸ ਤਾਂ ਨਹੀਂ ਹੋ ਸਕੀ,
ਕਿਹਨੇ ਕੀ ਦੱਸਿਆ ਤੇ ਕੀ ਨਹੀਂ ਦੱਸਿਆ, ਪਰ ਪਤਾ ਲੱਗਿਆ ਕਿ ਇੱਕ ਦੋ ਪਿਛਲੀ ਸਰਕਾਰ ਦੇ ਵੱਡੇ ਸਿਆਸਤਦਾਨ, ਇੱਕ IAS ਅਧਿਕਾਰੀ ਜਿਹਦੀ ਇਮਾਨਦਾਰੀ ਦਾ ਢਿੰਡੋਰਾ ਪਿੱਟਿਆ ਜਾਂਦਾ, ਦੋ ਕੰਜੀਨੀਅਰ ਜਿਹੜੇ ਨੇ ਉਹਨਾਂ ਦੇ ਨਾਂ ਇਹਨੇ ਦੱਸਿਆ ਕਿ ਭਾਈ ਮੈਂ ਉਹਨਾਂ ਦੇ ਘਰ ਦੇ ਵਿੱਚ ਜਾ ਕੇ 5-5, 7-7 crore ਰੁਪਈਆ ਜਿਹੜਾ ਉਹ ਕੁੱਲ ਰਿਸ਼ਵਤ ਦੇ ਚੁੱਕਿਆ ਕਿ ਜਦੋਂ ਵੀ ਕੋਈ ਠੇਕਾ ਮੈਨੂੰ ਮਿਲਣਾ ਹੁੰਦਾ ਸੀ ਤਾਂ ਮੈਂ ਇਹਨਾਂ ਨੂੰ ਮੋਟੀ ਰਕਮ ਇਹਨਾਂ ਦੇ ਘਰ ਜਾ ਕੇ ਆਪ ਫੜਾਉਂਦਾ ਸੀ। ਹੁਣ ਜਦੋਂ ਇਦਾਂ ਦੇ ਖੁਲਾਸੇ ਸਾਹਮਣੇ ਆਉਣ ਲੱਗ ਪਏ ਤਾਂ ਇਹਨਾਂ ਨੂੰ ਨਸ਼ਰ ਨਹੀਂ ਕੀਤਾ ਜਾ ਰਿਹਾ। ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਮੌਜੂਦਾ ਸਰਕਾਰ ਵੀ ਏਡੇ ਵੱਡੇ ਕੇਸ ਦਾ ਖਲਾਰਾ ਲੋਕਾਂ ਸਾਹਮਣੇ ਪਾਉਣ ਤੋਂ ਥੋੜੀ ਜਿਹੀ ਝਿਜਕ ਜ਼ਰੂਰ ਰਹੀ ਹੈ, ਪਰ ਜੇ ਇਸ ਬੰਦੇ ਦੇ ਕਾਬੂ ਆਉਣ ਦੇ ਬਾਵਜੂਦ ਵੀ ਇਸੇ ਤਰੀਕੇ ਦਾ ਵਰਤਾਰਾ ਚੱਲਦਾ ਰਿਹਾ, ਕੋਈ ਖਾਸ ਖੁੱਲ ਕੇ ਗੱਲਬਾਤ ਜਿਹੜੀ ਨਾ ਕੀਤੀ ਗਈ ਤਾਂ ਕੰਮ ਔਖਾ ਹੋ ਜੂ, ਕਿਉਂਕਿ ਦੂਸਰਾ ਕੇਸ ਹੋਣਾ। ਸੁਖਨੈਬ ਜੀ ਪਹਿਲਾਂ ਜਦੋਂ ਬਰਖਾਸਤ ਕੀਤਾ ਜਾ ਚੁੱਕਿਆ ਇੰਸਪੈਕਟਰ ਇੰਦਰਜੀਤ ਕਾਬੂ ਆਇਆ ਸੀ, ਉਦੋਂ ਵੱਡੀ ਪੱਧਰ ਦੇ ਉੱਤੇ ਰੌਲਾ ਰੱਪਾ ਪੈਂਦਾ ਸੀ ਕਿ ਦੇਖੋ ਇੰਸਪੈਕਟਰ ਇੰਦਰਜੀਤ ਕੱਲਾ ਇਹ ਸਾਰਾ ਕੁਝ ਨਹੀਂ ਕਰ ਸਕਦਾ, 2-4 ਵੱਡੇ ਅਧਿਕਾਰੀ ਜਾਂ ਉਹਦੇ ਤੋਂ ਵੀ ਉੱਪਰ ਕੋਈ ਨਾ ਕੋਈ ਲੀਡਰ ਉਹਦੇ ਅੰਗ ਸੰਗ ਜ਼ਰੂਰ ਰਹਿੰਦਾ ਹੋਏਗਾ। ਪਰ ਅਜੇ ਤੱਕ ਕੋਈ ਖਾਸ ਪ੍ਰਾਪਤੀ ਉਸ ਕੇਸ ਦੇ ਵਿੱਚ ਇੰਦਰਜੀਤ ਦੇ ਜੇਲ੍ਹ ਜਾਣ ਦੇ ਬਾਵਜੂਦ ਕੀਤੀ ਨਹੀਂ ਜਾ ਸਕੀ, ਤੇ ਜਦੋਂ ਨਹੀਂ ਕੀਤੀ ਜਾ ਸਕੀ ਤੇ ਉਦੋਂ ਫਿਰ ਰੌਲਾ ਰੱਪਾ ਪੈ ਗਿਆ ਕਿ ਭਾਈ ਹੁਣ ਦੱਬਿਆ ਕੋ ਪਿਆ ਜਾ ਰਿਹਾ ਮਸਲਾ। ਇਸੇ ਤਰੀਕੇ ਗੁਰਿੰਦਰ ਸਿੰਘ ਦਾ ਰੌਲਾ ਪੈ ਗਿਆ, ਮੀਡੀਆ ਨੇ ਪਾਇਆ, ਉਹਦੇ ਤੋਂ ਬਾਅਦ ਸਰਕਾਰ ਨੇ ਕਾਰਵਾਈ ਤਾਂ ਕਰ ਦਿੱਤੀ ਪਰ ਕਾਰਵਾਈ ਅਜੇ ਤੱਕ ਗੁਰਿੰਦਰ ਤੇ 3-4 ਅਧਿਕਾਰੀਆਂ ਤੋਂ ਅੱਗੇ ਨਹੀਂ ਵਧੀ। ਲੋਕਾਂ ਦੇ ਮਨ ਦੇ ਵਿੱਚ ਸਵਾਲ ਖੜੇ ਹੁੰਦੇ ਆ ਕਿ ਏਡੇ ਵੱਡੇ ਘੁਟਾਲੇ ਇਹ 3-4 ਬੰਦੇ ਨਹੀਂ ਕਰ ਸਕਦੇ, ਕਿਤੇ ਨਾ ਕਿਤੇ ਕੁਝ ਵੱਡੀਆਂ ਗੋਗੜਾਂ ਵਾਲੇ ਬੰਦੇ ਇਨਵੋਲਵ ਸੀ, ਪਰ ਬਚਾਉਣ ਦਾ ਯਤਨ ਕੀਤਾ ਜਾ ਰਿਹਾ। ਤੇ ਗੁਜਰਾਤ ਦੀਆਂ ਚੋਣਾਂ ਦੇ ਨਤੀਜੇ ਕੀ ਕਹਿੰਦੇ ਆ ਜੀ? ਗੁਜਰਾਤ ਸੁਖਨੈਬ ਜੀ, ਵੈਸੇ ਤਾਂ ਹੋ ਸਕਦਾ ਕਿ ਆਪਣੇ ਰੇਡੀਓ ਚੰਨ ਪ੍ਰਦੇਸੀ ਦੇ ਬਹੁਤੇ ਸਰੋਤੇ ਹੈਰਾਨ ਹੋਣ ਕਿ ਗੁਜਰਾਤ ਦੇ ਵਿੱਚ ਤਾਂ ਵੋਟਾਂ ਪੈ ਹਟੀਆਂ ਬਈ, ਭਾਵੇਂ ਕਾਂਗਰਸ ਦੀਆਂ ਸੀਟਾਂ ਤੇ ਵੋਟਾਂ ਵੱਧ ਗਈਆਂ, ਨਤੀਜੇ ਵੀ ਆ ਗਿਆ, ਸਰਕਾਰ ਜਿਹੜੀ ਆ BJP ਦੀ ਬਣ ਗਈ, ਉਹਨੂੰ ਉੱਥੇ ਕਾਹਦੀਆਂ ਵੋਟਾਂ ਪੈ ਗਈਆਂ। ਦੇਖੋ ਸਥਾਨਕ ਸ਼ਹਿਰਾਂ ਦੀਆਂ ਚੋਣਾਂ ਸੀ, ਚਰਚਾ ਬਹੁਤ ਘੱਟ ਹੋਈ, ਇਸ ਕਰਕੇ ਬਹੁਤ ਘੱਟ ਹੋਈ ਕਿ ਆਮ ਤੌਰ ਦੇ ਉੱਤੇ ਲੋਕਾਂ ਨੂੰ ਇਹ ਲੱਗਦਾ ਹੁੰਦਾ ਕਿ ਜਿਹੜੀ ਸਰਕਾਰ ਹੈ ਸਥਾਨਕ ਚੋਣਾਂ ਉਹਨੇ ਜਿੱਤਣੀਆਂ, ਪੰਚ ਵੀ ਉਹਦੇ, ਸਰਪੰਚ ਵੀ ਉਹਦੇ, ਕੌਂਸਲਰ ਵੀ ਉਹਦੇ, ਮੇਅਰ ਵੀ ਉਹਦੇ। ਆ ਪੰਜਾਬ 'ਚ ਆਪਾਂ ਵੇਖਿਆ ਅੰਮ੍ਰਿਤਸਰ, ਜਲੰਧਰ ਤੇ ਪਟਿਆਲੇ ਦੇ ਵਿੱਚ ਕਾਂਗਰਸ ਪਾਰਟੀ ਨੇ ਹੁੰਝਾ ਫੇਰ ਲਿਆ, ਲੁਧਿਆਣੇ 'ਚ ਅਗਲੇ ਆਪ ਬੰਦ ਬੜੇ ਆ। ਪਰ ਗੁਜਰਾਤ ਦੇ ਨਤੀਜੇ ਨਵੇਂ ਤਰ੍ਹਾਂ ਦੇ ਸੰਕੇਤ ਦਿੰਦੇ ਆ। ਉੱਥੇ 74 ਨਗਰ ਪਾਲਿਕਾਵਾਂ ਦੇ ਚੋਣ ਹੋਈ, ਨਤੀਜੇ ਅੱਜ ਆਏ, ਕੁੱਲ 74 ਜਿਹੜੇ ਸ਼ਹਿਰ, 47 ਸ਼ਹਿਰਾਂ ਦੇ ਵਿੱਚ BJP ਜਿੱਤ ਗਈ, 16 ਦੇ ਵਿੱਚ ਕਾਂਗਰਸ ਜਿੱਤ ਗਈ, 11 ਦੇ ਵਿੱਚ ਹੋਰ ਪਾਰਟੀਆਂ, ਪਰ ਇਹ ਜਿਹੜੇ 11 ਨੇ ਉਹਨਾਂ ਦੇ ਵਿੱਚੋਂ 9 ਵੀ ਕਿਤੇ ਨਾ ਕਿਤੇ ਕਾਂਗਰਸ ਦੇ ਨੇੜੇ ਨੇ। ਇਹਦਾ ਮਤਲਬ ਹੈ ਕਿ 16 ਤੋਂ 9 25 ਹੋ ਗਏ, 74 ਦੇ ਵਿੱਚੋਂ 25 ਕਾਂਗਰਸ ਤੇ 47 BJP, ਆਪਾਂ ਏਦਾਂ ਜੋੜ ਮੇਲ ਕਰ ਲੈਂਦੇ ਹਾਂ। ਪਿਛਲੀ ਵਾਰ ਜਦੋਂ ਚੋਣ ਹੋਈ ਸੀ ਉਦੋਂ 74 ਦੇ ਵਿੱਚੋਂ 60 ਸ਼ਹਿਰਾਂ ਦੇ ਉੱਤੇ ਕਬਜ਼ਾ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਸੀ, ਤੇ ਐਤਕੀ 13 ਸ਼ਹਿਰ ਉਹਦੇ ਹੱਥੋਂ ਖੁੱਸ ਗਏ ਆ। ਇਹ ਮੈਂ ਜ਼ਿਕਰ ਇਸ ਕਰਕੇ ਸੁਖਨੈਬ ਜੀ ਕੀਤਾ, ਅਜੇ ਕਿੰਨੇ ਕੁ ਦਿਨ ਹੋਏ ਨੇ ਕਿਤੇ ਭਾਰਤੀ ਜਨਤਾ ਪਾਰਟੀ ਦੀ ਸੂਬੇ ਦੇ ਵਿੱਚ ਸਰਕਾਰ ਬਣਿਆ, ਗੁਜਰਾਤ ਦੇ ਲੋਕਾਂ ਨੂੰ ਚੰਗਾ ਭਲਾ ਪਤਾ ਕਿ ਆਉਣ ਵਾਲੇ 4.5 ਸਾਲ ਅਸੀਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਨਾਲ ਰਹਿਣਾ, ਪਰ ਜੇ ਇਹਦੇ ਬਾਵਜੂਦ ਵੀ ਉਹਨਾਂ ਨੇ 30-32% ਸ਼ਹਿਰਾਂ ਦੇ ਵਿੱਚ ਕਾਂਗਰਸ ਪਾਰਟੀ ਜਾਂ ਉਹਦੇ ਸਮਰਥਕਾਂ ਨੂੰ ਵੋਟਾਂ ਪਾ ਕੇ ਜਿਤਾ ਦਿੱਤਾ, ਤਾਂ ਇਹਦਾ ਮਤਲਬ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਪਕੜ ਜਿਹੜੀ ਹੈ ਲਗਾਤਾਰ ਗੁਜਰਾਤ ਦੇ ਉੱਤੇ ਢਿੱਲੀ ਹੋ ਰਹੀ ਹੈ। ਦੂਸਰੀ ਗੱਲ, ਜੇ ਆਪਾਂ ਕੁੱਲ ਉਮੀਦਵਾਰਾਂ ਦੇ ਪੱਖ ਤੋਂ ਵੇਖੀਏ ਤਾਂ ਸ਼ਹਿਰਾਂ ਦੀ ਗਿਣਤੀ ਸੀ, ਕੁੱਲ ਉਮੀਦਵਾਰਾਂ ਦੇ ਵਿੱਚੋਂ BJP ਦੇ 1167 ਬੰਦੇ ਜਿੱਤੇ ਆ, ਕਾਂਗਰਸ ਦੇ 630 ਜਿੱਤੇ ਆ, NCP ਦੇ 28 ਜਿੱਤੇ ਆ, BSP ਦੇ 15 ਜਿੱਤੇ ਆ, ਤੇ ਆਜ਼ਾਦ ਜਿੱਤੇ ਨੇ 202। ਕੁੱਲ ਮਿਲਾ ਕੇ ਜੇ ਆਪਾਂ ਦੇਖੀਏ ਤਾਂ ਮਸਲਾ ਇੱਥੇ ਇੱਕ ਖੜਦਾ ਹੈ ਕਿ 1167 ਭਾਰਤੀ ਜਨਤਾ ਪਾਰਟੀ ਦੇ ਮੁਕਾਬਲੇ 900 ਬੰਦਾ ਇਹਦੇ ਵਿਰੋਧੀਆਂ ਦਾ ਜਿੱਤ ਗਿਆ। ਇਹਦਾ ਮਤਲਬ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਭਾਵੇਂ ਸਰਕਾਰ ਸੂਬੇ 'ਚ ਵੀ ਬਣਾ ਲਈ, ਭਾਵੇਂ ਬਹੁਤੇ ਸ਼ਹਿਰਾਂ ਦੇ ਵਿੱਚ ਵੀ ਇਹਦੇ ਬੰਦੇ ਜਿੱਤ ਗਏ, ਪਰ ਜਦੋਂ 2019 ਦੀ ਲੋਕ ਸਭਾ ਦੀ ਚੋਣ ਆਏਗੀ ਤਾਂ ਪਿਛਲੀ ਵਾਰ ਜਿਵੇਂ 26 ਦੀਆਂ 26 ਲੋਕ ਸਭਾ ਸੀਟਾਂ ਗੁਜਰਾਤ ਦੇ ਵਿੱਚੋਂ BJP ਲੈ ਗਈ ਸੀ, ਐਤਕੀ ਉਹ 26 ਦੇ ਵਿੱਚੋਂ ਘੱਟ ਕੇ 14 ਜਾਂ 13 ਵੀ ਰਹਿ ਸਕਦੀਆਂ। ਸੋ ਵੇਖਦੇ ਹਾਂ ਕਿ ਭਾਰਤੀ ਜਨਤਾ ਪਾਰਟੀ ਦਾ ਕਿਲਾ ਜਿਹੜਾ ਲਗਾਤਾਰ ਗੁਜਰਾਤ ਦੇ ਵਿੱਚ ਕਮਜ਼ੋਰ ਹੋਈ ਜਾਂਦਾ, BJP ਦੇ ਮੁਕਾਬਲੇ ਕਾਂਗਰਸ ਪਾਰਟੀ ਦੇ ਲਈ ਇਹ ਸ਼ਹਿਰਾਂ ਦੀਆਂ ਚੋਣਾਂ ਹਾਰ ਦੇ ਬਾਵਜੂਦ ਥੋੜਾ ਜਿਹਾ ਮੁਸਕਰਾਉਣ ਦਾ ਉਹਨਾਂ ਨੂੰ ਬਹਾਨਾ ਦੇ ਗਈਆਂ।
ਤੇ ਬਾਠ ਸਾਹਿਬ ਖਬਰਾਂ ਸਾਰਾ ਦੇ ਉੱਤੇ ਲਗਭਗ ਆਪਾਂ ਸਾਂਝ ਪਾ ਚੁੱਕੇ ਹਾਂ ਜੀ ਔਰ ਇੱਕ ਛੋਟੀ ਜਿਹੀ